सत श्री अकाल, तुसी देख रहे हो तख्त पंजाब। मैं तुहाडे नाल सुखविंदर सिंह, मेरे नाल उगे विद्वान डॉक्टर प्यारा लाल गर्ग मौजूद ने। पंजाब दस्तावेज विजन 2047 मतलब कि 25 साल करीब बनते ने, 100 साल जिहड़े भारत नूं आजाद होया हो जाणगे उदों। पंजाब सरकार ने विजन जिहड़ा जारी किया दस्तावेज मुख्यमंत्री भगवंत मान होरां ने, उहदे विच दस्सिया गया कि विकास दर जिहड़ी है 2030 किस तरह की होएगी ते 2047 तक 10% दा टीचा जिहड़ा आ उह किवें तय किया जाऊगा। इस उत्ते असीं गलबात करांगे मौजूदा समें दे विच पंजाब दी विकास दर की आ। इहदे नालों नाल चर्चावां मुल्क दी विकास दर दी वी चलदियां ने। कांग्रेस इह गल कहिंदी है कि भाजपा ने हुण तक विकास दर दे नां दे उत्ते भारत दी जिहड़ी आर्थिक नीति है उहदा बेड़ा डोब दित्ता आ। उहनां दा इह कहिणा आ कि 3 गुणा कर्जा जिहड़ा ਉਹ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਵਧਿਆ ਆ ਤੇ ਇਹਦੇ ਮੁਤਾਬਕ ਹਰੇਕ ਭਾਰਤੀ ਤੇ 1,20,000 ਦਾ ਕਰਜ਼ਾ ਚੜਿਆ ਹੋਇਆ। ਇਹਦੇ ਲਈ ਉਹ ਵਾਈਟ ਪੇਪਰ ਦੀ ਮੰਗ ਕਰ। ਅਸੀਂ ਦੋਹਾਂ ਨੂੰ ਕੰਪੈਰੀਜ਼ਨ ਗੱਲਬਾਤ ਕਰਾਂਗੇ ਕਿਉਂਕਿ ਸਰਕਾਰਾਂ ਦੀ ਨੀਤੀ ਤੇ ਨੀਅਤ ਦੇ ਉੱਤੇ ਗੱਲਬਾਤ ਹੋਏਗੀ ਕਿ ਕਿਸ ਢੰਗ ਦੇ ਨਾਲ ਕੇਂਦਰ ਸਰਕਾਰ ਵਿਕਾਸ ਦਰ ਨੂੰ ਅੱਗੇ ਲਿਜਾਣ ਦੀ ਗੱਲ ਕਰਦੀ ਹੈ ਤੇ ਕਿਵੇਂ ਪੰਜਾਬ ਸਰਕਾਰ ਕਹਿ ਰਹੀ ਹੈ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ ਬਾਪੂ, ਧੰਨਵਾਦ। ਡਾਕਟਰ ਸਾਹਿਬ ਜਿਵੇਂ ਤੁਸੀਂ ਚਾਹੋ ਜਿੱਥੋਂ ਸ਼ੁਰੂ ਕਰਨਾ ਚਾਹੋ, ਪਰ ਮੈਂ ਮੇਰਾ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹੁਣ ਦੇ ਮੌਜੂਦਾ ਹਾਲਾਤ ਨੇ, ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀਗੀਆਂ 2022 ਦੇ ਵਿੱਚ, 2027 ਤੱਕ ਦਾ ਇਸ ਸਰਕਾਰ ਦਾ ਕਾਰਜਕਾਲ ਹੈ ਜਿਹਨੂੰ ਤਕਰੀਬਨ ਮੇਰੇ ਖਿਆਲ 'ਚ 4 ਸਾਲ ਤੋਂ ਵੀ ਘੱਟ ਦਾ ਸਮਾਂ ਰਿਹਾ, ਪਰ ਇਸ ਸਭ ਦੇ ਵਿਚਾਲੇ ਲੋਕ ਸਭਾ ਦੀਆਂ ਚੋਣਾਂ ਵੀ ਆਉਣੀਆਂ ਤੇ ਸਰਕਾਰ ਦੀ ਨੀਤੀ ਤੇ ਨੀਅਤ ਕੀ 2027 ਤੱਕ ਪੰਜਾਬ ਜਿਹੜਾ ਆ ਉਹ ਵਿਕਾਸ ਦਰ ਦੀਆਂ ਉਹਨਾਂ ਉਚਾਈਆਂ ਨੂੰ ਛੂ ਸਕੇਗਾ? ਇਹਨਾਂ ਨੇ ਕਿਹਾ ਕਿ 2030 ਤੱਕ ਅਸੀਂ 7.5% ਕਰ ਦੇਣਾ। ਦੇਖੋ ਗੱਲ ਇਹ ਹੈ ਵੀ ਦਾਅਵੇ ਕਰਨੇ ਤੇ ਉਮੀਦਾਂ ਕਰਨੀਆਂ, ਸੁਪਨੇ ਲੈਣੇ, ਉਹ ਹਰ ਇੱਕ ਦਾ ਅਧਿਕਾਰ ਹੈ ਤੇ ਲੈਣੇ ਚਾਹੀਦੇ ਵੀ ਨੇ। ਸੁਪਨੇ ਨਾਲ ਹੀ ਦੁਨੀਆਂ ਅੱਗੇ ਜਾਂਦੀ ਹੈ ਤੇ ਸੁਪਨੇ ਬਹੁਤ ਚੀਜ਼ਾਂ ਕਰਦੇ ਨੇ। ਕਹਿੰਦੇ ਸੁਪਨੇ ਤੂੰ ਸੁਲਤਾਨ ਹੈ, ਧਨ ਹੈ ਤੇਰੀ ਜਾਤ, ਵਰਿਆਂ ਦੇ ਵਿਛੜੇ ਆਣ ਮਿਲਾਵੇਂ ਰਾਤ। ਪਰ ਤੇ ਸਾਰਾ ਕੁਛ ਜਿਹੜਾ ਵਿਛੜ ਵੀ ਜਾਂਦਾ ਹੈ ਜਿਉਂ ਹੋਈ ਪ੍ਰਭਾਤ। ਸੁਪਨਾ ਜਿਹੜਾ ਅਸ਼ਟ ਰਾਜ ਵਿਛੜ ਦੇਖਿਓ ਜਿਉਂ ਤਾਰਾ ਪ੍ਰਭਾਤ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸਾਡੇ ਦਰਸ਼ਨ ਸ਼ਾਸਤਰ ਦੇ ਵਿੱਚ ਬਹੁਤ ਸਾਹਮਣੇ ਦਿਖਦੀਆਂ ਨੇ ਕਿ ਦਾਅਵੇ ਕਰਨੇ, ਸੋਚਣਾ, ਉੱਚੀ ਉਡਾਰੀ ਮਾਰਨੀ ਇਹ ਬਹੁਤ ਜ਼ਰੂਰੀ ਹੈ, ਪਰ ਹਕੀਕਤ ਨੂੰ ਭੁੱਲਣਾ ਨਹੀਂ ਚਾਹੀਦਾ। ਦੂਜੀ ਗੱਲ, ਜਦ ਤੁਸੀਂ ਉੱਚੀ ਉਡਾਰੀ ਮਾਰਨ ਲੱਗਦੇ ਹੋ ਤਾਂ ਤੁਹਾਡੀ ਦਿਸ਼ਾ ਤੇ ਦਸ਼ਾ ਦੱਸ ਦਿੰਦੀ ਹੈ ਵੀ ਤੁਸੀਂ ਜਿਹੜੀ ਤੁਹਾਡੀ ਮੰਜ਼ਿਲ ਹੈ ਉੱਥੇ ਪਹੁੰਚ ਵੀ ਪਾਓਗੇ ਕਿ ਨਹੀਂ। ਤੇ ਉਹ ਜਿਵੇਂ ਕਹਿੰਦੇ ਨੇ ਨਾ ਵੀ ਗੁਹਾਰਾਂ ਤੋਂ ਪਿੰਡ ਦਿਸ ਜਾਂਦਾ, ਉਹ ਗੁਹਾਰਾਂ ਚੋਂ ਪਿੰਡ ਦਿਸ ਜਾਂਦਾ, ਇਹੀ ਗੱਲ ਹੈ ਵੀ ਤੁਹਾਨੂੰ ਤੁਹਾਡੇ ਤੌਰ ਤਰੀਕੇ ਤੋਂ ਪਤਾ ਲੱਗ ਜਾਂਦਾ। ਕਾਲੇ ਨਹੀਂ ਪੈਣਾ ਚਾਹੀਦਾ, ਕਈ ਵਾਰ ਬੰਦਾ ਪੁੱਠੇ ਪਾਸੋਂ ਰਸ ਕੇ ਲੰਘ ਕੇ ਵੀ ਸਿੱਧੇ ਪਾਸੇ ਨੂੰ ਪਹੁੰਚ ਜਾਂਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਜੇ ਤੁਹਾਨੂੰ ਦੇਖ ਕੇ ਪਤਾ ਲੱਗੇ, ਇੱਕ ਸਟੈਪ ਤੇ ਆ ਕੇ ਤੁਹਾਨੂੰ ਪਤਾ ਲੱਗ ਜਾਂਦਾ। ਛੋਟੀ ਜਿਹੀ ਉਦਾਹਰਨ ਦੇ ਕੇ ਆਪਣੀ ਗੱਲ ਸ਼ੁਰੂ ਕਰਾਂਗਾ ਵੀ ਕਿਉਂ ਨਹੀਂ ਕਾਲੇ ਪੈਣਾ ਹੁੰਦਾ। ਇੱਕ ਵਾਰੀ ਅਸੀਂ ਹਾਈ ਸਕੂਲ 'ਚ ਪੜ੍ਹਦੇ ਸੀਗੇ ਤੇ ਸਾਡੇ ਹੈੱਡ ਮਾਸਟਰ ਸਾਹਿਬ ਮੈਥਮੈਟਿਕਸ ਪੜ੍ਹਾ ਰਹੇ ਸੀ, ਉਹਨਾਂ ਨੇ ਇੱਕ ਸਵਾਲ ਸੀ ਬਹੁਤ ਔਖਾ, ਸਾਨੂੰ ਬੜੇ 100-100 ਸਵਾਲ ਰੋਜ਼ ਦਾ ਕੱਢਣ ਨੂੰ ਦੱਸਦੇ ਹੁੰਦੇ। ਉਹ ਔਖਾ ਸਵਾਲ ਉਹਨਾਂ ਪੁੱਛਿਆ ਵੀ ਕਿਸੇ ਨੇ ਕੱਢਿਆ? ਮੈਂ ਕਿਹਾ ਹਾਂਜੀ ਮੈਂ ਕੱਢਿਆ। ਆ ਮੁੰਡਿਆ ਕਰ ਫਿਰ ਬੋਰਡ ਤੇ, ਮੈਂ ਬੋਰਡ ਤੇ ਹੱਲ ਕਰਨ ਲੱਗ ਗਿਆ। ਹੈੱਡ ਮਾਸਟਰ ਸਾਹਿਬ ਕੁਰਸੀ ਐਂ ਬੋਰਡ ਵੱਲ ਵਿਚਾਲੇ ਜਿਵੇਂ ਟੇਢੀ ਕਰਕੇ ਦੋਨੇ, ਕਲਾਸ ਵੀ ਦਿਖੇ ਬੋਰਡ ਵੀ ਦਿਖੇ ਬੈਠ ਗਏ। ਜਦ ਮੈਂ ਸਵਾਲ ਕੱਢਿਆ, ਉਹ ਬੜੀ ਬਜ਼ੁਰਗ ਉਮਰ ਦੇ ਸੀ, ਬਹੁਤ ਹੀ ਤਿੱਖੇ ਸੀ, ਕਹਿੰਦੇ ਉਹ ਸਾਰੇ ਕੁੜੀਆਂ ਮੁੰਡੇ ਮੁੰਡੇ ਹੀ ਕਹਿੰਦੇ, ਮੁੰਡਿਓ ਮੈਨੂੰ 40 ਸਾਲ ਹੋ ਗਏ ਹਿਸਾਬ ਪੜ੍ਹਾਉਂਦੇ ਨੂੰ, ਮੈਂ ਇਸ ਤਰੀਕੇ ਨਾਲ ਸੋਚਿਆ ਨਹੀਂ ਸੀ ਕਦੇ ਵੀ ਐਂ ਇਹ ਸਵਾਲ ਨਿਕਲ ਸਕਦਾ 35 ਸਾਲ 'ਚ। ਪਹਿਲਾਂ ਜ਼ਿਆਦਾ ਮੁੰਡਾ ਕੱਢਣ ਲੱਗਿਆ, ਮੈਨੂੰ ਲੱਗਿਆ ਵੀ ਗਲਤ ਹੋਣਾ, ਮੈਂ ਤਾਂ ਸਾਰਾ ਬੋਰਡ ਭਰ ਦੇਣਾ ਸੀ, ਇਹਨੇ ਤਾਂ ਇੰਨੀਆਂ ਚਲਾਣੀਆਂ ਕਰਤਾ, ਸ਼ਾਬਾਸ਼ ਪਈ। ਸੋ ਕਈ ਵਾਰੀ ਅਸੀਂ ਕਾਲੇ ਪੈਂਦੇ ਹਾਂ, ਕਾਲੇ ਨਾ ਪਈਏ, ਦੇਖੀਏ ਕਈ ਵਾਰ ਬੰਦਾ ਸਫਲ ਹੋ ਜਾਂਦਾ। ਪਰ ਜੇ ਪਹਿਲੇ ਸਟੈਪ 'ਚ ਵੀ ਲੱਗੇ ਵੀ ਇਸ ਪਾਸੇ ਨੂੰ ਕਿਵੇਂ ਜਾਊਗਾ, ਸਾਨੂੰ ਐਂ ਤਾਂ ਲੱਗੇ ਨਾ ਵੀ ਜਿਹੜੇ ਸਟੈਪ ਤਾਂ ਸਾਡੀ ਮਰਜ਼ੀ ਦੇ ਨਹੀਂ ਹੈਗੇ, ਸਾਡੀ ਸੋਚ ਮੁਤਾਬਕ ਨਹੀਂ ਹੈਗੇ, ਪਰ ਉਹ ਕਦਮ ਕਿਸੇ ਨਾ ਕਿਸੇ ਪਾਸੇ ਸਾਨੂੰ ਲੱਗਦਾ ਵੀ ਲੈ ਜਾਣਗੇ। ਜੋ ਕਦਮਾਂ 'ਚ ਵੀ ਨਹੀਂ ਲੱਗਦਾ ਵੀ ਜਿਹੜੇ ਪਾਸਾ ਲੈ ਰਹੇ ਨੇ ਇਹਦੇ ਪਾਸੇ ਨੂੰ ਕੋਈ ਰਸਤਾ ਹੀ ਨਹੀਂ ਅੱਗੇ, ਐਂ ਤਾਂ ਲੱਗੇ ਨਾ ਵੀ ਜਿੱਧਰ ਨੂੰ ਇਹ ਕਦਮ ਲੈ ਰਹੇ ਨੇ ਉਹ ਰਸਤਾ ਹੈਗਾ, ਉਹ ਔਖਾ ਹੋ ਸਕਦਾ, ਉਹ ਕੁਛ ਵੀ ਹੋ ਸਕਦਾ, ਤੰਗ ਹੋ ਸਕਦਾ, ਹੈਂਜੀ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਜਿਹੜੀ ਆਪ ਪਾਰਟੀ ਕਹਿ ਰਹੀ ਹੈ
आ पार्टी ने जोर किस गल दे उत्ते लाया होया पंजाब दे जद आपां गल करिए पंजाब दा जिहड़ा संकट है ये बहुत परती है ये कोई आ पार्टी ने नहीं पैदा करिया ये पिछले 30 साल च पैदा होया तीन दहाकियां च पैदा होया और इहदे विच तीन दहाकियां च 6 सरकारां आईयां तीन वारी अकाली बीजेपी सरकार आई तीन वारी कांग्रेस सरकार आई और उन्होंने ही ये ज़्यादा पैदा करिया क्योंकि 90वें दे विच जब देश च नीतियां बदल गईयां कि सारा कुछ सरकारी है जिहड़ा उहनूं प्राइवेट कर दो प्राइवेट दे हत्थां च दे दो ये लोगों तो टैक्स ला ला के हरेक चीज़ लोगों को मुल वेचनी है ये तो हुण दस तां लोगों ये रहे ने भी तुसीं फ्री दे रहे हो असल च फ्री नहीं दे रहे एक तो ये बड़ा नारा किड्डा वड्डा 90 च आए तो यह कह के ने कि सारा कुछ मुल वेचना है ये लोगों को दिखावा ये कर रहे हैं कि असीं फ्री दे रहे हैं ये अपने आप की एक छलावा है ये जिहड़ा छलावा है मुफ्त का उहदी कहना है मैं भलेखा पग दा मत मैली हो जाए गहला रूह ना जाने फिर भी मट्टी खाए मैनू भलेखा है भी कितने ये मुफ्त दे खोरी दे नाल साडा तां बजट ही हिल जू मैनू पता ही नहीं भी ये तो सारा कुछ ही है जिहड़ा ये कोई होर ही मुफ्त खोरी चला रहा मैनू तां मिल ही नहीं पिया बहुता कुछ सो जिहड़ी जिहड़ी गल दा सानू भलेखा है वह भलेखा दूर करना जरूरी हुंदा है उहदे विच तरीका की करिया तरीकाकार ये शुरू हो गया जिहनू देखण दी लोड़ है जद तक तुसीं रोग दारू दोवें बुझे तां तू वैद सजा वैदा वैद सवैद तू पहला रोग पछाण पहला रोग पछाणना जरूरी है जे रोग नहीं पछाणांगे तां दवाई नहीं दित्ती जा सकती सो रोग की है रोग शुरू किवें होया रोग दी जड़ इह है कि असीं निजीकरण नूं खुद देती उहदे विच गाहां कहा भी नहीं थोड़े जे ना उधार हो जाओ एवें ना कानून जे बनाई जाओ निजीकरण च भी कानून तां लागू हो सकदे ना भी कोई गल नहीं कोई कानून तोड़ दा माड़ी मोटी गल कोई नहीं थोड़े सौखे कर दो ना कि उहदे विच जद असीं निजीकरण ते उधारीकरण दे नाल ही कहता भी हुण असीं जिहड़ा पिंड जां शहर जां सूबा जां देश एक नहीं रहा हुण तां पूरा संसार एक धरती बन गया भूमंडलीकरण जिहनूं पंजाबी च कह दिंदे ते आपदे पिंड नूं आपदे सूबे नूं पूरे उस नाल उत्तों जिहड़ियां जिन्हां ने नीतियां बनाईआं ਉਹ ਕਹਿੰਦੇ ਜੀ ਹਰੇਕ ਸੂਬਾ ਆਪਦਾ ਕਰਜ਼ਾ ਆਪੇ ਲੈ ਸਕਦਾ ਵਰਲਡ ਬੈਂਕ ਤੱਕ ਵੀ ਜਾ ਸਕਦਾ ਅਸੀਂ ਪਹਿਲਾ ਸਟੈਪ ਇੱਥੇ ਲੈ ਲਿਆ ਇੱਕ ਬਿਊਰੋਕਰੇਟ ਗਈ ਕਰਜ਼ਾ ਲੈ ਆਈ 420 ਕਰੋੜ ਦਾ 422 ਕਰੋੜ ਦਾ ਹੈਲਥ ਵਾਸਤੇ ਉਹ ਸਾਰੇ ਹੈਲਥ ਸਿਸਟਮ ਉਹਦੇ ਨਾਲ ਟੁੱਟ ਗਿਆ ਜਦਕਿ ਸਾਡਾ ਆਪਦਾ ਜਿਹੜਾ ਬਜਟ ਹੁੰਦਾ ਸੀ ਉਹ 250 ਕਰੋੜ ਸਾਲ ਦਾ ਹੁੰਦਾ ਸੀ ਇਹ 60 ਕਰੋੜ ਰੁਪਇਆ ਸਾਲ ਦਾ ਬਣਿਆ 422 ਕਰੋੜ 7 ਸਾਲਾਂ 'ਚ ਮਿਲਦਾ ਸੀ ਤੇ 60 ਕਰੋੜ ਵਾਸਤੇ ਅਸੀਂ ਆਪਦਾ 250-300 ਕਰੋੜ ਰੁਪਏ ਜਿਹੜਾ ਖਰਚ ਕਰਦੇ ਸੀ ਉਹ ਜਮੇ ਹਵਾ ਚੌੜਾ ਤਾ ਜਿਹਦੇ ਨਾਲ ਜਿਹੜਾ ਸਾਡਾ ਸਿਹਤ ਦਾ ਢਾਂਚਾ ਸਭ ਤੋਂ ਵਧੀਆ ਸੀ ਪੂਰੇ ਮੁਲਕ ਦੇ ਵਿੱਚ ਉਹ ਸਾਰੇ ਤਹਿਸ ਨਹਿਸ ਹੋ ਗਿਆ ਉਹ ਬੀਬੀ ਜਾ ਕੇ ਬੈਠ ਗਈ ਆਪਣਾ ਉਹਨੇ WHO ਨੇ ਉਹਨੂੰ ਆਪਦਾ ਉੱਥੇ ਦਫ਼ਤਰ ਚ ਲਾ ਲਿਆ ਦਿੱਲੀ ਉਹ ਡਾਲਰਾਂ 'ਚ ਫਿਰ ਤਨਖਾਹ ਮਿਲਦੀ ਸੀ ਉਹਦੇ ਰਿਟਾਇਰ ਹੋਣ ਤੋਂ ਬਾਅਦ ਵੀ ਉਹਨੂੰ ਲਾ ਰੱਖਿਆ ਆਪਦਾ ਖੱਟ ਲਿਆ ਸੋ ਇਸ ਕਰਕੇ ਸਾਨੂੰ ਇਹ ਗੱਲ ਨੂੰ ਸਮਝਣਾ ਪਏਗਾ ਬੜੇ ਹੀ ਤੌਰ ਤਰੀਕੇ ਨਾਲ ਕਿ ਜਿਹੜੇ ਉਹ ਨੀਤੀਆਂ ਸ਼ੁਰੂ ਹੋਈਆਂ ਇੱਦਾਂ ਹੀ ਉਹਦੇ 'ਚ ਬੜੀਆਂ ਬੜੀਆਂ ਨਵੀਆਂ ਸਰਵ ਸਿੱਖਿਆ ਅਭਿਆਨ ਕਰ ਲਓ ਉਦੋਂ ਪਹਿਲਾਂ ਆਇਆ ਸੀ DPEP ਡਿਸਟ੍ਰਿਕਟ ਪ੍ਰਾਇਮਰੀ ਐਜੂਕੇਸ਼ਨ ਪ੍ਰੋਗਰਾਮ ਅਤੇ ਇਹ ਜਿਹੜੇ ਪ੍ਰੋਗਰਾਮ ਸੀ ਕੋਈ ਮੱਧਮਿਕ ਸਿੱਖਿਆ ਦਾ ਪ੍ਰੋਗਰਾਮ ਕੋਈ ਉੱਚ ਸਿੱਖਿਆ ਰਾਸ਼ਟਰੀ ਪ੍ਰੋਗਰਾਮ ਕੋਈ ਆਪਣਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਕੋਈ ਨੈਸ਼ਨਲ ਹੈਲਥ ਮਿਸ਼ਨ ਕੋਈ ਨੈਸ਼ਨਲ ਅਰਬਨ ਰਿਨਿਊਡ ਮਿਸ਼ਨ ਇਸ ਤਰ੍ਹਾਂ ਦੇ ਅਸੀਂ ਬਹੁਤ ਸਾਰੇ ਮਿਸ਼ਨ ਮੁਸ਼ਨ ਬਣਾ ਕੇ ਅਸੀਂ ਨਵੇਂ ਜਿਹੜਾ ਪੁਰਾਣਾ ਸਾਰਾ ਸਾਡਾ ਸਿਸਟਮ ਚੱਲਦਾ ਸੀ ਉਹਨੂੰ ਜਮਾਂ ਤਹਿਸ ਨਹਿਸ ਕਰਕੇ ਦੂਜੇ ਪਾਸੇ ਨੂੰ ਤੁਰ ਪਏ ਉਹਦੇ ਵਿੱਚ ਅਸੀਂ ਬੜੀ ਖੁੱਲ੍ਹ ਖੇਡ ਦਿੱਤੀ ਪ੍ਰਾਈਵੇਟਾਂ ਨੂੰ ਪ੍ਰਾਈਵੇਟਾਂ ਨੇ ਜਦ ਆਉਣਾ ਸ਼ੁਰੂ ਕਰਤਾ ਉਹਨੇ ਨਾਲ ਦੀ ਨਾਲ ਕਰਪਸ਼ਨ ਦਾ ਵੱਡਾ ਦੌਰ ਲਾਇਆ ਆਉਂਦਾ ਵੀ ਪੈਸੇ ਦਿਓ ਅਤੇ ਕੰਮ ਕਰਾਓ ਉਹਦੇ ਵਿੱਚ ਜਿਹੜਾ ਸਰਕਾਰ 'ਚ ਲੋਕਾਂ ਦਾ ਆਮ ਲੋਕਾਂ ਦਾ ਮਾੜਾ ਮੋਟਾ ਕੰਮ ਘੱਟ ਕਰਪਸ਼ਨ ਨਾਲ ਹੋ ਜਾਂਦਾ ਸੀ ਉਹ ਵੀ ਕਿਉਂਕਿ ਰੇਟ ਹੀ ਵੱਧ ਗਏ ਫਿਰ ਪ੍ਰਾਈਵੇਟ ਨੇ ਕਿਉਂਕਿ ਉਹ ਪੈਸਾ ਬਹੁਤ ਕਮਾਉਂਦਾ ਉਹਨੇ ਆਪਦਾ ਜੀਵਨ ਸ਼ੈਲੀ ਹੋਰ ਤਰ੍ਹਾਂ ਦੀ ਬਣਾਤੀ ਸਾਡੇ ਜੀਵਨ ਦੇ ਮਾਪਦੰਡ ਹੀ ਬਦਲਤੇ ਜਿਹਦੇ 'ਚ ਵਿਆਹਾਂ 'ਤੇ ਖਰਚਾ ਘਰਾਂ 'ਤੇ ਖਰਚਾ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਹਵਾਈ ਜਹਾਜ਼ਾਂ 'ਚ ਜਾਣਾ ਹੈ ਜੀ ਅਤੇ ਗੀਤ ਸੰਗੀਤ ਸਾਡਾ ਨਾਟਕ ਸਾਡਾ ਸੱਭਿਆਚਾਰ ਬਦਲਤਾ ਕੱਪੜੇ ਬਦਲਤੇ ਬ੍ਰਾਂਡਡ ਕੱਪੜੇ ਮੈਂ ਤਾਂ ਹੈਰਾਨ ਰਹਿ ਗਿਆ ਇੱਕ ਦਿਨ ਇੱਥੇ ਮੈਂ ਗਿਆ ਇੱਕ ਦੁਕਾਨ ਸੀ ਉਹਦਾ ਨਾਂ ਸੀ ਮੋਚੀ ਉੱਥੇ ਜੁੱਤੀ 2-2 ਲੱਖ ਦੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ 2 ਲੱਖ ਦੀ ਜੁੱਤੀ ਵੀ ਹੋਊਗੀ
ਚੁੰਨੀ ਸੁਣਿਆ ਸੀ ਵੀ ਕਸ਼ਮੀਰ ਦੀ 2 ਲੱਖ ਦੀ ਹੁੰਦੀ ਹੈ, ਪਰ ਜੁੱਤੀ ਨੀ ਸੁਣੀ ਸੀ, ਜੁੱਤੀ ਵੀ ਸੁਣਦੀ। ਸੋ ਜੇ ਇੰਨਾ ਮਹਿੰਗਾ ਸੋਚੋ, ਸਾਨੂੰ ਆਪੇ ਪਤਾ ਲੱਗਦਾ ਵੀ ਕਿੱਥੋਂ ਤਾਂ ਪੈਸਾ ਆਊਗਾ ਹੀ, ਉਹ ਕਦਾ ਬੰਦਾ ਤਾਂ ਇੰਨਾ ਕਮਾ ਨਹੀਂ ਸਕਦਾ। ਸੋ ਜੇ ਕਿਸੇ ਇੱਕ ਕੋਲ ਜ਼ਿਆਦਾ ਪੈਸਾ ਹੈ ਤਾਂ ਇਹ ਗੱਲ ਸਮਝ ਲਈਏ ਕਿ ਦੂਜੇ ਪਾਸੋਂ ਲੁੱਟ ਹੋ ਕੇ ਆਇਆ। ਜੇ ਸਾਡੇ ਕੋਲ 2 ਬਰਤਨ ਹੋਣ, ਇੱਕ 'ਚ ਪਾਣੀ ਜ਼ਿਆਦਾ ਹੋਵੇ, ਇੱਕ 'ਚ ਘੱਟ ਹੋਵੇ, ਦੋਨੇ ਪਹਿਲਾਂ ਬਰਾਬਰ 'ਤੇ ਬਾਰਿਸ਼ 'ਚ ਪਏ ਹੋਣ, ਤਾਂ ਇਹਦਾ ਮਤਲਬ ਸਮਝੋ ਵੀ ਜੀ 'ਚ ਘੱਟ ਹੈ, ਉਹਦਾ ਪਾਣੀ ਨਿਕਲ ਕੇ ਦੂਜੇ 'ਚ ਜਾ ਰਿਹਾ, ਚਾਹੇ ਸਾਨੂੰ ਉਹਦਾ ਪਤਾ ਲੱਗਦਾ ਚਾਹੇ ਨਹੀਂ ਲੱਗਦਾ, ਉਹ ਗੱਲ ਵੱਖਰੀ ਹੈ। ਸੋ ਲੋਕਾਂ ਕੋਲੋਂ ਪੈਸਾ ਖੋਹ ਕੇ ਕਾਰਪੋਰੇਟਾਂ ਨੂੰ, ਪ੍ਰਾਈਵੇਟਾਂ ਨੂੰ, ਕਦਾ ਪੈਸਾ ਹੀ ਨਹੀਂ, ਉਹਨਾਂ ਦੀ ਸਾਰੀ ਜਾਇਦਾਦ ਖੋ ਕੇ, ਉਹਨਾਂ ਦਾ ਸੱਭਿਆਚਾਰ ਖੋ ਕੇ, ਉਹਨਾਂ ਦੀ ਬੋਲੀ ਖੋ ਕੇ, ਉਹਨਾਂ ਦੀ ਪੜ੍ਹਾਈ ਖੋ ਕੇ, ਉਹਨਾਂ ਦੀ ਸਿਹਤ ਖੋ ਕੇ, ਉਹਨਾਂ ਦਾ ਪਰਿਆਵਰਨ ਖੋ ਕੇ, ਉਹਨਾਂ ਦੇ ਰਹਿਣ ਸਹਿਣ, ਮਕਾਨ, ਰਹਿਣ ਬਸੇਰੇ ਖੋ ਕੇ ਉਹ ਕਾਰਪੋਰੇਟ ਦੇ ਹਵਾਲੇ ਕਰੇ ਜਾ ਰਹੇ ਨੇ, ਵੱਡੇ ਧੰਨਾ ਸੇਠਾਂ ਦੇ ਹਵਾਲੇ ਕਰੇ ਜਾ ਰਹੇ। ਇਹ ਸਾਡਾ ਸੰਕਟ ਹੈ। ਕੋਈ ਕਹੂ ਵੀ ਰਹਿਣ ਬਸੇਰੇ ਕਿਵੇਂ ਖੋਲੇ? ਸਮੁੰਦਰ ਦੇ ਵਿੱਚ ਵੱਡੇ ਟਰਾਲਿਆਂ ਨਾਲ ਤੁਸੀਂ ਮੱਛੀਆਂ ਫੜ ਸਕਦੇ ਹੋ, ਤਾਂ ਥੱਲੇ ਉਹਨਾਂ ਦੇ ਰਹਿਣ ਬਸੇਰੇ ਖਤਮ ਹੋ ਗਏ ਜਾਨਵਰਾਂ ਦੇ। ਜਦੋਂ ਉਹਨਾਂ ਜਾਨਵਰਾਂ ਦੇ ਖਤਮ ਹੋ ਗਏ, ਵੱਡੇ ਟਰਾਲਿਆਂ ਨਾਲ ਮੱਛੀਆਂ ਫੜੀਆਂ ਗਈਆਂ, ਤਾਂ ਜਿਹੜੇ ਮੱਛੀਆਂ ਲੈ ਰਹੇ ਨੇ ਆਲੇ ਉਹ ਗਏ, ਉਹਨੇ ਘਰ ਬਦਲ ਗਏ। ਏਦਾਂ ਹੀ ਇੱਥੇ ਜ਼ਮੀਨਾਂ 'ਤੇ ਵੱਡੇ ਵੱਡੇ ਹਾਈਵੇ ਬਣਾਤੇ। ਆਹ ਹੁਣ ਵੀ ਆ ਜਿਹੜਾ ਜਾ ਰਿਹਾ ਜੰਮੂ ਨੂੰ, ਜਿੱਥੇ ਧਰਨੇ ਧਰਨੇ ਵੀ ਵੱਜੇ ਹੋਏ ਨੇ ਵੀ ਪੈਸੇ ਘੱਟ ਦੇ ਰਹੇ। ਜਦੋਂ ਹਾਈਵੇ ਬਣਦਾ ਹੈ, ਵੱਡੇ ਵੱਡੇ ਪੁਲ ਬਣਦੇ, ਥੱਲੇ ਦੁਕਾਨਾਂ ਗਈਆਂ, ਥੱਲੋਂ ਜ਼ਮੀਨਾਂ ਗਈਆਂ, ਠੀਕ, ਥੱਲੋਂ ਘਰ ਟੁੱਟ ਗਏ। ਜਦੋਂ ਘਰ ਟੁੱਟ ਗਏ ਤਾਂ ਰਹਿਣ ਵਸੇਰਾ ਗਿਆ ਨਾ, ਫਿਰ ਕੋਈ ਨਵੀਂ ਮੰਡੀ ਵਸਾਉਣੀ ਹੈ ਪਿੰਡ ਉਜਾੜ 'ਤੇ, ਜਿਹੜਾ ਪਿੰਡ ਉਜਾੜ 'ਤੇ ਰਹਿਣ ਵਸੇਰਾ ਗਿਆ ਨਾ ਉਹਦਾ। ਸੋ ਇਹ ਗੱਲ ਸਾਨੂੰ ਸਮਝਣੀ ਪਊਗੀ। ਇੱਥੇ ਕਲੋਨੀ ਜੀ ਸੀ ਉਜਾੜੀ, ਉਹ ਹਾਲਾਂਕਿ ਧੱਕੇ ਨਾਲ ਹੀ ਬੈਠੇ ਸੀ, ਪਰ ਉਹਦਾ ਕੋਈ ਪ੍ਰਬੰਧ ਕਰ, ਉੱਥੇ ਜਾਓ, ਉੱਥੇ ਉਹਨਾਂ ਦੇ ਬੱਚਿਆਂ ਦਾ ਵਿੱਚੀ ਹੈ, ਨਾਰਾ ਚੰਦਾ, ਜਿਹੜੇ ਟੀਕੇ ਟੂਕੇ ਲੱਗਣੇ ਸੀ ਵਿੱਚੀ, ਮਾੜੀ ਮੋਟੀ ਪੜ੍ਹਾਈ ਉੱਥੇ ਹੁੰਦੀ, ਸਭ ਕੁਛ ਗੜਬੜ ਕਰ। ਹਾਲਾਂਕਿ ਵਸਾਈ ਪਹਿਲਾਂ ਆਪ ਹੀ ਸੀ 2 ਨੰਬਰ 'ਚ, ਕਿਉਂਕਿ ਇੱਥੇ ਹੁਣ ਠੇਕੇਦਾਰੀ ਵੀ ਚੱਲਦੀ ਹੈ ਨਾ ਇਹਨਾਂ ਕੰਮਾਂ 'ਚ। ਸੋ ਇਸ ਕਰਕੇ ਪਹਿਲਾਂ ਤਾਂ ਆਪਾਂ ਸਮਝੀਏ ਵੀ ਇਹ ਪ੍ਰਾਈਵੇਟਾਈਜੇਸ਼ਨ, ਨਿੱਜੀਕਰਨ, ਉਧਾਰੀਕਰਨ ਅਤੇ ਭੂਮੰਡਲੀਕਰਨ ਦੇ ਕਾਰਨ ਸਾਡੇ ਕੋਲ ਇਹ ਸਾਰਾ ਪੰਜਾਬ ਦਾ ਸੰਕਟ ਆਇਆ। ਨਹੀਂ ਤਾਂ ਪੰਜਾਬ ਦਾ ਅਰਥਚਾਰਾ ਨੰਬਰ 1 'ਤੇ ਸੀ 1980ਵਿਆਂ ਦੇ ਵਿੱਚ, ਸਿਹਤ ਸਿਸਟਮ ਨੰਬਰ 1 'ਤੇ ਸੀ, ਸਿੱਖਿਆ ਨੰਬਰ 1 'ਤੇ ਸੀ। ਅਸੀਂ ਉਹਨਾਂ ਹੀ ਸਕੂਲਾਂ 'ਚੋਂ ਪੜ੍ਹਿਆ ਜਿਹੜੇ ਥੱਪੜ ਸਕੂਲ ਕਹਿੰਦੇ ਸੀ, ਜਿੱਥੇ ਬੋਰੀ ਵੀ ਘਰੋਂ ਲੈ ਕੇ ਜਾਂਦੇ ਸੀ, ਜਿੱਥੇ ਮਾਸਟਰ ਜੀ 8ਵੀਂ ਪਾਸ ਹੁੰਦੇ ਸੀ। ਇਹਦੇ ਬਾਵਜੂਦ ਸਕੂਲ 'ਚ ਜਗ੍ਹਾ ਨਹੀਂ ਹੁੰਦੀ ਸੀ ਬੈਠਣ ਨੂੰ, ਕੱਚੇ ਸਕੂਲ ਸੀਗੇ, ਇਹਦੇ ਬਾਵਜੂਦ ਪੜ੍ਹਾਈ ਬਹੁਤ ਪੱਕੀ ਸੀ। ਕਿਸੇ ਨੇ ਹਾਸੇ 'ਚ ਕਿਹਾ ਸੀ ਕਿ ਅੱਜ ਜਿਹੜੇ ਬਰਤਨ ਨੇ, ਜਿਹੜੇ ਅੱਗੇ ਉਹ ਹੁੰਦੇ ਸੀ ਪਿੱਤਲ ਦੇ, ਧੋ ਮਾਂ ਜਾਂ ਕਾਂਸੇ ਦੇ, ਧੋ ਮਾਂ ਕੇ ਸਜਾ ਕੇ ਰੱਖੇ ਜਾਂਦੇ, ਅੱਜ ਉਹ ਕੱਚ ਦੇ ਬਣ ਗਏ ਅਤੇ ਫੜਕ 'ਚ ਤਿਲਕ ਕਰਕੇ ਟੁੱਟ ਜਾਂਦੇ। ਉਦੋਂ ਬਾਅਦ ਹੌਲੀ ਹੌਲੀ ਉਹ ਕੱਚ ਦੇ ਵੀ ਛੱਡਤੇ, ਉਹਨਾਂ ਵਰਤੋਂ ਅਤੇ ਸੁੱਟੋ ਵਾਲੇ ਆ ਗਏ, ਰਿਸ਼ਤੇ ਵੀ ਐਂ ਹੋ ਗਏ, ਅਰਥਚਾਰਾ ਵੀ ਐਂ ਹੋ ਗਿਆ, ਸੱਭਿਆਚਾਰ ਵੀ ਐਂ। ਇਹਦੇ ਵਿੱਚੋਂ ਪੰਜਾਬ ਦਾ ਸੰਕਟ ਨਿਕਲਿਆ ਹੋਇਆ, ਚਾਹੇ ਉਹ ਬਾਹਰ ਜਾ ਰਹੇ ਨੇ, ਚਾਹੇ ਇੱਥੇ ਵਾਤਾਵਰਨ ਖਰਾਬ ਹੋ ਰਿਹਾ, ਚਾਹੇ ਇੱਥੇ ਪਾਣੀ ਥੱਲੇ ਗੜਬੜ ਹੋ ਰਹੀ ਹੈ, ਚਾਹੇ ਇੱਥੇ ਕਹਿੰਦੇ ਫਸਲੀ ਚੱਕਰ ਦਾ ਕੋਈ ਮਾੜਾ ਹਾਲ ਹੈ, ਚਾਹੇ ਇੱਥੇ ਕਹਿੰਦੇ ਲੋਕ ਇੱਕ ਦੂਜੇ ਨੂੰ ਮਾਰਨ ਟੁੱਟਣ 'ਤੇ ਪਿਆਰ ਪ੍ਰੇਮ ਖਤਮ ਹੋ ਗਿਆ, ਚਾਹੇ ਇੱਥੇ ਕਹਿੰਦੇ ਨੇ ਲੋਕਾਂ ਦਾ ਭੋਜਨ ਬਦਲ ਗਿਆ, ਚਾਹੇ ਇੱਥੇ ਕਹਿੰਦੇ ਲੋਕ ਬਿਮਾਰ ਰਹਿਣ ਲੱਗ ਗਏ, ਕਾਲਾ ਪੀਲੀਆ ਹੋ ਗਿਆ, ਕੈਂਸਰ ਹੋ ਗਿਆ, ਚਾਹੇ ਕਹਿੰਦੇ ਨੇ ਇੱਥੇ ਗੰਦੇ ਗੀਤ ਗਾਉਣ ਲੱਗ ਗਏ, ਚਾਹੇ ਕਹਿੰਦੇ ਨੇ ਇੱਥੇ ਨਸ਼ੇ ਬਹੁਤ ਹੋ ਗਏ, ਨਸ਼ਾ ਤਸਕਰ ਬਹੁਤ ਹੋ ਗਏ, ਚਾਹੇ ਕਹਿੰਦੇ ਨੇ ਭ੍ਰਿਸ਼ਟਾਚਾਰ ਬਹੁਤ ਵੱਧ ਗਿਆ, ਜਾਂ ਕਹਿੰਦੇ ਲੋਕਾਂ ਨੂੰ ਕੰਮ ਨਹੀਂ ਆਉਂਦਾ, ਇੰਪਲਾਇਬਲ ਨਹੀਂ ਰਹੀ ਸਾਡੀ ਯੂਥ, ਸਾਡੀਆਂ ਸੰਸਥਾਵਾਂ ਦੇ ਵਿੱਚ ਪੜ੍ਹਾਈ ਚੰਗੀ ਨਹੀਂ ਹੋ ਰਹੀ, ਜਾਂ ਕਹਿ ਰਹੇ ਨੇ ਕਿ ਫੀਸਾਂ ਬਹੁਤ ਜ਼ਿਆਦਾ ਨੇ। ਇਹ ਸਾਰਾ ਕੁਛ ਹੀ ਜਿਹੜਾ ਹੈਗਾ ਹੈ, ਅਤੇ ਬੋਲਣਾ ਕੂਣਾ ਵੀ ਛੱਡ ਗਏ ਲੋਕ, ਰਿਸ਼ਤੇ ਨਾਤੇ ਟੁੱਟ ਗਏ, ਖੁਦਕੁਸ਼ੀਆਂ ਬਹੁਤ ਜ਼ਿਆਦਾ ਵੱਧ ਗਈਆਂ, ਕਿਸਾਨਾਂ 'ਚ ਵੀ, ਨੌਜਵਾਨਾਂ 'ਚ ਵੀ, ਦਲਿਤਾਂ 'ਚ ਵੀ ਹੁਣ ਤਾਂ ਹੋਣ ਲੱਗ ਗਈਆਂ। ਅਤੇ ਇਹ ਜਿਹੜਾ ਸਾਰਾ ਕੁਛ ਹੋ ਰਿਹਾ, ਇਹ ਇੱਕ ਬਿਮਾਰੀ ਦੀਆਂ ਨਿਸ਼ਾਨੀਆਂ ਨੇ। ਹੁਣ ਉਹ ਜੇ ਬਿਮਾਰੀ ਦੀ ਜਦ ਅਸੀਂ ਡਾਕਟਰੀ 'ਚ ਪੜ੍ਹਾਉਂਦਾ ਵੀ ਜੇ ਬੰਦਾ ਕਹਿੰਦਾ ਮੈਨੂੰ ਖਾਂਸੀ ਆ, ਬੁਖਾਰ ਆ, ਇਹ ਆ, ਖੂਨ ਆਉਂਦਾ, ਮੈਨੂੰ ਭੁੱਖ ਨਹੀਂ ਲੱਗਦੀ, ਮੇਰਾ ਸਰੀਰ ਕਮਜ਼ੋਰ ਹੋ ਜਾਂਦਾ, ਸਮਝ ਲਓ ਕੋਈ ਇੱਕ ਬਿਮਾਰੀ ਆ, ਆਰਾਮ ਤੌਰ 'ਤੇ ਟੀਬੀ ਦੇ ਲੱਛਣ ਹੈ। ਅਤੇ ਜੇ ਅਸੀਂ ਉਹਦਾ ਖੰਘ ਦੀ ਦਵਾਈ ਦੇਈ ਜਾਈਏ, ਉਹਦੀ ਦਵਾਈ ਦੇਈ ਜਾਈਏ, ਹਰੇਕ ਦਾ ਖੰਘ ਵਾਲਾ ਕਹੇ ਚੱਲ ਮੈਂ ਤੈਨੂੰ ਖੰਘ ਦੀ ਦਵਾਈ ਦਿੱਤੀ ਤੂੰ ਠੀਕ ਹੋ ਜਾ, ਦੂਜਾ ਕਹਿੰਦਾ ਮੈਂ ਤੈਨੂੰ ਬੁਖਾਰ ਉਤਾਰਨਾ ਸ਼ੁਰੂ ਕਰਤਾ, ਤੀਜਾ ਕਹਿੰਦਾ ਮੈਂ ਆਹ ਕਰਤਾ, ਉਹਨੇ ਠੀਕ ਨਹੀਂ ਹੋਣਾ, ਕਿਉਂਕਿ ਬਿਮਾਰੀ ਤਾਂ ਫੜੀ ਨਹੀਂ ਜਾ ਰਹੀ। ਇਹ ਬਿਮਾਰੀ ਨੂੰ ਫੜਨ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਫਿਰ ਗਾਈਡ ਕਰਿਆ। ਗੁਰੂ ਸਾਹਿਬ ਸਾਨੂੰ ਦੱਸਦੇ ਨੇ, ਕਹਿੰਦੇ ਐਸਾ ਦਾਰੂ ਲੋੜ ਲੈ ਜਿਤ ਵੰਝੇ ਰੋਗਾਂ ਕਾਰਨ। ਦਵਾਈ ਉਹ ਲੱਭਣੀ ਜੀ ਨਾ ਸਾਰੇ ਰੋਗਾਂ ਦੀ ਜੜ, ਉਹ ਰੋਗ ਨਿਸ਼ਾਨੀਆਂ ਨੇ, ਅਸਲੀ ਰੋਗ ਇੱਕ ਹੈ ਅੰਦਰ, ਉਹ ਰੋਗ ਬੁੱਝਣਾ, ਫਿਰ ਆ ਜਿਹੜੇ ਉੱਤੇ ਨਿਸ਼ਾਨੀਆਂ ਨੇ ਇਹਨਾਂ ਦੀ ਇੱਕ ਦਵਾਈ ਨਾਲ ਤੇਰਾ ਕੰਮ ਚੱਲ ਜੂਗਾ। ਐਸੀ ਦਵਾਈ ਤੋਂ ਲੱਭ ਦੇਗਾ, ਨੁਸਖਾ ਜਾਣੀ ਕਿ ਇੱਕ ਦਵਾਈ ਦਵਾਂ ਤਾਂ ਦਵਾਈ ਇੱਕ ਨਹੀਂ ਹੋਏਗੀ, ਇੱਕ ਨੁਸਖਾ ਹੋਏਗਾ।
ਸੋ ਉਹ ਨੁਸਖਾ ਇਹ ਨਹੀਂ ਦੱਬ ਰਹੇ, ਇਹ ਕੱਲੇ ਕੱਲੇ ਕੋਈ ਟੰਗ ਦਾ ਇਲਾਜ ਕਰ ਰਿਹਾ, ਕੋਈ ਬਾਂਹ ਦਾ ਇਲਾਜ ਕਰ ਰਿਹਾ, ਕੋਈ ਅੱਖਾਂ ਦਾ ਕਰ ਰਿਹਾ, ਕਹਿੰਦੇ ਮੈਂ ਠੀਕ ਕਰ ਦੂੰ। ਉਹ ਬੰਦੇ ਦਾ ਤਾਂ ਸਾਰਾ ਹੀ ਸਰੀਰ ਖਰਾਬ ਹੋਇਆ ਹੋਇਆ, ਤੁਸੀਂ ਇੱਕ ਦੇ ਉੱਤੇ ਜ਼ੋਰ ਲਾਈ ਜਾਓਗੇ, ਬਲਕਿ ਪੈਸੇ ਖਰਾਬ ਹੋ ਜਾਣਗੇ, ਉਸ ਦਾ ਇੱਕ ਠੀਕ ਕਰਦੇ ਕਰਦੇ ਦੂਜਾ ਖਰਾਬ ਕਰ ਦੋਗੇ। ਇਹ ਸਾਡੇ ਸਮਾਜ ਦੀ ਦਸ਼ਾ। ਪਹਿਲਾਂ ਮੈਂ ਇੱਥੇ ਤਾਂ 5-10 ਮਿੰਟ ਲਾਏ ਨੇ ਵੀ ਸਾਨੂੰ ਇਹ ਗੱਲ ਸਮਝ ਆ ਗਈ, ਹੁਣ ਅਸੀਂ ਕਿਵੇਂ ਕਰਨਾ। ਸਾਨੂੰ ਕਰਨ ਵਾਸਤੇ ਇਹ ਸਮਝਣਾ ਪਊਗਾ ਕਿ ਸਾਡੇ ਕੋਲ ਇੱਕ ਪਾਸੇ ਕਰਜ਼ਾ ਚੜੀ ਜਾ ਰਿਹਾ, ਜਿਵੇਂ ਤੁਸੀਂ ਦੇਸ਼ ਦੇ ਕਰਜ਼ੇ ਦੀ ਗੱਲ ਕਰੀ ਹੈ, ਜਿੱਦਾਂ ਇਹ ਬੀਜੇਪੀ ਸਰਕਾਰ NDA ਵਾਲੀ ਪਹਿਲੀ ਸਰਕਾਰ ਆਈ ਸੀ, ਉਦੋਂ ਸਾਡੇ ਜਿੰਮੇ 52 ਲੱਖ ਕਰੋੜ ਦਾ ਕਰਜ਼ਾ ਸੀ, ਅੱਜ ਸਾਡੇ ਜਿੰਮੇ 165 ਲੱਖ ਕਰੋੜ ਦਾ ਕਰਜ਼ਾ, ਜਾਣੀ ਕਿ ਤਕਰੀਬਨ 3 ਗੁਣਾ ਹੋ ਗਿਆ। ਇਹ ਤੋਂ ਪਤਾ ਲੱਗਦਾ ਸਾਡੀ ਕਰਜ਼ੇ ਨਾਲ ਚੱਲ ਚੱਲ ਰਹੇ। ਜੇ ਦੂਜੇ ਪਾਸੇ ਮੈਂ ਇਹਨਾਂ ਸਰਕਾਰਾਂ ਦਾ ਇਹੀ 9 ਸਾਲ ਦਾ 8-9 ਸਾਲ ਦਾ, ਜਿੱਦਾਂ ਅਕਾਲੀ ਸਰਕਾਰ ਗਈ ਸੀ ਇੱਥੋਂ, ਕਾਂਗਰਸ ਆਈ ਸੀ 2017 ਚ, ਉਹਨੇ 1,82,000 ਕਰੋੜ ਦਾ ਕਰਜ਼ਾ ਸੀ ਸੂਬੇ ਜਿੰਮੇ। ਜਿੱਦਾਂ ਕਾਂਗਰਸ ਗਈ ਉਹ 2,72,000 ਦਾ ਛੱਡ ਗਈ, ਵੈਸੇ ਹੁਣ ਤਾਂ ਇੱਧਰ ਆ ਗਈ ਮੁੜ ਕੇ 2,83,000 ਦਾ ਕਰੀਬ। ਤੇ ਇਹਨਾਂ ਨੂੰ ਅਜੇ 1 ਸਾਲ ਹੋਇਆ, ਇਹਨਾਂ ਦਾ 3 ਲੱਖ ਇਸ ਸਾਲ ਦਾ ਆਪਦਾ ਅੰਦਾਜ਼ਾ ਵੀ 3,47,000 ਕਰੋੜ ਹੋ ਜਾਣਾ। ਤੇ ਜੇ 3,15,000 ਕਰੋੜ ਪਿਛਲੇ ਸਾਲ ਦਾ ਹੋ ਗਿਆ ਇਹਨਾਂ ਦਾ, ਇਹ ਇਹਨਾਂ ਦੇ ਆਪਦੇ ਅੰਦਾਜ਼ੇ ਨੇ ਮੇਰੇ, ਸੋਰੀ 12,000 ਕਰੋੜ, ਜਾਣੀ ਕਿ ਅੱਜ ਕਿ 33,000 ਕਰੋੜ ਕਰਜ਼ਾ ਹੋਰ ਲੈ ਲੈਣਾ ਇਹਨਾਂ ਨੇ। ਸੋ ਉਹ ਹਰ ਸਾਲ 20,000 ਕਰੋੜ ਤੇ ਰਹੇ ਜਿਹੜੇ ਕਾਂਗਰਸੀ ਸੀਗੇ, 1,83 ਤੋਂ 2,83 ਤੇ ਗਏ, ਇਹ 1 ਸਾਲ ਦੇ ਵਿੱਚ ਹੀ 2,83 ਤੋਂ ਕਹਿ ਲਓ ਵੀ 3,15-12 ਤੇ ਪਹੁੰਚ ਗਏ, ਅਗਲੇ ਸਾਲ 3,47 ਤੇ ਪਹੁੰਚ ਰਹੇ। ਫਿਰ ਇਹ ਹੋਰ ਜ਼ਿਆਦਾ ਵਧਣਾ ਤੇ ਤਕਰੀਬਨ 5 ਲੱਖ ਕਰੋੜ ਤੱਕ ਜਾ ਸਕਦੇ ਨੇ ਇਹ ਅਗਲੇ ਜਿਹੜੇ ਇਹਨਾਂ ਦੇ ਰਹਿ ਗਏ 3 ਸਾਲ। ਇਹ ਜਿਹੜਾ ਤੌਰ ਤਰੀਕਾ ਹੈ, ਇਹਦੇ ਨਾਲ ਤਾਂ ਥੋੜ੍ਹਾ ਕੰਮ ਚੱਲਣਾ ਨਹੀਂ। ਤੁਸੀਂ ਇੱਕ ਪਾਸੇ ਕਹਿੰਦੇ ਅਸੀਂ ਕਰਜ਼ਾ ਲੈ ਕੇ ਸਾਲ, ਦੂਜਾ ਤੁਸੀਂ ਕਰਜ਼ਾ ਵਾਇਦਾ ਕਰਿਆ ਸੀ ਕਰਜ਼ਾ ਘਟਾਉਣਾ, ਵਾਇਦਾ ਕਰਿਆ ਅਸੀਂ ਰੁਜ਼ਗਾਰ ਪੈਦਾ ਕਰਨਾ, ਸਾਡੇ ਕੋਲ ਆ ਕੇ ਲੋਕ ਰੁਜ਼ਗਾਰ ਕਰਨਗੇ, ਵਾਇਦਾ ਕਰਿਆ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਨਾ, ਵਾਇਦਾ ਕਰਿਆ ਸਰਕਾਰ ਤੁਹਾਡੇ ਦੁਆਰਾ ਆਏਗੀ, ਤੁਹਾਨੂੰ ਸਰਕਾਰ ਨਹੀਂ ਜਾਣਾ ਪਏਗਾ, ਵਾਇਦਾ ਕਰਿਆ ਅਸੀਂ ਨਸ਼ਾ ਤਸਕਰੀ ਬੰਦ ਕਰਾਂਗੇ, ਵਾਇਦਾ ਕਰਿਆ ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ, ਠੀਕ ਹੈ ਨਾ, ਅਸੀਂ ਸਿੱਖਿਆ ਤੇ ਸਿਹਤ ਤੇ ਪੂਰਾ ਜ਼ੋਰ ਲਾਵਾਂਗੇ, ਇਹ ਵਾਅਦੇ ਨੇ, ਜੇ ਨਹੀਂ ਹੈਗੇ ਤਾਂ ਦੱਸ ਦੇਣ। ਹੁਣ ਇਹਨਾਂ ਵਾਅਦਿਆਂ ਨੂੰ ਦੇਖ ਲਓ ਵੀ ਇਹਨਾਂ ਨੂੰ ਸਾਰਿਆਂ ਨੂੰ ਇਹ ਹੁਣ ਇਹ ਨਹੀਂ ਹੈ ਵੀ ਤੁਸੀਂ ਸਿੱਖਿਆ ਦਾ ਸੁਧਾਰ ਤਾਂ ਕਰ ਦੋਗੇ, ਪਰ ਬੱਚੇ ਬਿਮਾਰ ਉਸ 'ਚ ਅਨੀਮੀਆ ਨਾਲ ਹੀ ਪੈ ਰਹਿਣਗੇ, ਟੱਟੀਆਂ ਉਲਟੀਆਂ ਨਾਲ ਪੈ ਰਹਿਣਗੇ, ਤੇ ਫਿਰ ਸਿੱਖਿਆ ਕਿਵੇਂ ਜਾਊਗੀ? ਆ ਕਰੋਨਾ ਫੈਲ ਗਿਆ ਸੀ, ਕਰੋਨਾ ਨੇ ਸਿਹਤ ਨੂੰ ਹਲਾਇਆ ਨਹੀਂ, ਕਰੋਨਾ ਨੇ ਵਪਾਰ ਨੂੰ ਹਲਾਇਆ ਨਹੀਂ, ਕਰੋਨਾ ਨੇ ਮੀਡੀਆ ਨੂੰ ਹਲਾਇਆ ਨਹੀਂ, ਕਰੋਨਾ ਨੇ ਰਿਸ਼ਤੇ ਤੋੜੇ ਨਹੀਂ, ਕਰੋਨਾ ਨੇ ਅਰਥਚਾਰੇ ਨੂੰ ਡੁਬੋਇਆ ਨਹੀਂ। ਸੋ ਇੱਕ ਚੀਜ਼ ਜਦ ਕਰਦੀ ਹੈ, ਇਹ ਕੀ ਹੈ, ਇੱਕ ਝਰੋਖਿਆਂ ਦੀ ਦੀਵਾਰ ਹੈ, ਤੇ ਉਹ ਝਰੋਖਿਆਂ ਦੀ ਦੀਵਾਰ 'ਚ ਜੇ ਤੁਸੀਂ ਮਾੜੀ ਵੀ ਟੱਚ ਤੋਂ ਉੱਧਰ ਤੇ ਮਾਰੀ ਸਾਰੀ ਦੀਵਾਰ ਗਿਰ ਸਕਦੀ। ਤੁਹਾਨੂੰ ਸਮਝਣਾ ਪਊਗਾ ਵੀ ਤੁਹਾਡੇ ਝਰੋਖੇ 'ਚ ਕਿੰਨੀ ਕੁ ਥਾਂ, ਉਹਦੇ 'ਚ ਤੁਸੀਂ ਕੀ ਕਰ ਸਕਦੇ ਹੋ, ਤੇ ਪੂਰੀ ਦੀਵਾਰ ਨਾਲ ਤੁਹਾਡਾ ਕੀ ਰਿਸ਼ਤਾ। ਸੋ ਪਹਿਲੀ ਗੱਲ ਤੇ ਸਮਝਣ ਨੂੰ ਤਿਆਰ ਨੇ, ਰੁਜ਼ਗਾਰ ਦੇਣਾ ਪੰਜਾਬ ਦੇ, ਸ਼ਾਇਦ ਪਹਿਲਾਂ ਵੀ ਗੱਲ ਕਰੀ ਹੋਵੇ, ਪੰਜਾਬ ਦੇ ਵਿੱਚ 1,08,00,000 ਯੁਵਕ ਹੈ, ਜੇ ਅਸਾਂ ਲੈ ਲਈਏ 18 ਤੋਂ 35-34 ਸਾਲ ਤੱਕ, ਉਹਦੇ ਵਿੱਚੋਂ 88,00,000 ਤਾਂ ਪੜ੍ਹਦਾ ਹੈ ਜਾਂ ਆਪਦਾ ਰੁਜ਼ਗਾਰ ਕਰਦਾ ਹੈ ਜਾਂ ਕਿਤੇ ਨੌਕਰੀ 'ਚ ਲੱਗਿਆ ਕੁਛ ਵੀ ਹੈ, 20,00,000 ਬੰਦਾ ਬੇਰੁਜ਼ਗਾਰ ਹੈ, ਲੜਕੇ ਲੜਕੀ, ਉਹ 20,00,000 ਨੂੰ ਰੁਜ਼ਗਾਰ ਦੇ, ਇਹ ਗੱਲ ਸਮਝ ਹੋਣੀ ਚਾਹੀਦੀ। ਉਹ ਤੋਂ ਬਹੁਤ ਸਾਰਾ ਪੇਂਡੂ ਔਰ ਸ਼ਹਿਰੀ ਇਲਾਕੇ ਦੇ ਵਿੱਚ ਗਰੀਬ ਹੈ, ਉਹਦੇ 'ਚ ਕਾਫੀ ਸਾਰੇ ਪੜ੍ਹੇ ਠੀਕ ਜੇ ਪੜ੍ਹੇ, ਜਾਣੀ ਕਿ ਜਿਹਨੂੰ ਕਹਿੰਦੇ ਡਿਗਰੀ ਤਾਂ ਹੈ ਪਰ ਉਹਨੂੰ ਕੰਮ ਨਹੀਂ ਆਉਂਦਾ, ਬਹੁਤ ਸਾਰੇ ਇਹੋ ਜਿਹੇ ਉਹ ਲੋਕ ਨੇ ਜਿਹੜੇ ਬੂਟਡ ਸ਼ੂਟਡ ਜੌਬ ਕਰਦੇ ਨੇ, ਜਿਹਨੂੰ ਵਾਈਟ ਕਾਲਰ ਜੌਬ ਕਹਿੰਦੇ ਨੇ। ਹੁਣ ਇਹ ਜਿਹੜੇ ਜੌਬ ਨੇ ਇਹ ਕਿਵੇਂ ਦਿੱਤੇ ਜਾਣ, ਇਹ 'ਚ ਪੈਸਾ ਕਿੱਥੋਂ ਆਵੇ, ਇਹ 'ਚ ਇਮਾਨਦਾਰੀ ਨਾਲ ਕਿਵੇਂ ਦਿੱਤੇ ਜਾਣ ਕਿ ਲੁੱਟ ਖੁੱਸਟ ਨਾ ਹੋਵੇ, ਕਿਸੇ ਨੂੰ ਤੰਗ ਨਾ ਕਰਿਆ ਜਾਵੇ, ਕੋਈ ਵਿਹਲਾ ਬੈਠ ਕੇ ਨਾ ਲਈ ਜਾਵੇ, ਅਤੇ ਕੋਈ ਕੰਮ ਕਰਕੇ ਵੀ ਉਹਨੂੰ ਪੈਸੇ ਨਾ ਮਿਲਣ, ਇਹ ਸਾਰੇ ਦਾ ਪ੍ਰਬੰਧ ਕਰਨਾ ਪਊ। ਇਹਦੇ ਵਿੱਚ 2 ਤਰੀਕੇ ਨੇ, ਇੱਕ ਤਰੀਕਾ ਹੈ ਵੀ ਤੁਸੀਂ ਸਰਕਾਰੀ ਨੌਕਰੀ ਸਣੇ ਬੋਰਡਾਂ ਕਾਰਪੋਰੇਟ ਸਾਰਿਆਂ ਨੂੰ ਰਲਾ ਕੇ ਤਕਰੀਬਨ 1,20,000 ਪਦ ਖਾਧੀ ਹੈ, ਸਾਰੇ ਮਹਿਕਮਾ ਸਾਰਾ ਪਾਸ ਲਾ ਕੇ ਤੁਸੀਂ 1,20,000 ਦੀ ਭਰਤੀ ਕਰਤੀ ਮੰਨ ਲਓ, ਤੇ ਪਰ ਤੁਸੀਂ 17-19 ਲੱਖ ਨੂੰ ਤਾਂ ਕੁਛ ਨਹੀਂ ਦਿੱਤਾ, ਸਾਰੇ ਭਰਤੀ ਕਰਕੇ ਵੀ
ਉਹਦੇ ਨਾਲ ਫਿਰ ਤਸੱਲੀ ਨਹੀਂ ਹੋਣੀ ਨਾ ਹੀ ਤੁਹਾਡਾ ਕੰਮ ਚੱਲਣਾ ਹੈ। ਅਗਲੀ ਗੱਲ ਉਹ 1,20,000 ਤੋਂ ਖਰਚਾ ਹੀ ਬਹੁਤ ਜ਼ਿਆਦਾ ਹੋਣਾ। ਜੇ ਤੁਹਾਡੇ ਕੋਲੇ ਜਿਹੜਾ 2,78,000 ਤੇ ਪਲੱਸ 36,000 ਕੱਚਾ 3,12,000-13,000 3,04,000 ਮੁਲਾਜ਼ਮ ਹੈ, ਉਸਦੇ ਨਾਲ ਤੁਹਾਡਾ ਕੰਮ ਜਿਹੜਾ ਹੈ ਜਿਹੜਾ ਤੁਹਾਡਾ ਸੈਲਰੀ ਦਾ ਬਜਟ ਹੈ ਉਹ 40,000-35,000-40,000 ਕਰੋੜ ਤੇ ਚੱਲਦਾ ਹੈ, ਤਾਂ ਜੇ ਤੁਸੀਂ ਉਦੋਂ ਅੱਧੇ ਹੋਰ ਭਰਤੀ ਕਰ ਲਓਗੇ ਤੁਹਾਡਾ ਤਾਂ 60,000 ਕਰੋੜ ਦੇ ਨੇੜੇ ਜਾ ਕੇ ਟੁੱਕੇਗਾ। ਉਹ ਪੈਸਾ ਕਿੱਥੋਂ ਲਿਆਓਗੇ? ਟੈਕਸ ਰੈਵਨਿਊ ਤਾਂ ਤੁਹਾਡਾ ਸਾਰਾ 65,000 ਕਰੋੜ, ਉਹ ਵੀ ਆਮ ਗਰੀਬਾਂ ਤੋਂ ਲੈ ਰਹੇ ਹੋ। ਇਹ ਸਵਾਲ ਹੋ ਗਿਆ। ਦੂਜੀ ਗੱਲ ਉਹ 'ਚ ਭਰਤੀ, ਕਿਉਂਕਿ ਜੋ ਪੈਸੇ ਦਾ ਗੈਪ ਬਹੁਤ ਵੱਡਾ, ਇੱਕ ਪਾਸੇ 2,00,000 ਤਨਖਾਹ ਦਾ, ਦੂਜੇ ਪਾਸੇ ਉਹੋ ਜਿਹੇ 19 ਕੁਆਲੀਫਿਕੇਸ਼ਨਾਂ ਨੂੰ ਜ਼ਿਆਦਾ ਕੰਮ ਕਰਨ 'ਤੇ 20,000, 25,000, 15,000, 5,000 ਕੱਚੀ ਨੌਕਰੀ, ਇਹ ਗਾਇਬ ਹੋਣ ਕਰਕੇ ਉੱਥੇ ਹੇਰਾ ਫੇਰੀ ਹੋਊ। ਹਰ ਪੇਪਰ ਲੀਕ ਹੁੰਦਾ, ਮੰਨਣ ਜਾਂ ਨਾ ਮੰਨਣ, ਠੱਗੀ ਹੁੰਦੀ ਹੈ, ਦੂਜੇ ਬੰਦੇ ਬਿਠਾਏ ਜਾਂਦੇ ਨੇ, ਕਿਉਂਕਿ ਮੈਂ ਯੂਨੀਵਰਸਿਟੀ 'ਚ ਹਾਂ, ਮੈਂ ਸਾਰੀਆਂ ਠੱਗੀਆਂ ਦੇਖੀਆਂ ਨੇ। ਆਂਸਰ ਸ਼ੀਟਾਂ ਬਦਲੀਆਂ ਜਾਂਦੀਆਂ ਨੇ, ਪੇਪਰ ਲੀਕ ਹੋਇਆ ਜਾਂਦਾ, ਦੂਜਾ ਬੰਦਾ ਦੂਜੇ ਥਾਂ 'ਤੇ ਪੇਪਰ ਦਿੰਦਾ, ਫਿਰ ਰਿਜ਼ਲਟ ਬਦਲੇ ਜਾਂਦੇ ਨੇ। ਆ PPSC ਰਿਜ਼ਲਟ ਬਦਲਦਾ, ਮੇਰੇ ਕੋਲ ਰਿਕਾਰਡ ਨੇ, ਆ ਯੂਨੀਵਰਸਿਟੀ ਨੇ ਦਿੱਤਾ ਸੀ, ਤੁਸੀਂ ਦੇਖ ਲਿਆ ਸੀ 1158 ਦੀ ਜਿਹੜੇ ਸਹਾਇਕ ਪ੍ਰੋਫੈਸਰ ਭਰਤੀ ਕਰਨੇ ਸੀ। ਹੈਂ, ਇਹ ਤਾਂ ਤਾਜ਼ੀ ਗੱਲ ਹੈ ਨਾ। ਯੂਨੀਵਰਸਿਟੀਆਂ ਜੋ ਖੇਡ ਆਈ ਹੈ, ਆ ਖਾਸ ਕਰਕੇ ਤੁਹਾਡੇ ਪੰਜਾਬੀ ਯੂਨੀਵਰਸਿਟੀ ਨੇ ਜੋ ਲਾਇਆ, ਉਹਦਾ ਤਾਂ ਕੋਈ ਹੱਲ ਹੀ ਨਹੀਂ ਹੈ। ਪਰ ਵਾਈਸ ਚਾਂਸ ਕਹਿੰਦਾ ਮੇਰੇ ਵਰਗੇ ਤਾਂ ਇਮਾਨਦਾਰੀ ਕੋਈ ਨਹੀਂ, ਮੇਰੇ ਵਰਗੇ ਤਾਂ ਸਿਆਣਾ ਕੋਈ ਨਹੀਂ, ਹੋਏਗਾ ਸਿਆਣਾ, ਹੋਏਗਾ ਇਮਾਨਦਾਰ, ਪਰ ਕੰਮ ਤਾਂ ਖਰਾਬ ਕਰਤਾ। ਮੈਂ ਕਹੀ ਜਾਵਾਂ ਮੈਂ ਐਡਾ ਕੁਆਲੀਫਾਈਡ ਸਰਜਨ ਹਾਂ ਜੀ, ਮੈਂ ਤਾਂ ਕਦੇ ਕਿਸੇ ਤੋਂ ਪੈਸੇ ਨਹੀਂ ਲਏ। ਅਗਲਾ ਕਹੋ ਜਨਾਬ ਜਿਹੜਾ ਆਪਰੇਸ਼ਨ ਕਰੇ, ਦੱਸੋ ਮਰੀਜ਼ ਬਚਿਆ ਕਿ ਨਹੀਂ ਬਚਿਆ, ਮਰੀਜ਼ ਦੱਸੋ ਕਿਉਂ ਮਰਿਆ। ਗੱਲ ਤਾਂ ਤੁਸੀਂ ਜੋ ਮਰਜ਼ੀ ਕਹੀ ਜਾਓ, ਆਪਦੇ ਆਪ ਨੂੰ ਆਪੇ ਪੈਰੀ ਪਹਿਨਾ, ਆਪੇ ਬੁੱਢ ਸਕਣ ਨੂੰ ਜੋ ਮਰਜ਼ੀ ਕਹੀ ਜਾਓ, ਸਵਾਲ ਵੱਡਾ ਰਹੇਗਾ। ਉਹ ਨਹੀਂ ਜੀ ਫਲਾਣੇ ਦਾ ਮੁੱਖ ਸੀ, ਫਲਾਣੇ ਨੇ ਨਹੀਂ ਕਰਿਆ, ਫਲਾਣੇ, ਤੂੰ ਕੀ ਕਰਦਾ ਸੀ ਬਾਈ, ਤੂੰ ਵੱਡਿਆ ਕਿਉਂ ਨਹੀਂ, ਤੂੰ ਤਾਂ ਵਿੱਚ ਬੈਠਾ ਸੀ। ਸੋ ਜੇ ਇਹੋ ਜਿਹੀਆਂ ਭਰਤੀਆਂ ਕਰਨਗੇ, ਆ ਤਹਿਸੀਲਦਾਰਾਂ ਦਾ ਇਹ ਆਪ ਸਰਕਾਰ ਨੇ ਆ ਕੇ ਕਰੀ ਸੀ, ਤੁਹਾਨੂੰ ਪਤਾ ਹੀ ਹੈ ਜੋ ਹੋਇਆ। ਉਦੋਂ ਬਾਅਦ ਇੱਥੇ ਇੱਕ ਐਨਾਲਿਸਟਾਂ ਦਾ ਸੀ, ਉਹਦੇ 'ਚ ਵੀ ਇਹੀ ਹੋਇਆ। ਆ ਪੁਲਿਸ ਦੇ ਪਿੱਛੇ ਜਿਹੜਾ ਇੰਸਪੈਕਟਰ ਭਰਤੀ ਕਰਨ ਦਾ ਸੀ ਪੇਪਰ, ਉਹਦੇ ਤੁਹਾਨੂੰ ਪਤਾ ਹੀ ਹੈ 36,000 ਤੋਂ 13,000 ਤਾਂ ਬੰਦਾ ਪੰਜਾਬੀ 'ਚ ਫੇਲ ਹੋ ਗਿਆ। ਅਤੇ ਇਹ ਤੋਂ ਅਸੀਂ ਆਪੇ ਹਿਸਾਬ ਲਾ ਲਓ ਵੀ ਇੱਕ ਪਾਸੇ ਪੜ੍ਹਾਈ ਦਾ ਲਾਵਲ ਕੀ ਹੈ, ਦੂਜੇ ਪਾਸੇ ਪੇਪਰ ਜਿਹੜੇ ਕੰਡਕਟ ਕਰਦੇ ਨੇ, ਤੀਜੇ ਪਾਸੇ ਜਿਹੜੇ ਠੱਗੀਆਂ ਮਾਰਨ ਵਾਲੇ ਨੇ, ਇਹ ਕਿਵੇਂ? ਸੋ ਜੇ ਤੁਸੀਂ ਉਸ ਭਰਤੀ ਦੇ ਉੱਤੇ ਜ਼ੋਰ ਲਾਓਗੇ ਤਾਂ ਤੁਸੀਂ ਅੱਕੀ ਪਲਾਹੀ ਹੱਥ ਪਾ ਰਹੇ ਹੋ, ਤੁਸੀਂ ਔਖੇ ਰਸਤੇ ਹੱਥ ਪਾ ਰਹੇ ਹੋ, ਤੁਹਾਨੂੰ ਮਿਲਣਾ ਕੁਛ ਨਹੀਂ ਉਹਦੇ 'ਚ, ਬਦਨਾਮੀਓ ਬਦਨਾਮੀ ਪੱਲੇ ਪਏਗੀ। ਕਬੀਰ ਸਾਹਿਬ ਨੇ ਕਿਹਾ ਬਾਸਨ ਕਾਰੋ ਪਰਸੀਏ ਤੁਕ ਚਲਾਗੇ ਲਾਗ, ਇਹ ਬਾਸਨ ਕਾਰ ਹੈ। ਇਸ ਕਰਕੇ ਰੁਜ਼ਗਾਰ ਉੱਥੇ ਦਿਓ ਪਹਿਲਾਂ, ਐ ਨਹੀਂ ਵੀ ਇੱਥੇ ਨਹੀਂ ਦੇਣੇ, ਇੱਥੇ ਵੀ ਆਊਂਗਾ ਮੈਂ, ਪਹਿਲਾਂ ਰੁਜ਼ਗਾਰ ਉੱਥੇ ਦਿਓ ਜਿੱਥੇ ਬਹੁਤ ਸਾਰਾ ਰੁਜ਼ਗਾਰ ਮਿਲ ਜਾਏ ਅਤੇ ਪੈਸਾ ਘੱਟ ਲੱਗੇ ਬਲਕਿ ਆਮਦਨ ਵੱਧ ਜਾਏ, ਅਤੇ ਲੋਕਾਂ ਨੂੰ ਸੇਵਾ ਮਿਲਣੀ ਸ਼ੁਰੂ ਹੋ ਜਾਏ, ਜਿਹ 'ਚ ਠੱਗੀ ਹੋ ਹੀ ਨਾ ਸਕੇ ਬਹੁਤੀ। ਕਿਉਂਕਿ ਤੁਹਾਨੂੰ ਪਤਾ ਤੁਹਾਡੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਠੱਗੀ ਨੂੰ ਥੋੜ੍ਹਾ ਰੋਕ ਲੈਣਗੇ ਐਡੀ ਨੂੰ ਇਹ, ਕਿਉਂਕਿ ਇੰਨੇ ਵੱਡੇ ਪ੍ਰਬੰਧ ਨਹੀਂ। ਉਹਦੇ 'ਚ ਇਹਨਾਂ ਕੋਲ 4-5 ਤਰੀਕੇ ਨੇ। ਇੱਕ ਤਾਂ ਹੈਗੇ ਨੇ ਜਿਹਨੂੰ ਅਸੀਂ ਵਾਈਟ ਕਾਲਰ ਜੋਬ ਕਹਿੰਦੇ ਹਾਂ, ਉਹ ਕ੍ਰੀਏਟ ਕਰਨੇ, ਉਹ ਦੇਣੇ। ਇੱਕ ਜਿਹੜੇ ਅਸੀਂ ਬਲੂ ਕਾਲਰ ਕਹਿੰਦੇ, ਯਾਨੀ ਕਿ ਦਿਹਾੜੀ ਵਗੈਰਾ ਦੇ ਜੋਬ, ਦਿਹਾੜੀ ਵਾਲੇ ਜੋਬ ਇਹਨਾਂ ਕੋਲ ਸ਼ਹਿਰਾਂ ਪਿੰਡਾਂ ਦੇ ਵਿੱਚ ਇਹ ਹੈ, ਮਨਰੇਗਾ ਸਕੀਮ ਹੈ ਜਿਹ 'ਚ 32 ਲੱਖ ਲੋਕਾਂ ਦੇ ਕਾਰਡ ਬਣ ਸਕਦੇ ਨੇ, ਤਕਰੀਬਨ 28 ਲੱਖ ਲੋਕਾਂ ਨੂੰ 100 ਦਿਨ ਦਾ ਸਾਲ 'ਚ ਰੁਜ਼ਗਾਰ ਮਿਲ ਸਕਦਾ ਜੀ। 40,000 ਰੁਪਇਆ ਉਹਦੇ ਘਰੇ ਆਏਗਾ, 40,000, ਉਹਦੇ ਵਿੱਚੋਂ ਤਕਰੀਬਨ 12,000 ਕਰੋੜ ਸਟੇਟ 'ਚ ਆਏਗਾ ਜੀ। 'ਚੋਂ ਜੇ ਆਪਾਂ 12% GST ਵੀ ਲਾ ਲਈਏ ਤਾਂ 1,500 ਕਰੋੜ ਰੁਪਇਆ GST ਦਾ ਆਏਗਾ, ਕਿਉਂਕਿ ਉਹ ਲੋਕਾਂ ਨੇ ਸਾਰਾ ਖਰਚਾ ਕਰਨਾ। ਸੋ ਤੁਹਾਡਾ ਬਿਨਾਂ ਕੋਈ ਪੈਸਾ ਲਾਏ ਤੁਹਾਡੇ ਉਸਾਰੀਆਂ ਵੀ ਹੋਈਆਂ, ਤੁਹਾਡੇ ਲੋਕਾਂ ਨੂੰ ਕੰਮ ਵੀ ਮਿਲਿਆ, ਅਤੇ ਤੁਹਾਨੂੰ 1,500 ਕਰੋੜ ਰੁਪਏ ਦਾ ਸਿੱਧਾ ਟੈਕਸ ਆ ਗਿਆ। ਫਿਰ ਉਹਨਾਂ ਨੇ ਉਹ ਸਮਾਨ ਜਿਹੜਾ ਉਹ ਲੈ ਕੇ ਕਿਸੇ ਦਾ ਦੂਜਾ ਦਾ ਸਮਾਨ ਵਿਕੂਗਾ, ਉਹਦੇ ਨਾਲ ਹੋਰ ਪ੍ਰਾਈਵੇਟ ਕੰਮ ਵਧਣਗੇ, ਜੋ ਉਸਾਰੀ ਹੋਏਗੀ, ਜੋ ਫਲ ਪੇੜ ਲੱਗਣਗੇ, ਜੋ ਪਾਣੀ ਬਚੇਗਾ, ਉਹ ਸਾਰਾ ਇੱਕ ਦੂਜੇ ਨਾਲ ਜੁੜਿਆ ਹੋਏਗਾ, ਪਿੰਡਾਂ ਦੇ ਵਿੱਚ ਖੁਸ਼ਹਾਲੀ ਵਧੀਆ ਹੋਏਗੀ, ਥੋੜ੍ਹਾ ਜਿਹਾ ਫਰਕ ਪਏਗਾ, ਫਿਰ ਬਦਮਾਸ਼ੀ ਵੀ ਘਟੇਗੀ, ਕੋਈ ਲੋਕ ਕੰਮ 'ਚ ਲੱਗੇ ਹੋਏ ਨੇ। 28,000 ਨੂੰ 28 ਲੱਖ ਨੂੰ ਤੁਸੀਂ ਕੰਮ ਦੇਤਾ ਤੇ ਬਹੁਤ ਵੱਡਾ, ਕਿਉਂਕਿ ਮੈਂ ਤਾਂ ਗਿਣੇ ਹੀ 20 ਲੱਖ ਨੌਜਵਾਨ ਤਾਂ, ਪਰ ਦੂਜੇ ਜਿਹੜੇ ਅਰਧ ਰੁਜ਼ਗਾਰ ਨੇ ਉਹ ਵੀ ਲੈ ਲੈਣਗੇ। ਜਦ ਇਹ 28 ਲੱਖ ਨੂੰ ਤੁਸੀਂ ਕੰਮ ਦਿੰਦੇ ਹੋ ਤਾਂ 1 ਲੱਖ ਬੰਦਾ ਉਹਦੇ 'ਚੋਂ ਵਾਈਟ ਕਾਲਰ ਜੋਬ ਵਾਲਾ ਵੀ ਆਉਣਾ, ਉੱਥੇ JEE ਚਾਹੀਦੇ ਨੇ, ਉੱਥੇ ਮੇਟ ਚਾਹੀਦੇ ਨੇ, ਉੱਥੇ ਰੁਜ਼ਗਾਰ ਸਹਿਯੋਗ ਚਾਹੀਦੇ ਨੇ, ਉੱਥੇ ਡਾਟਾ ਐਂਟਰੀ ਓਪਰੇਟਰ ਚਾਹੀਦੇ ਨੇ, ਉਹ ਇਹੀ ਨੇ। ਥੋੜ੍ਹਾ ਵੀ ਆਉਂਦਾ ਹੋਵੇ ਤਾਂ ਕਿ ਉਹ ਤਾਂ ਕੰਮ ਹੀ ਮਨਰੇਗਾ ਦਾ ਸੌਖਾ ਕੰਮ ਹੈ, ਕਰ ਲੈਣਗੇ ਉਹ ਵਾਈਟ ਕਾਲਰ ਜੋਬ, ਉਹ ਵੀ ਪੈਸਾ ਜਿਹੜਾ ਕੇਂਦਰ ਤੋਂ ਹੀ ਆਉਣਾ, ਉਹ ਪੈਸੇ 'ਚੋਂ ਵੀ ਉਹਨੇ ਵੀ ਜਿਹੜਾ ਲੱਗੂਗਾ ਉਹ ਜਿਹਾ ਨੌਜਵਾਨ ਉਹਨੇ ਕਿਤੇ ਐਂ ਤਾਂ ਹੈ ਨਹੀਂ ਵੀ ਕੋਈ ਬੈਂਕ 'ਚ ਜਮ੍ਹਾਂ ਕਰਾਉਣੇ ਨੇ, ਉਹਨੇ ਵੀ ਖਰਚਾ ਹੀ ਕਰਨਾ, ਉਹ 'ਚੋਂ ਵੀ ਤੁਹਾਨੂੰ ਆਮਦਨੀ ਹੋਊਗੀ, ਰੁਜ਼ਗਾਰ ਵੀ ਹੋ ਗਿਆ, ਆਮਦਨ ਵੀ ਹੋ ਗਈ। ਇਹ ਤਰੀਕਾ ਹੈਗਾ ਜਿਹੜਾ, ਤੁਹਾਡਾ ਪੈਸਾ ਨਹੀਂ ਲੱਗਦਾ, ਕੋਈ ਹਿੰਗ ਫੜਕ ਨਹੀਂ ਲੱਗਦੀ, ਪਹਿਲਾਂ ਇਹ ਕੰਮ ਹੈ। ਹੁਣ ਦੂਜਾ,
ਦੂਜਾ ਇਹ ਵੀ ਜਿੱਥੇ ਪੈਸਾ ਥੋੜਾ ਲੱਗੇ ਉਹ ਲਾਈਏ। ਉਹ ਕੰਮ ਕੀ ਹੈ ਵੀ ਜਿਵੇਂ ਇਹ ਪਿੰਡਾਂ 'ਚ ਸਕੀਮ ਹੈ, ਤੁਸੀਂ ਸ਼ਹਿਰਾਂ 'ਚ ਮਨਰੇਗਾ ਸਕੀਮ ਸ਼ੁਰੂ ਕਰ ਦਿਓ, ਅਰਬਨ ਮਨਰੇਗਾ MUR ਦੀ ਵਜਾਇ ਨਾ। ਉਹਦੇ ਵਿੱਚ ਇਹ ਹੋ ਜੂਗਾ ਕਿ ਤੁਸੀਂ ਸ਼ਹਿਰਾਂ ਦੇ ਵਿੱਚ ਜਿੰਨੀ ਸਫਾਈ ਕਰਾਉਣੀ ਆ, ਜਿੰਨਾ ਕੂੜਾ ਕਰਕਟ ਪਿਆ ਉਹ ਮਨਰੇਗਾ ਦੇ ਤਹਿਤ ਕਰਾ ਦਿਓ। ਟੋਏ ਪਏ ਨੇ, ਖਰਾਬ ਹੋਇਆ ਪਿਆ, ਲੋਕ ਸੁੱਟੀ ਜਾਂਦੇ ਨੇ, ਤੁਸੀਂ ਅੱਜ ਸੁੱਟਣ ਵਾਲਿਆਂ ਨੂੰ ਰੋਕਣ ਦੇ ਉੱਤੇ ਜ਼ੋਰ ਲਾਈ ਜਾਂਦੇ ਹੋ, ਉਹਨਾਂ ਨੂੰ ਸਜ਼ਾ ਦੇਣ ਤੋਂ ਅੱਗੇ ਉਹ ਕਹਿਣ ਕੋਈ ਨਹੀਂ ਹੌਲੀ ਹੌਲੀ ਇਹਨਾਂ ਨੂੰ ਰੋਕਾਂਗੇ, ਸੁੱਟਣ ਤੋਂ ਪਹਿਲਾਂ ਇਹਨੂੰ ਚੱਕਣਾ ਸ਼ੁਰੂ ਕਰ ਦਿਓ, ਉਹ ਸਾਰਾ ਚੱਕ ਕੇ ਉਹਦੀ ਪ੍ਰੋਸੈਸਿੰਗ ਕਰਵਾਈ ਜਾਓ ਤੇ ਉਹਦੇ ਨਾਲ ਤੁਹਾਡੇ ਕੋਲ ਪੈਸਾ ਜਿਹੜਾ ਉਹ ਕੁਛ ਸੈਂਕੜੇ ਕਰੋੜਾਂ ਦੇ ਨਾਲ ਹੀ ਤੁਹਾਡਾ ਕੰਮ ਚੱਲ ਜਾਏਗਾ। ਤੁਸੀਂ ਚਲਾ ਸਕਦੇ ਹੋ ਇੰਨਾ ਕੁ ਬਜਟ, ਜੋ ਤੁਸੀਂ ਕੱਢ ਲਓ 2000 ਕਰੋੜ ਰੁਪਇਆ। ਫਿਰ ਇਸ ਤੋਂ ਅੱਗੇ ਜਿਹੜੇ ਤੁਸੀਂ ਪਾਰਟ ਟਾਈਮ ਅੱਧ ਰੁਜ਼ਗਾਰ ਦੇ ਦਿਓ ਇਹੋ ਜਿਹੇ ਨੌਜਵਾਨਾਂ ਨੂੰ, ਅੜੀ ਵੀ ਵਰਦੀ ਨੇ, ਅੱਧ ਰੁਜ਼ਗਾਰ ਦੇ ਰਾਹੀਂ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦੇ ਸਕਦੇ ਹੋ, ਜਿਹਦੇ ਨਾਲ ਜਿਹੜਾ ਮਾਸਟਰ ਕਹਿੰਦੇ ਸਾਨੂੰ ਜੀ ਰੋਜ਼ ਵੋਟਾਂ 'ਚ ਲਾਤਾ, ਫਲਾਣਾ ਲਾਤਾ, ਸਾਨੂੰ ਫਲਾਣੀ ਗਣਨਾ 'ਤੇ ਲਾਤਾ, ਇਹਨਾਂ ਨੂੰ ਕਿਸੇ ਨੂੰ ਉਸ ਕੰਮ 'ਤੇ ਨਾ ਲਾਓ। ਇਹਦੇ ਵਾਸਤੇ ਕੀ ਕਰਨਾ ਤੁਸੀਂ? ਤੁਸੀਂ ਲੋਕਾਂ 'ਚ ਹੈਲਥ ਅਵੇਅਰਨੈਸ ਕਰਨੀ ਹੈ, ਤੁਸੀਂ ਆਸ਼ਾ, ਤੁਸੀਂ ਕਹਿੰਦੇ ਹੋ ਅਸੀਂ ਆਮ ਆਦਮੀ ਕਲੀਨਿਕ ਖੋਲ੍ਹਣੇ ਨੇ, ਹਰ 500 ਬੰਦੇ 'ਤੇ, 100 ਘਰ 'ਤੇ ਇੱਕ ਆਸ਼ਾ ਲਾ ਦਿਓ। ਪਹਿਲਾਂ ਹੀ 22,000 ਆਸ਼ਾ ਹੈਗੀ ਹੈ, 45,000 ਹੋਰ ਲੱਗ ਜਾਏਗੀ, 47,000 ਜੋ ਯੰਗ ਕੁੜੀਆਂ ਨੂੰ ਜਦ 3,000 ਰੁਪਇਆ ਜਾਂ ਕੁਛ ਆਨਰੇਰੀਅਮ ਮਿਲੇਗਾ ਨਾਲ ਉਹ ਆਪਦਾ ਕੰਮ ਕਰਨਗੀਆਂ, ਆਪਦੇ ਘਰ ਉਹ ਥੋੜ੍ਹੀ ਜਿਹੀ ਪੱਟੀ ਕਰਨੀ ਹੈ ਕਿ ਦਵਾਈ, ਉਹ ਬੜੀ ਸੌਖੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ, ਉਹ 'ਤੇ ਕੋਈ ਖਰਚਾ ਨਹੀਂ, ਤਾਂ ਉਹ ਕੁੜੀਆਂ ਜਦ ਇੰਨੇ ਕੰਮ 'ਚ ਲੱਗ ਜਾਣਗੀਆਂ ਤੁਹਾਡੇ ਕੋਲ 45,000 ਕੁੜੀਆਂ ਨੂੰ ਤੁਸੀਂ ਕੰਮ 'ਚ ਲਾਤਾ, ਉਹਦੀ ਵਰਦੀ ਪਾ ਕੇ ਆਪਦੇ ਘਰ 'ਚ ਬੈਠੀਆਂ ਕੰਮ ਕਰ ਰਹੀਆਂ ਨੇ, ਜੇ ਮੁਹੱਲੇ 'ਚ ਪਤਾ ਹੈ ਵੀ ਮਾੜੇ ਮੋਟੇ ਟੱਟੀਆਂ ਲੱਗ ਗਈਆਂ, ਉਲਟੀਆਂ ਲੱਗ ਗਈਆਂ, ਬੁਖਾਰ ਹੋ ਗਿਆ, ਸੱਟ ਲੱਗੀ, ਵੀ ਉੱਥੇ ਜਾ ਕੇ ਭੈਣ ਜੀ ਤੋਂ ਦਵਾਈ ਲਾਇਓ ਨਾਲ, ਕਿਉਂਕਿ ਨੇੜੇ ਹੈ, ਬੁੜਾ ਬਜ਼ੁਰਗ ਹੋਰ ਸਭ ਲਾਇਆ, ਉਹ ਤੁਸੀਂ ਕਰ ਸਕਦੇ ਹੋ, ਪਰ ਤੁਸੀਂ ਨਹੀਂ ਕਰਨਾ ਕਿਉਂਕਿ ਤੁਹਾਨੂੰ ਇਹ ਪਸੰਦ ਨਹੀਂ ਹੈ, ਪਰ ਪੈਸਾ ਵੀ ਇਹਦੇ 'ਚ ਕੋਈ ਬਹੁਤਾ ਨਹੀਂ ਲੱਗਦਾ। ਤੁਸੀਂ ਆਪੇ ਹਿਸਾਬ ਲਾ ਲਓ ਵੀ ਜੇ 50,000 ਬੰਦੇ ਨੂੰ 3,000 ਰੁਪਇਆ ਮਹੀਨਾ ਦੇਣਾ ਹੋਵੇ, ਹਾਂਜੀ, ਤੇ 50 ਤੇ 150 ਹਜ਼ਾਰ, ਤੇ ਉਹਦੇ ਨਾਲ ਹੋਰ ਬਿੰਦੀ ਲਾ ਦਿਓ 15 ਲੱਖ, 1.5 ਕਰੋੜ ਤੇ 15 ਕਰੋੜ, 15 ਵਾਰੀ 180, ਸਾਲ ਦਾ ਸਾਰਾ 180 ਕਰੋੜ ਲੱਗਿਆ, ਕਿੰਨਾ ਕੁ ਹੈ 200 ਕਰੋੜ ਨਾਲ ਤੁਸੀਂ ਕਿੰਨੇ ਬੰਦਿਆਂ ਨੂੰ? ਇੱਦਾਂ ਹੀ ਤੁਸੀਂ ਕਹੋ ਵੀ ਅਸੀਂ ਜਿਹੜੇ ਹੈਗੇ ਨੇ ਇਹ ਵਾਤਾਵਰਨ ਦੀ ਅਵੇਅਰਨੈਸ ਵਾਸਤੇ ਬੰਦੇ ਲਾਏ ਹੋਏ ਨੇ, ਜਾਂ ਉਦੋਂ ਪਹਿਲਾਂ ਮੈਂ ਕਹਿੰਦਾ ਕਿਉਂਕਿ ਅਸੀਂ ਡਾਟਾ ਐਂਟਰੀ ਓਪਰੇਟਰ ਲਾਇਆ, ਡਾਟਾ ਐਂਟਰੀ ਕਰਨੀ ਹੈ, 500 ਬੰਦੇ 'ਤੇ ਇੱਕ ਲਾ ਦਿਓ 100 ਘਰ 'ਤੇ, ਲੈ ਭਾਈ ਇਹਨਾਂ ਦਾ ਸਾਰਾ ਦਾ ਜੰਮਣ ਮਰਨ ਜ਼ਮੀਨ ਹੋਰ ਸਾਰੇ ਰਿਕਾਰਡ ਤੂੰ ਆਪਦੇ ਕੰਪਿਊਟਰ 'ਚ ਐਂਟਰ ਕਰਦੇ ਨੇ, ਇੰਨੇ ਪੈਸੇ ਤੈਨੂੰ ਐਂਟਰੀ ਦੇ ਦਿਆਂਗੇ, ਉਦੋਂ ਬਾਅਦ ਤੈਨੂੰ 3,000 ਰੁਪਇਆ ਮਹੀਨਾ ਤੈਨੂੰ ਦਿਆਂਗੇ, ਬਾਕੀ ਜਿਹੜਾ ਤੇਰੇ ਤੋਂ ਸਰਟੀਫਿਕੇਟ ਆਪਦਾ ਕਢਾਉਣਾ ਹੋਊਗਾ ਤੂੰ ਮੋਹਰ ਲਾ ਕੇ ਦੇਣਾ ਆਪਦਾ ਸਾਈਨ ਕਰਕੇ, ਉਹਦੀ ਡਾਟਾ ਦਾ ਇੱਕਦਮ ਪ੍ਰਬੰਧ ਹੋ ਜਾਂਦਾ, ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਆਈ ਕਿ ਉਹ ਹੇਰਾਫੇਰੀ ਨਾ ਕਰ ਸਕੇ, ਅਤੇ ਉਹਨੂੰ ਮੋਹਰ ਲਾ ਕੇ ਸਰਟੀਫਿਕੇਟ ਜਾਰੀ ਕਰੇ, ਉਦੋਂ 5-7 ਰੁਪਏ ਜਿਹੜੇ ਬਹਿ ਲਏ, ਉਹਨਾਂ ਦੇ ਲੋਕਲ ਨਾ ਸਿਵਲ ਸਰਜਨ ਦੇ ਦਾਣਾ, ਨਾ ਕਿਤੇ ਹੋਰ ਕੋਲ ਜਾਣਾ, ਨਾ ਕਿਤੇ ਵੈਲਫੇਅਰ ਦੇ ਜਾਣਾ ਵੀ ਇਹ ਸ਼ਡਿਊਲ ਕਾਸਟ, ਨਾ ਝੂਠਾ ਬਣ ਸਕੇ, ਤੋ ਇੰਨੇ ਤੁਸੀਂ ਉਹਦੇ ਨਾਲ ਵੀ 60,000 ਬੰਦੇ ਨੂੰ ਰੁਜ਼ਗਾਰ ਦੇ ਦਿੱਤਾ, ਅੱਧ ਰੁਜ਼ਗਾਰ, ਪੈਸਾ ਵੀ ਬਹੁਤਾ ਨਹੀਂ ਲੱਗਦਾ, ਉਹੀ 200-300 ਕਰੋੜ ਰੁਪਇਆ ਲੱਗੂ। ਫਿਰ ਤੁਸੀਂ ਲਾਲੇ ਵੀ ਭਾਈ ਆ ਜਾਓ ਤੁਸੀਂ ਸਾਨੂੰ ਇੱਥੇ ਲੋਕਾਂ ਨੂੰ ਅਵੇਅਰਨੈਸ ਦੇਣੀ, ਠੀਕ ਹੈ, ਅਵੇਅਰਨੈਸ 'ਚ ਪਾਣੀ ਬਚਾਉਣਾ, ਕਿਵੇਂ ਸਫਾਈ ਕਰਨੀ, ਜੇ ਉਹ ਉਹਦੇ 'ਤੇ ਲਾ ਦਿਓ 8,000 ਉੱਥੇ ਚਾਹੀਦਾ, ਉਹਨਾਂ ਨੂੰ ਵੀ ਇੱਦਾਂ ਹੀ ਵੀ ਤੁਹਾਨੂੰ ਇੰਨੇ ਕੁ ਪੈਸੇ ਦਿਆਂਗੇ, ਬਾਕੀ ਤੁਸੀਂ ਆਹ ਕੰਮ ਕਰੋ। ਸੋ ਅਸੀਂ ਪਾਰਟ ਟਾਈਮ ਜੋਬ ਜਿਹਨਾਂ ਨੂੰ ਕਹਿੰਦੇ ਹਾਂ, ਉਹ ਸਿਹਤ ਵਾਸਤੇ, ਸਫਾਈ ਵਾਸਤੇ, ਅੰਕੜਿਆਂ ਵਾਸਤੇ, ਹਾਂਜੀ, ਉਹ ਮਨਰੇਗਾ ਥੱਲੇ ਬਹੁਤ ਸਾਰੇ ਮਿਲ ਜਾਣਗੇ, ਉਹਦੇ ਨਾਲ ਕਿੰਨਾ ਜੋਬ ਕਰ। ਹੁਣ ਜਿਹੜੇ ਸਰਕਾਰੀ ਨੌਕਰੀਆਂ, ਫਿਰ ਤੁਸੀਂ ਕਹਿੰਦੇ ਹੋ ਸਰਕਾਰੀ ਨੌਕਰੀਆਂ ਸਾਨੂੰ ਜੋਬ ਦੇਣ ਵਾਸਤੇ, ਫਿਰ ਇਹ ਕਾਫੀ ਜਦ ਇਹਦੇ 'ਚ ਸਾਡਾ ਤਜਰਬਾ ਹੋ ਜੂਗਾ, ਫਿਰ ਅਸੀਂ ਕਾਫੀ ਧਿਆਨ ਇਹ ਕਰਾਂਗੇ ਕਿ ਭਾਈ ਅਸੀਂ ਹੇਰਾਫੇਰੀ ਨਾ ਹੋਣ ਦਈਏ, ਪਹਿਲਾਂ ਉਹ ਜਿਹੇ ਇਮਤਿਹਾਨ ਦਈਏ ਜਿੱਥੇ ਹੇਰਾਫੇਰੀ ਅਸੀਂ ਸੌਖੀ ਰੋਕ ਸਕੀਏ, ਦੂਜੀ ਗੱਲ ਤਨਖਾਹਾਂ ਦੇ ਉੱਤੇ ਸੀਮਾ ਲਾਈਏ, ਪੁਰਾਣਿਆਂ ਨੂੰ ਤਨਖਾਹ ਵਧਾਉਣ ਦੀ ਬਜਾਏ ਨਵਿਆਂ ਨੂੰ ਤਨਖਾਹ ਵੱਧ ਦਈਏ, ਪੈਨਸ਼ਨਾਂ ਵਧਾਉਣ ਦੀ ਬਜਾਏ ਉੱਥੇ ਪੈਸਾ ਲਾਈਏ, ਤਾਂ ਸਾਡਾ ਪੈਸਾ ਵੀ ਬਹੁਤਾ ਨਹੀਂ ਲੱਗੇਗਾ, 58 ਸਾਲ ਤੋਂ ਬਾਅਦ ਹਰੇਕ ਨੂੰ ਰਿਟਾਇਰ ਕਰੀਏ, ਯੂਨੀਵਰਸਿਟੀਆਂ ਦੁਆਰਾ ਲਾ ਲੈਂਦੇ ਨੇ, ਮੈਡੀਕਲ ਕਾਲਜ ਨਾਲ ਦੁਬਾਰਾ ਨਹੀਂ ਲਾਉਂਦੇ, ਨਾ ਰਿਟਾਇਰੀ ਨੂੰ ਲਾਉਣਾ ਹੀ ਨਹੀਂ, ਜਿਹਨੇ ਕਰਨੀਆਂ ਸੇਵਾ ਕਰੇ, ਨਹੀਂ ਕਰਨੀ ਨਾ ਕਰੇ, ਪੈਨਸ਼ਨਾਂ ਸਭ ਦੀਆਂ ਸ਼ੁਰੂ ਕਰਨ, ਉਹਦੇ ਨਾਲ ਥੋੜ੍ਹਾ ਖਰਚਾ ਵੀ ਨਹੀਂ ਵਧੇਗਾ, ਤੁਹਾਡੇ ਕੋਲ ਪੈਸਾ ਬਚੇਗਾ ਬਣ ਕੇ। ਜੇ ਮੈਂ ਕਾਂਗਰਸ ਸਰਕਾਰ ਵਿੱਚ ਜਦ ਇਹਨਾਂ 2 ਸਾਲ ਵਧਾਤੇ ਸੀ, ਅਕਾਲੀਆਂ ਨੂੰ ਵੀ ਕਿਹਾ, ਮੈਂ ਕਿਹਾ ਤੁਸੀਂ ਕਰੀ ਕੀ ਜਾਂਦੇ ਹੋ, ਤੁਸੀਂ ਬੁੱਢਿਆਂ ਦੇ ਗੋਡਿਆਂ 'ਚ ਪਾਣੀ ਪਿਆ, ਉਹਨਾਂ ਨੂੰ ਹੋਰ ਲਾਈ ਜਾਣਾ, ਉਹਨਾਂ ਦੀ ਤਨਖਾਹ ਤਾਂ ਹੈ ਹੀ ਨੋਟਾਂ ਦੀ ਸਭ, ਤੁਹਾਨੂੰ ਪਤਾ ਹੀ ਨਹੀਂ ਵੀ ਕਿੰਨੇ ਪੈਸਿਆਂ ਦਾ ਫਰਕ ਪੈ ਜਾਂਦਾ ਜਦ ਤੁਸੀਂ ਬੰਦੇ ਨੂੰ 2 ਸਾਲ ਦੀ ਐਕਸਟੈਂਸ਼ਨ ਦਿੰਦੇ ਹੋ, ਮੁੜ ਕੇ ਕੋਰਟ ਕੇਸ ਬੁੱਕ ਦੇ ਰਹੇ ਹੋ, ਉਹ ਕਹਿੰਦਾ ਮੈਨੂੰ ਆਹ ਵੀ ਦਿਓ, ਆਹ ਵੀ ਦਿਓ, ਆਹ ਵੀ ਦਿਓ, ਸਾਰਾ ਕੁਝ ਹੀ ਦੇਈ ਜਾਂਦੇ ਹੋ, ਤੁਹਾਨੂੰ ਬੰਦ ਕਰੋ। ਹੁਣ ਹੱਦ ਤਾਂ ਇਹ ਹੈ, ਮੋਬਾਈਲ ਅਲਾਊਂਸ ਦਿੰਦੇ ਸੀਗੇ,
ਉਹ ਮੋਬਾਈਲ ਨਾਲ 500 ਰੁਪਏ ਮਹੀਨਾ ਦੇ ਗਿਆ ਕਈ ਵਾਰੀ ਆਹ ਮੇਰਾ ਇੱਥੇ 600 ਰੁਪਏ ਦਾ ਚਾਰਜ ਹੁੰਦਾ ਤੇ 3 ਮਹੀਨੇ ਚੱਲਦਾ ਰਹਿੰਦਾ ਜਿੰਨਾ ਮਰਜ਼ੀ ਪਤਾ ਨਹੀਂ ਮੈਂ ਕਿੰਨਾ ਵਰਤਦਾ ਫਿਰ ਮੈਂ ਆਮਦਨ ਹੋ ਗਈ ਨਾ ਉਦੋਂ ਅਲਾਊਂਸ ਕਾਹਦਾ ਰਹਿ ਗਿਆ ਉਹ ਸੋ ਇਸ ਕਰਕੇ ਉਹ ਜਿਹੜਾ ਤੌਰ ਤਰੀਕਾ ਹੈ ਉਹ ਤੁਸੀਂ ਠੀਕ ਕਰਨਾ ਫਿਰ ਤੁਸੀਂ ਇਹ ਹੈਗਾ ਜੋਬ ਦੇਣ ਵਾ ਇਹਦੇ ਨਾਲ ਹੀ ਜੁੜਿਆ ਹੋਇਆ ਕਰਪਸ਼ਨ ਕਿਵੇਂ ਘਟੂ ਜਦ ਇਹ ਬੰਦੇ ਕੰਮ ਕਰਨਗੇ ਇਹਨਾਂ ਨੂੰ ਐਕਟਿਵ ਕਰ ਦਿਓ ਵੀ ਤੁਸੀਂ ਆਪਦਾ ਨਸ਼ੇ ਵੀ ਘਟਣਗੇ ਨਸ਼ਿਆਂ ਦੇ ਉੱਤੇ ਐਕਟਿਵ ਹੋ ਜਾਣਗੇ ਫਿਰ ਜਿਹੜਾ ਤੁਹਾਡਾ ਰਜਿਸਟ੍ਰੇਸ਼ਨ ਚ ਸਭ ਤੋਂ ਜ਼ਿਆਦਾ ਹੇਰਾਫੇਰੀ ਹੋ ਰਹੀ ਹੈ ਰੈਵਨਿਊ ਦੀ ਚੋਰੀ ਸਭ ਤੋਂ ਜ਼ਿਆਦਾ ਤਸੀਨਾਂ ਰਾਹੀਂ ਹੋ ਰਹੀ ਉਹ ਰੈਵਨਿਊ ਚੋਰੀ ਰੋਕੀ ਜਾ ਸਕਦੀ ਹੈ ਬਲਦੇਵ ਸਿੰਘ ਸਿਰਸਾ ਜੀ ਨੇ ਕਿਸਾਨ ਆਗੂ ਉਹਨਾਂ ਨੂੰ ਬਣਾ ਲੈਣ ਪੁੱਛ ਲੈਣ ਉਹ ਤੁਹਾਨੂੰ ਕੱਲਾ ਕੱਲਾ ਚਿੱਠਾ ਦੇ ਦੇਣਗੇ ਦੋ ਤਸੀਨਾਂ ਦਾ ਉਸੇ ਹਿਸਾਬ ਨਾਲ ਤੁਸੀਂ ਬਾਕੀ ਤਸੀਨਾਂ ਦੇਖ ਲਓ ਉਹਨਾਂ ਕੋਲ ਕੱਲੇ ਕੱਲੇ ਦਾ ਹਿਸਾਬ ਹੈ ਹੈ ਤਾਂ ਉਹਨਾਂ ਕੋਲ ਬਹੁਤ ਸਾਰਾ ਪਰ ਦੋ ਚਾਰ ਤਸੀਨਾਂ ਦਾ ਸਮਝ ਕੇ ਉਹਨਾਂ ਤੋਂ ਤੁਸੀਂ ਉਸ ਤਰੀਕੇ ਨਾਲ ਰੋਕ ਦਿਓ ਰੋਕ ਸਕਦੇ ਹੋ ਕੋਈ ਔਖਾ ਕੰਮ ਨਹੀਂ ਸਪਸ਼ਟ ਕਹਿਣਾ ਪਊਗਾ ਪਰ ਇਹ ਕਰਨ ਵਾਸਤੇ ਕੀ ਕਰਨਾ ਹੁਣ ਕਰਨ ਵਾਸਤੇ ਇਹ ਨਹੀਂ ਕਰਿਆ ਜਾ ਸਕਦਾ ਵੀ ਤੁਸੀਂ ਆਹ ਦੇਖ ਕੇ ਜੇ ਅਸੀਂ ਇੰਨੇ ਰੁਜ਼ਗਾਰ ਤਾਂ ਪ੍ਰਾਈਵੇਟ ਨੂੰ 2.5 ਲੱਖ ਦਿੱਤਾ ਅਸੀਂ 35,000 ਨੂੰ ਇੱਥੇ ਦੇ ਰਿਹਾ 25,000 ਨੂੰ ਸਰਕਾਰੀ ਨੌਕਰੀ ਦੇ ਰਿਹਾ ਤੇ ਉਹਦੇ ਉੱਤੇ ਦੋ ਦੋ ਪੇਜ ਦੇ ਚਾਰ ਦੋ ਪੇਜ ਦੇ ਇੱਕੋ ਗੱਲ ਦੇ ਕੱਲ ਪੜ੍ਹੇ ਹੋਣਗੇ ਤੁਸੀਂ ਇੱਕੋ ਗੱਲ ਦੇ ਦੋ ਪੇਜ ਹਰ ਅਖਬਾਰ ਚ ਐਡੇ ਇਸ਼ਤਿਹਾਰ ਦੇ ਕੇ ਤਾਂ ਫਿਰ ਪੈਸਾ ਨਹੀਂ ਕਰਨਾ ਸੋ ਤੁਹਾਨੂੰ ਜਦ ਤੁਸੀਂ ਇਸ ਪਾਸੇ ਨੂੰ ਜਾਂਦੇ ਹੋ ਤੁਹਾਨੂੰ ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਲੋਕ ਆਪੇ ਚੇਤਨ ਹੁੰਦੇ ਨੇ ਲੋਕ ਐਕਟਿਵ ਹੁੰਦੇ ਨੇ ਤੁਹਾਨੂੰ ਉਹ ਪੈਸਾ ਆਉਂਦਾ ਸੋ ਉਹਦੇ ਨਾਲ ਤੁਹਾਡਾ ਪਰਿਆਵਰਨ ਵੀ ਸੁਧਰੇਗਾ ਪਾਣੀ ਦੀ ਵੀ ਬੱਚਤ ਹੋਏਗੀ ਕਿਉਂਕਿ ਪਾਣੀ ਦੀ ਅਵੇਅਰਨੈਸ ਦੇ ਰਹੇ ਹੋ ਤੁਸੀਂ ਅਵੇਅਰਨੈਸ ਵਾਸਤੇ ਬੰਦੀ ਲਾ ਤੇ ਉਹ ਮੀਟਿੰਗਾਂ ਕਰਨਗੇ ਇਕੱਠ ਕਰਨਗੇ ਗ੍ਰਾਮ ਸਭਾ ਨੂੰ ਤਾਕਤ ਦਿਓ ਗ੍ਰਾਮ ਸਭਾ ਆਪੇ ਸਾਰਾ ਕੁਛ ਕਰੇਗੀ ਪਿੰਡ ਚ ਆਪੇ ਸਕੂਲ ਨੂੰ ਵੀ ਦੇਖ ਲੇਗੀ ਇਹਦੀ ਵੀ ਅੱਗੇ ਤੁਹਾਡਾ MLA ਜਾ ਕੇ ਘੁੱਗੂ ਜਾ ਲੈ ਕੇ ਖੜਾ ਹੋ ਜਾਵੇ ਵੀ 10 ਵਜੇ ਤੂੰ ਕੀ ਕਰਦਾ ਮਾਸਟਰ ਨੂੰ ਤੂੰ ਗੈਰ ਹਾਜ਼ਰ ਕਿਉਂ ਹੈ ਫਿਰ ਉਹ ਝਗੜਾ ਪੈ ਜੇ ਉਹ ਜਿਹੜੀ ਗ੍ਰਾਮ ਸਭਾ ਨੂੰ ਜਦ ਤੁਸੀਂ ਐਕਟਿਵ ਕਰ ਦੋਗੇ 13,000 ਨੂੰ ਕਿਹਾ ਸੀ ਇਹਨਾਂ ਨੇ ਕਦੀ ਕੁੜੀ ਨਹੀਂ ਹੈ ਨਾ ਤਾਂ ਪਿੰਡ ਚ ਕਬਜ਼ੇ ਹੋਣ ਦੇਣ ਨਾ ਉਹ ਆਟਾ ਦਾਲ ਦੇ ਝੂਠੇ ਕਾਰਡ ਬਣ ਦੇਣ ਕਿਉਂਕਿ ਉਹਨਾਂ ਨਹੀਂ ਬਣਾਉਣੇ ਨੇ ਉਹ ਲੀਗਲੀ ਤੇ ਨਾ ਉਹ ਕਿਸੇ ਦਾ ਹੈਂਡੀਕੈਪ ਦਾ ਝੂਠਾ ਸਰਟੀਫਿਕੇਟ ਲੈਣ ਦੇਣ ਨਾ ਉਹ ਫਿਰ ਜਿਹੜੀਆਂ ਪੈਨਸ਼ਨਾਂ ਨੇ ਉਹ ਝੂਠੀਆਂ ਦਕੰਦੇ ਨੇ ਕਿਉਂਕਿ ਇਕੱਠ ਚ ਫੈਸਲੇ ਹੁੰਦੇ ਨੇ ਜਦ ਇਕੱਠੇ ਹੋ ਕੇ ਉਦੋਂ ਫਿਰ ਚੋਰੀ ਠੱਗੀ ਨਹੀਂ ਚੱਲਦੀ ਬਹੁਤੀ ਚੋਰੀ ਠੱਗੀ ਚੱਲਦੇ ਚੋਰੀ ਚ ਬੁੱਕਲ ਚ ਗੁੜ ਭੰਨ ਕੇ ਇਹ ਬੁੱਕਲ ਚ ਗੁੜ ਭੰਨਦੇ ਨੇ ਆਪ ਵੀ ਬੁੱਕਲ ਚ ਹੀ ਭੰਨਦੇ ਨੇ ਜਦ ਇਹ ਬੁੱਕਲ ਚ ਗੁੜ ਭੰਨਣਗੇ ਜੇ ਹੋਏ ਨੇ ਫਿਰ ਕਿਵੇਂ ਕਰਨਗੇ ਸੋ ਇਸ ਕਰਕੇ ਇਹਨਾਂ ਦਾ ਜਿਹੜਾ 2027 ਤੱਕ ਇਹ ਸੁਪਨਾ ਹੈ ਸੁਪਨਾ ਹੈ ਪਰ ਲੈ ਰਹੇ ਨੇ ਇਹ ਉਸ ਪਾਸੇ ਕਦਮ ਵਧਾਉਣ ਦੀ ਬਜਾਏ ਕਿਸੇ ਕਦਮ ਕਿਸੇ ਹੋਰ ਪਾਸੇ ਵਧਾ ਰਹੇ ਐਂ ਨਹੀਂ ਵੀ ਉਹਨਾਂ ਦਾ ਕੋਈ ਅਸਰ ਨਹੀਂ ਹੋਏਗਾ ਪਰ ਉਹਨਾਂ ਦਾ ਬਹੁਤਾ ਅਸਰ ਪੈਣਾ ਨਹੀਂ ਤੇ ਜ਼ੋਰ ਜ਼ਿਆਦਾ ਰੱਖਣਾ ਸੋ ਜੇ ਤੁਸੀਂ ਉਹੋ ਜਿਹੇ ਕੰਮ ਤੇ ਇਹਨਾਂ ਦਾ ਹਾਲ ਕੀ ਹੈ ਪੇਪਰ ਆ ਗਿਆ ਪੇਪਰ ਹੈ ਬਹੁਤ ਔਖਾ ਪਰ ਉਹ 'ਚ ਕੁਛ ਸੌਖੇ ਸਵਾਲ ਵੀ ਨੇ ਪਰ ਪਹਿਲਾਂ ਔਖੇ ਪਏ ਨੇ ਸਾਹਮਣੇ ਤੁਸੀਂ ਆਮ ਲੋਕਾਂ ਨੇ ਕਿਹਾ ਵੀ ਇਹੋ ਜਿਹੇ ਸਵਾਲ ਆਉਣਗੇ ਤੁਸੀਂ ਪਹਿਲਾਂ ਔਖੇ ਸਵਾਲ ਤੇ ਅੜ ਜਾਓ ਬਸ ਉਸ ਤੇ ਲੱਗੇ ਰਹੋ ਨਾਲੇ ਤੁਹਾਡੇ 3 ਘੰਟੇ ਖਤਮ ਹੋ ਜਾਣਗੇ ਹੋ ਸਕਦਾ ਤੁਸੀਂ ਉਹਨੂੰ ਹੱਲ ਕਰ ਲਓ ਇੱਕ ਨੂੰ ਜਾਂ ਦੂਜੇ ਨੂੰ ਕਰ ਲਓ 98 ਸਵਾਲ ਰਹਿ ਜਾਣਗੇ ਜੇ ਤੁਸੀਂ ਪਹਿਲਾਂ ਨਿਸ਼ਾਨੀ ਲਾ ਕੇ ਮੈਂ ਆ PMT ਦਾ ਪੇਪਰ ਬੱਚੇ ਦਿੰਦੇ ਸੀ ਉਹਨਾਂ ਨੂੰ ਸਮਝਾਉਂਦਾ ਸੀ ਆਪਦੇ ਸਾਰਿਆਂ ਵੀ ਪਹਿਲਾਂ ਤੁਸੀਂ ਜਿਹੜੇ ਸੌਖਾ ਕੰਮ ਹੈ ਫਟਾਫਟ ਦੇਖ ਲਓ ਸੌਖੇ ਸੌਖੇ ਕਰ ਲਓ ਜਾਂ ਤਾਂ ਹੋ ਗਿਆ ਫਿਰ ਔਖਾ ਸ਼ੁਰੂ ਕਰ ਲਓ ਫਿਰ ਉਦੋਂ ਔਖਾ ਕਰੋ ਜੇ ਪਹਿਲਾਂ ਹੀ ਔਖੇ ਤੇ ਹੁੰਦੇ ਫਿਰ ਤਾਂ ਤੁਹਾਡਾ ਹੋਣਾ ਹੀ ਨਹੀਂ ਤੁਸੀਂ ਉੱਥੇ ਹੀ ਫਸ ਕੇ ਬਹਿ ਜਾਓਗੇ ਇਹਨਾਂ ਤਹਿਸੀਲਦਾਰਾਂ ਨੂੰ ਹੱਥ ਫਾਈ ਤੁਹਾਨੂੰ ਪਤਾ ਹੀ ਹੈ ਜੋ ਹਾਲ ਹੋਇਆ IAS ਅਫਸਰ ਨੂੰ ਹੱਥ ਫਾਈ ਤੁਹਾਨੂੰ ਪਤਾ ਹੀ ਹੈ ਜੋ ਹਾਲ ਹੋਇਆ ਆਹ ਹੁਣ ਬਿਊਰੋਕਰੇਟ ਇਹਨਾਂ ਨੂੰ ਹੱਥ ਪਾ ਰਹੇ ਨੇ ਪੋਲੀਟੀਸ਼ੀਅਨਾਂ ਨੂੰ ਉਹਦੇ 'ਚ ਵੀ ਤੁਹਾਨੂੰ ਪਤਾ ਹੀ ਹੈ ਜੋ ਹਾਲ ਹੋ ਰਿਹਾ ਤੁਸੀਂ ਦੱਸ ਤਾਂ ਦਿਓ ਵੀ ਕਿਹੜੇ ਜਿਹੜੇ ਪਾਸੇ ਤੁਸੀਂ ਹੱਥ ਪਾਉਂਦੇ ਤੁਹਾਡਾ ਹਾਲ ਹੈ ਮਾੜਾ ਕਿਉਂ ਹੁੰਦਾ ਇਹਦਾ ਮਤਲਬ ਤੁਹਾਨੂੰ ਹੱਥ ਪਾਉਣਾ ਨਹੀਂ ਆ ਰਿਹਾ ਜੀ ਤੁਸੀਂ ਜਾਂ ਧੱਕੇ ਨਾਲ ਪਾਉਂਦੇ ਆਫਟਰ ਕੋਈ ਕਾਨੂੰਨ ਹੈ ਤੁਸੀਂ ਐਂ ਥੋੜ੍ਹਾ ਵੀ ਗੋਲੀ ਮਾਰ ਦੋਗੇ ਹਰੇਕ ਦੀ ਤੁਸੀਂ 2-4 ਤੋਂ ਮੀਡੀਆ ਵਾਲਿਆਂ ਨੂੰ ਦਵਾ ਲਓਗੇ ਮੀਡੀਆ ਨੂੰ ਚਾਹੇ ਕੁਛ ਵੀ ਕਰਕੇ ਰੋਕ ਲਓਗੇ ਆਪਦਾ ਮੀਡੀਆ ਦਾ ਬੰਦਾ ਲਾਇਆ ਵੀ ਝੂਠ ਤਮਾਨ ਵੀ ਮਰਾਉਣਾ ਸ਼ੁਰੂ ਕਰ ਦਿਓ ਦਬਕੇ ਵੀ ਮਰਵਾ ਦਿਓ ਪਰ ਤੁਸੀਂ ਸਾਰਿਆਂ ਦੀ ਜਵਾਨਬੰਦੀ ਨਹੀਂ ਕਰ ਸਕਦੇ ਤੁਸੀਂ ਜਵਾਨਬੰਦੀ ਕਰਕੇ ਵੀ ਕੰਮ ਠੀਕ ਨਹੀਂ ਕਰ ਸਕਦੇ ਚਲੋ ਮੰਨ ਲਓ ਵੀ ਜਵਾਨਬੰਦੀ ਕਰਤੀ ਫਿਰ ਵੀ ਕੰਮ ਨਹੀਂ ਹਾਲਾਂਕਿ ਜਵਾਨਬੰਦੀ ਦਾ ਕੋਈ ਮਤਲਬ ਨਹੀਂ ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੁਣ ਤੁਸੀਂ ਸਵਾਲ ਕਰ ਲਓ ਜਿਹੜਾ ਕਰਨਾ ਵੀ ਇਹ ਰਸਤਾ ਆਪਦੇ ਵੱਲੋਂ ਇਹਨਾਂ ਦੇ ਇਰਾਦਿਆਂ ਦੇ ਉੱਤੇ ਨਾ ਵੀ ਕੋਈ ਟਿੱਪਣੀ ਕਰਦੇ ਹੋਏ ਇਰਾਦੇ ਮੰਨਦੇ ਹੋਏ ਕਿ ਇਹਨਾਂ ਦੇ ਇਰਾਦੇ ਚੰਗੇ ਨੇ ਇਹ ਮੰਨਦੇ ਹੋਏ ਕਿ ਕੁਛ ਕਰਨਾ ਚਾਹੁੰਦੇ ਨੇ ਇਹ ਵੀ ਮੰਨ ਕੇ ਚਲੋ ਦੋ ਮੰਨ ਲਓ ਵੀ ਇਮਾਨਦਾਰ ਨੇ ਦੋ ਘੜੀ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਮਾਨੂ ਕੇ ਦਾ ਰੌਲਾ ਪਿਆ ਹੋਰ ਪਿਆ ਉਹ ਤੈਨੂੰ ਕੋਲ ਜਵਾਬ ਨਹੀਂ ਹੈ ਵੈਸੇ ਵੀ ਉਹ ਕੋਠੀ ਕਿਵੇਂ ਆਈ ਉਹਨਾਂ ਕੋਲੇ ਤੇ ਪਰ ਇਹਦੇ ਬਾਵਜੂਦ ਆਪਾਂ ਮੰਨ ਲਓ ਵੀ ਇਮਾਨਦਾਰ ਨੇ ਹਾਲਾਂਕਿ ਉਹ ਭਵਾਨੀਗੜ੍ਹ ਚੋਂ ਕੁੜੀ ਹਾਲਾਂਕਿ ਨਵੀਂ ਨਵੀਂ MLA ਬਣੀਆਂ ਸੰਗਰੂਰ ਉਹਦੇ ਉੱਤੇ ਭਵਾਨੀਗੜ੍ਹ ਚ ਟਰੱਕ ਯੂਨੀਅਨ ਦੇ ਦੋਸ਼ ਲੱਗਦੇ ਸੀ ਜੇ ਉਹ ਜੇ ਦੋਸ਼ ਲੱਗਦੇ ਨੇ ਤਾਂ ਤੁਹਾਨੂੰ ਪਬਲਿਕ ਨੂੰ ਦੱਸਣਾ ਪਏਗਾ ਵੀ ਦੋਸ਼ ਨਹੀਂ ਹੈ ਕਿਉਂਕਿ ਮੈਂ ਵੀ ਉੱਚੇ ਅਹੁਦਿਆਂ ਤੇ ਰਿਹਾ ਸਰਕਾਰ ਦਿਆਂ ਤੇ ਜੇ ਇੱਕ ਵੀ ਕੋਈ ਕਰਦਾ ਸੀ ਕਿ ਜੀ ਤੁਸੀਂ ਯੂਨੀਵਰਸਿਟੀ ਆ ਹੋਣ ਲੱਗਿਆ ਸੀ ਨਾਲ ਦੇ ਨਾਲ ਦੇਖਦੇ ਵੀ ਕਿ ਯਾਰ ਇਹ ਕਿਤੇ ਗੜਬੜ ਹੋ ਤਾਂ ਨਹੀਂ ਰਹੀ
ਹਾਲਾਂਕਿ 99% ਗਲਤ ਹੁੰਦੇ, 1-2% ਠੀਕ ਵੀ ਹੁੰਦੇ ਜਿਹਨੂੰ ਦੱਸਦੇ ਸੀ, ਅਸੀਂ ਲੱਭ ਲੈਂਦੇ ਹੋ, ਫਿਰ ਉਹਨੂੰ ਅਸੀਂ ਦੂਰ ਕਰਦੇ ਸੀ। ਸੋ ਆਲੋਚਨਾ ਨੂੰ ਬੰਦ ਨਹੀਂ ਕਰੀਦਾ, ਆਲੋਚਨਾ ਸੁਣੀ ਦੀ ਆ ਤੇ ਜਿਹੜੀ ਆਲੋਚਨਾ ਦੇ ਹਿਸਾਬ ਨਾਲ ਕੋਈ ਤੁਹਾਨੂੰ ਨੁਕਸ ਪਿਆ ਹੋਇਆ ਉਹਨੂੰ ਦੂਰ ਕਰੀਦਾ। ਹਾਂਜੀ ਹੁਣ ਡਾਕਟਰ ਸਾਹਿਬ ਮੈਂ ਦੂਸਰਾ ਤੇ ਆਖਰੀ ਸਵਾਲ ਕਰਾਂਗਾ ਕਿ ਇੱਕ ਤਾਂ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਅਸੀਂ 7.5% 2030 ਤੱਕ ਲੈ ਕੇ ਜਾਣੀ ਵਿਕਾਸ ਦਰ, ਤੇ ਉਸ ਤੋਂ ਬਾਅਦ 2047 ਤੱਕ 10%, ਇਹਦੇ ਵਿੱਚ 2.5% ਦਾ ਜ਼ਿਕਰ ਹੈ ਕਿ 17 ਸਾਲਾਂ ਦੇ ਵਿੱਚ 2.5% ਹੋਏਗੀ ਮਤਲਬ ਕਿ, ਤੇ ਕੀ ਇਹ ਸਾਲਾਨਾ ਦਰ ਦੇ ਹਿਸਾਬ ਨਾਲ ਨਹੀਂ ਦੱਸਿਆ ਜਾ ਸਕਦਾ ਕਿ ਅਸੀਂ ਇੱਕ ਟੀਚਾ ਸਥਾਪਿਤ ਕਰ ਦਿੱਤਾ ਕਿ ਹੁਣ 2023 ਆ ਤੇ ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਹੀ ਜੂਨ 2024 ਦੇ ਵਿੱਚ ਸਾਡੀ ਵਿਕਾਸ ਦਰ ਇੰਨੀ ਹੋਏਗੀ, ਸਾਡਾ ਇਹ ਟੀਚਾ ਹੈ ਤੇ ਅਸੀਂ ਇਹ ਸਾਰਾ ਕੁਛ ਕਰਨਾ। ਉਹਦੇ ਵਿਚਾਲੇ ਜਦੋਂ ਅਸੀਂ ਮਾਫੀਏ ਦੀ ਗੱਲ ਕਰਦੇ ਹਾਂ ਜਾਂ ਜਿਸ ਤਰੀਕੇ ਦੇ ਨਾਲ ਕਤਲੋ ਗਾਰਤ ਹੋ ਰਹੀ ਹੈ ਜਾਂ ਜਿਸ ਤਰੀਕੇ ਦੇ ਵਪਾਰੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ, ਜਿਵੇਂ ਕਹਿੰਦੇ ਕਿ ਉਹ ਆਉਣਗੇ ਤੇ ਉਹਦੇ ਨਾਲ ਸਾਡੀ ਵਿਕਾਸ ਦਰ ਨੂੰ ਹੁਲਾਰਾ ਮਿਲੇਗਾ, ਇਹ ਸਾਰੇ ਦਾ ਵੀ ਹੱਲ ਕਰਨ ਦੀ ਲੋੜ ਹੈ। ਕਾਨੂੰਨੀ ਜਿਹੜੇ ਮਸਲੇ ਨੇ ਜਿਵੇਂ ਮਾਫੀਆ ਜਿਹੜਾ ਸ਼ਰਾਬ ਘੁਟਾਲੇ ਦੀ ਗੱਲ ਆਉਂਦੀ ਹੈ ਜਾਂ ਹੋਰ ਥਾਂ ਥਾਂ ਦੇ ਉੱਤੇ ਜੋ ਜੋ ਕੁਛ ਚੱਲ ਰਿਹਾ, ਉਹ ਸਾਰੇ ਵੀ ਆਪਣੇ ਆਪ 'ਚ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ। ਮੇਰਾ ਮੁੱਢਲਾ ਸਵਾਲ ਇਹੀ ਹੈ ਕਿ ਕੀ ਸਲਾਨਾ ਢੰਗ ਦੇ ਨਾਲ ਨਹੀਂ ਇਹ ਕੀਤਾ ਜਾ ਸਕਦਾ ਕਿ ਅਸੀਂ ਇੱਕ ਸਾਲ 'ਚ ਇਹ ਕੁਛ ਕਰ ਦਿਆਂਗੇ, ਤੇ ਨਾਲੇ ਇਹ ਦੱਸਿਓ ਕਿ ਮੌਜੂਦਾ ਵਿਕਾਸ ਦਰ ਕੀ ਆ, ਤੇ ਜਿਵੇਂ ਕਹਿ ਰਹੇ ਨੇ ਕਿ 2030 ਤੱਕ 7.5% ਆ, 2030 ਨੂੰ 7 ਸਾਲ ਰਹਿ ਗਏ ਤੇ ਉਸ ਤੋਂ ਬਾਅਦ 17 ਸਾਲਾਂ ਦੇ ਵਿੱਚ 2.5% ਵਧਣਾ। ਦੇਖੋ ਜਿਹੜੀ ਸਾਨੂੰ ਦੋ ਤਿੰਨ ਗੱਲਾਂ ਨੂੰ ਸਮਝਣਾ ਪਏਗਾ। ਪਹਿਲੀ ਗੱਲ ਜਿਹੜਾ ਤੁਸੀਂ ਕਹਿੰਦੇ ਹੋ ਵੀ ਹਰ ਸਾਲ ਦੱਸਣਾ, ਸਾਲ ਦਰ ਸਾਲ ਦੇ ਟੀਚੇ ਹੁੰਦੇ ਨੇ, ਤਮਾਹੀ ਤਮਾਹੀ ਵੀ ਟੀਚੇ ਆਉਂਦੇ ਨੇ, ਐਂ ਨਹੀਂ ਆ ਵੀ ਨਹੀਂ ਆਉਂਦੇ, ਉਹ ਭਾਰਤ ਸਰਕਾਰ ਦੇ ਵੀ ਹੁੰਦੇ ਨੇ, ਪੰਜਾਬ ਸਰਕਾਰ ਦੇ ਵੀ ਹੁੰਦੇ ਨੇ, ਸੂਬਿਆਂ ਨੂੰ ਵੀ ਜੋੜਿਆ ਜਾਂਦਾ, ਇਹੋ ਜਿਹਾ ਕੋਈ ਚੱਕਰ ਨਹੀਂ ਹੈ। ਆਮ ਲੋਕਾਂ ਨੂੰ ਜੇ ਤੁਸੀਂ ਹਰ ਵਕਤ ਅੰਕੜਿਆਂ ਦੀ ਖੇਡ 'ਚ ਪਾਈ ਰੱਖੋਗੇ ਤਾਂ ਔਖਾ ਹੁੰਦਾ, ਪਰ ਜੇ ਕੋਈ ਕਹੇ ਵੀ ਮੈਂ 3 ਮਹੀਨਿਆਂ ਦਾ ਲਾ ਕੇ ਵੀ 3 ਮਹੀਨੇ ਆ, ਇਸ ਤੋਂ ਅੱਗੇ ਐਂ ਨਹੀਂ ਹੁੰਦਾ ਹੁੰਦਾ, ਲੰਮੇ ਦਰਦਾ ਵਰ ਕੇ ਅਸੀਂ, ਸਾਡਾ ਇਤਰਾਜ਼ ਹੀ ਇਹ ਹੈ ਵੀ ਅੱਜ ਜਿਹੜੀ ਯੋਜਨਾਬੰਦੀ ਕਰੀ ਜਾ ਰਹੀ ਹੈ ਉਹ ਛੋਟੇ ਸਮੇਂ ਵਾਸਤੇ ਕਰੀ ਜਾਂਦੀ ਹੈ। ਤੁਸੀਂ ਅੱਜ ਇੱਕ ਬੱਸ ਸਟੈਂਡ ਬਣਾਉਂਦੇ ਹੋ ਤੇ 5 ਸਾਲਾਂ ਬਾਅਦ ਉਹ ਫਿਰ ਆਬਾਦੀ 'ਚ ਘਿਰ ਜਾਂਦਾ, ਜਾਂ ਫਿਰ ਤੁਸੀਂ ਅੱਜ ਇਹੋ ਜਿਹਾ ਬਣਾਉਂਦੇ ਹੋ ਪਟਿਆਲੇ ਬਣਾਇਆ, ਇੰਨਾ ਦੂਰ ਬਣਾਤਾ, ਤੁਸੀਂ ਦੇਖੋ ਸੀ ਲੋਕਾਂ ਦਾ ਕਿੰਨਾ ਰੁਜ਼ਗਾਰ, ਤਾਂ ਬਣਦੀ ਵਿੱਚ ਸਮਾਂ ਖਤਮ ਹੋ ਗਿਆ। ਆਹ ਮੁਹਾਲੀ ਬਣਾਇਆ ਸੀ ਉਹ ਚੱਲੇ ਹੀ ਨਹੀਂ, ਇਹਦੇ ਉਲਟ ਅੰਮ੍ਰਿਤਸਰ ਦੇ ਵਿੱਚ ਬਣਿਆ ਹੋਇਆ ਕਿੰਨੇ ਸਾਲਾਂ ਤੋਂ ਉਹੀ ਬੱਸ ਸਟੈਂਡ ਚੱਲ ਰਿਹਾ, ਘੱਟੋ ਘੱਟ 40 ਸਾਲ ਤੋਂ ਤਾਂ ਮੈਂ ਦੇਖ ਰਿਹਾ, 50 ਸਾਲ ਤੋਂ। ਜਲੰਧਰ ਦੇ ਵਿੱਚ ਬਣਿਆ ਹੋਇਆ, ਲੁਧਿਆਣੇ 'ਚ ਬਣਿਆ ਹੋਇਆ, ਜੇ 40-50 ਸਾਲ ਤੋਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵਰਗੇ ਸ਼ਹਿਰਾਂ ਦੇ ਬੱਸ ਸਟੈਂਡ ਠੀਕ ਚੱਲ ਰਹੇ ਨੇ, ਹੁਸ਼ਿਆਰਪੁਰ ਦਾ ਚੱਲ ਰਿਹਾ 25-30 ਸਾਲ ਤੋਂ, ਤੇ ਫਿਰ ਇਹ ਪਟਿਆਲੇ 'ਚ ਜਾਂ ਬਠਿੰਡੇ ਦਾ ਵੀ ਠੀਕ ਹੀ ਚੱਲ ਰਿਹਾ, ਕਾਫੀ ਦੇਰ ਦਾ ਬਣਿਆ ਉਹ ਤਾਂ, ਬਲਕਿ ਮੈਨੂੰ ਯਾਦ ਹੈ 1975 'ਚ ਮੈਂ ਬਠਿੰਡੇ ਗਿਆ ਸੀ, ਉਦੋਂ ਵੀ ਉੱਥੇ ਹੀ ਸੀ ਉਹ ਬੱਸ ਸਟੈਂਡ, ਨਵੀਂ ਜਗ੍ਹਾ ਉਹ ਹਸਪਤਾਲ ਅੱਗੇ ਬਣਿਆ। ਸੋ ਇਹ ਜਿਹੜਾ ਹੈਗਾ ਜਦ ਤੁਸੀਂ ਬੱਸ ਯੋਜਨਾਬੰਦੀ ਕਰਦੇ ਹੋ ਉਹ ਲੰਮੇ ਦਾਦੀ ਹੁੰਦੀ ਹੈ, ਇਹ ਲੰਮੇ ਦਾਦੀ ਯੋਜਨਾਬੰਦੀ ਕਿਹੋ ਜਿਹੀ ਕਰਦੇ ਨੇ, ਇੱਕ ਅੱਧੀ ਗੱਲ, ਇਹਨਾਂ ਨੇ ਰਾਜਪੁਰੇ ਪੁੱਲ ਬਣਾਇਆ, ਉਹ ਪੁੱਲ ਚੱਲਿਆ ਹੀ ਨਹੀਂ, ਲੋਕਾਂ ਦੇ ਵਿੱਚ ਐਕਸੀਡੈਂਟ ਹੋਏ, ਬੁਰਾ ਹਾਲ ਹੋਇਆ, ਜਿਹੜਾ ਮਿੱਤਲ ਨਰਸਿੰਗ ਹੋ, ਕਿਉਂਕਿ ਕੋਈ ਸਿਫਾਰਸ਼ਾਂ ਬਿੰਗਾ ਟੇਢਾ ਬਣਾਤਾ, ਜਿਸ ਤਰ੍ਹਾਂ ਜਿੱਥੇ ਬਣਾਉਣਾ ਸੀ ਉੱਥੇ ਬਣਾਇਆ ਨਹੀਂ, ਉੱਥੇ ਅੱਜ ਵੀ ਨਹੀਂ ਬਣਿਆ ਹੋਇਆ ਰਾਜਪੁਰੇ ਨੂੰ ਐਂਟਰੀ ਵਾਸਤੇ, ਹੁਣ ਉਹ ਦੂਜੇ ਪਾਸੇ ਦੀ ਤਾਂ ਬਣਾਇਆ ਅਮਾਲੇ ਵਾਲੇ ਸਾਈਡ ਤੋਂ ਤਾਂ, ਪਰ ਇੱਧਰੋਂ ਤਾਂ ਐਂਟਰੀ ਉਹੀ ਪੁੱਲ ਆ, ਅਜੇ ਤਾਂ ਬਣਿਆ ਨਹੀਂ ਹੈਗਾ, ਪੁੱਲ ਦੇ ਉੱਤੇ ਤਾਂ ਨਹੀਂ, ਅਜੇ ਤਾਂ ਫਾਟਕ ਉਹੀ ਲੱਗਿਆ ਹੁੰਦਾ, ਜਿਹਨੇ ਰਾਜਪੁਰੇ ਸ਼ਹਿਰ 'ਚ ਬੱਸ ਨੇ ਜਾਣਾ ਉਹਦੇ ਵਾਸਤੇ ਫਾਟਕ ਆਉਣਾ ਹੀ ਆਉਣਾ। ਸੋ ਉਹ ਬਣਾਇਆ ਨਹੀਂ, ਉੱਧਰ ਬਣਾਇਆ ਸੀ ਉਹ ਗੜਬੜ ਹੋ ਗਈ, ਇੱਧਰ ਦਾ ਨਾਲੇ ਨੇੜੇ ਸੀ, ਦੂਜੇ ਦੇ ਨਾਲ ਹੀ ਜੁੜ ਜਾਣਾ ਸੀ। ਸੋ ਇੱਕ ਤਾਂ ਇਹ ਮੈਂ ਜਿਵੇਂ ਮੈਂ ਤੁਹਾਨੂੰ ਬੱਸ ਸਟੈਂਡ ਦੱਸਦਾ, ਮੁਹਾਲੀ ਦਾ ਬਣਾਇਆ ਵੱਡਾ, ਉੱਥੇ ਅੰਦਰ ਬੱਸਾਂ ਜਾਂਦੀਆਂ ਹੀ ਨਹੀਂ, ਆਹ ਹੁਣ ਪਟਿਆਲੇ ਦਾ ਬਣਾਇਆ, ਉੱਥੇ ਬੱਸਾਂ ਤਾਂ ਜਾਣ ਲੱਗ ਗਈਆਂ, ਧੱਕੇ ਧੁੱਕੇ ਨਾਲ ਜਾਣਗੀਆਂ, ਪਰ ਲੋਕਾਂ ਦਾ ਹਾਲ ਦੇਖਿਓ, ਜਿੰਨਾ ਰੁਜ਼ਗਾਰ ਉੱਥੋਂ ਖਤਮ ਹੋ ਗਿਆ ਲਾ ਲਿਓ, ਉਹ ਦੇਖੋ ਗੁਰਦੁਆਰਾ ਦੁੱਖ ਨਿਵਾਰਨ ਉੱਥੇ, ਕਾਲੀ ਦੇਵੀ ਦਾ ਮੰਦਰ ਉੱਥੇ, ਰੇਲਵੇ ਸਟੇਸ਼ਨ ਉੱਥੇ, ਕਚਹਿਰੀਆਂ ਉੱਥੇ, ਤੇ ਆਪਣਾ ਬਾਜ਼ਾਰ ਉੱਥੇ ਨਾਲ, ਰਜਿੰਦਰਾ ਹਸਪਤਾਲ ਉੱਥੇ, ਇਹਨਾਂ ਚੀਜ਼ਾਂ 'ਤੇ ਲੋਕ ਜਾਂਦੇ ਨੇ, ਇਹਨਾਂ ਨੇੜੇ ਉੱਥੇ ਨੇੜੇ ਕਾਲਜ ਬੱਚਿਆਂ ਦੇ, ਅਤੇ ਉੱਥੋਂ ਸਿੱਧਾ ਮੋਦੀ ਕਾਲਜ, ਮਹਿੰਦਰਾ ਕਾਲਜ, ਕਿੱਥੇ ਠਾਠਾ ਆਟੋ ਜਾਂਦੇ ਨੇ, ਹੈ ਸਟੇਟ ਕਾਲਜ, ਮੈਨੂੰ ਕੋਈ ਦੱਸੇ ਤਾਂ ਸਹੀ ਥਾਪਰ ਕਾਲਜ ਨੂੰ ਸਿੱਧੇ ਆਟੋ ਜਾਂਦੇ ਨੇ, ਤੁਸੀਂ ਕੋਈ ਦੱਸੇ ਵੀ ਆਏ ਆਹ ਬੱਸ ਸਟੈਂਡ ਬਣਾ ਕੇ ਤੁਸੀਂ ਕੀ ਖੱਟਿਆ, ਕਿਹੜੀ ਸੀ ਮਤਲਬ ਕਿਹੜੀ ਖਾਸ ਗੱਲ ਕਰੀ ਹੈ, ਇਹਦਾ ਮਤਲਬ ਕੋਈ ਨਾ ਕੋਈ ਪਲੈਨਿੰਗ 'ਚ ਗੜਬੜਾ ਕੇ, ਜਾਮ ਉੱਥੇ ਲੱਗਣ ਲੱਗ ਗਏ, ਉਹਦੀ ਐਗਜੈਕਟ ਦਾ ਕੋਈ ਤਰੀਕਾ ਨਹੀਂ ਹੈ, ਫਿਰ ਕਹਿੰਦੇ ਨਹੀਂ ਜੀ ਅਜੇ ਟੀਚਿੰਗ ਟਰਬਲ, ਇਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੰਦੇ, ਉਹ ਟੀਚਿੰਗ ਟਰਬਲ ਮੈਂ ਕਹਿ ਦੇ ਨਹੀਂ, ਤੁਸੀਂ ਦੇਖ ਲਓ ਜੋ ਘੜੋ ਕਵੰਜਾ ਚੱਕਿਆ ਜਾਣਾ ਹਾਲ, ਕਿੰਨੇ ਲੋਕਾਂ ਦਾ ਰੁਜ਼ਗਾਰ ਖਤਮ ਹੋ ਗਿਆ ਉੱਥੋਂ, ਤੁਸੀਂ ਦੇਖਦੇ ਹੋ। ਸੋ ਜਿਹੜਾ ਤੁਸੀਂ ਜਦ ਬਿਨਾਂ ਯੋਜਨਾਬੰਦੀ ਦੇ, ਕਿਉਂਕਿ ਤੁਹਾਡੇ ਕੋਲ ਪਾਵਰ ਹੈ, ਤੁਸੀਂ ਜੋ ਮਰਜ਼ੀ ਕਰਤਾ ਜੀ, ਹਮ ਤੋਂ ਕਰਤਾ ਜੀ, ਕਰਤਾ ਕਰਨ ਨਾਲ ਨਹੀਂ ਆ, ਮੈਂ ਕਹਾਂਗੀ ਮੈਂ ਆਪਰੇਸ਼ਨ ਕਰਤਾ ਭਾਵੇਂ ਮਰੀਜ਼, ਸਾਡੇ ਕਈ ਸਰਜਨ ਕਹਿੰਦੇ ਹੁੰਦੇ ਹੋ ਜੀ ਦੀ ਆਪਰੇਸ਼ਨ ਵਾਰ ਸਕਸੈਸਫੁਲ, ਹਾਓ ਐਵਰ ਦੀ ਪੇਸ਼ੈਂਟ ਡਾਈਡ, ਮੈਂ ਫਿਰ ਫਿੱਟ ਸਵਾ ਫਿੱਟੇ ਮੂੰਹ ਤੁਹਾਡੇ, ਜੇ ਮਰੀਜ਼ ਹੀ ਮਰ ਗਿਆ ਫਿਰ ਤੁਸੀਂ ਸ਼ੌਕ ਵਾਸਤੇ ਆਪਰੇਸ਼ਨ ਕਰਿਆ ਸੀ,
ਤੁਸੀਂ ਘੱਟੋ ਘੱਟ ਇਹ ਤਾਂ ਕਹੋ ਵੀ ਅਸੀਂ ਆਪਦੇ ਵੱਲੋਂ ਕੋਸ਼ਿਸ਼ ਤਾਂ ਬੜੀ ਕਰੀ ਸੀ ਜੀ, ਆਪਰੇਸ਼ਨ ਵੀ ਬੜਾ ਵਧੀਆ ਕਰਦੇ ਸੀ ਪਰ ਮਰੀਜ਼ ਨੂੰ ਬਚਾ ਨਹੀਂ ਸਕੇ, ਇੰਨਾ ਤਾਂ ਕਹਿ ਦਿਓ। ਸੋ ਇਸ ਕਰਕੇ ਸਾਨੂੰ ਬਿਲਕੁਲ ਸਮਝਣਾ ਚਾਹੀਦਾ ਹੈ ਵੀ ਜੇ ਝੂਠ ਬੋਲਦੇ ਨੇ, ਕੂੜ ਕੂੜ ਜਿਹੜਾ ਹੈ ਕੂੜ ਇਹ ਬਹੁਤ ਖਰਾਬ ਕਰ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਹ ਕੂੜ ਹੋਇਆ ਹੈ। ਸੋ ਜਿਹੜਾ ਇਹ ਜਦ ਅਸੀਂ ਵਿਕਾਸ ਦਰ ਕਹਿੰਦੇ ਹਾਂ ਸਾਨੂੰ ਨਵੇਂ ਦਰ ਦੀ ਵੀ ਦੱਸਣੀ ਹੁੰਦੀ ਹੈ, ਸਾਨੂੰ ਕੁਆਟਰਲੀ ਵੀ ਦੱਸਣੀ ਹੁੰਦੀ ਹੈ, ਸਾਨੂੰ ਐਨੂਅਲ ਵੀ ਦੱਸਣੀ ਹੁੰਦੀ ਹੈ, ਇੱਕ ਤਾਂ ਇਹ ਹੈ। ਦੂਜੀ ਗੱਲ ਅੰਕੜਿਆਂ 'ਚ ਫਿਰ ਵੀ ਨਾ ਜਾਓ ਕਿਉਂਕਿ ਅੰਕੜਿਆਂ 'ਚ ਕਨਫਿਊਜ਼ ਨਹੀਂ ਕਰਦਾ ਲੋਕਾਂ ਨੂੰ, ਕਹੀ ਜਾਣ ਵੀ ਇੰਨੇ ਪਰਸੈਂਟ ਇੰਨੇ ਪਰਸੈਂਟ, ਮੈਂ ਜਾਣ ਕੇ ਬਹੁਤੇ ਵਾਰੀ ਅੰਕੜੇ ਬੋਲਦਾ ਨਹੀਂ ਇਸੇ ਕਰਕੇ। ਹੁਣ ਕੀ ਹੈ 70 ਸਾਲਾਂ ਜੋ ਨਹੀਂ ਹੋਇਆ ਉਹ ਅਸੀਂ ਕਰ ਰਹੇ ਹਾਂ, ਇਹ ਵੀ ਇਹੀ ਕਹਿ ਰਹੇ ਨੇ, ਮੋਦੀ ਸਾਹਿਬ ਵੀ ਇਹੀ ਕਹਿ ਰਹੇ ਨੇ। ਮੈਨੂੰ ਐਂ ਲੱਗਦਾ ਵੀ ਬਿਲਕੁਲ ਠੀਕ ਹੈ, 70 ਸਾਲਾਂ 'ਚ ਉਹੀ ਕਰ ਰਹੇ ਨੇ ਜਿਹੜਾ ਨਹੀਂ ਹੋਇਆ। 70 ਸਾਲਾਂ 'ਚ ਦੇਸ਼ ਦੀ ਜਾਇਦਾਦ ਵਿਕੀ ਨਹੀਂ ਸੀ, ਬਣੀ ਸੀ, ਇਹ ਵੇਚ ਰਹੇ ਨੇ, ਵਾਕਈ ਨਵੀਂ ਗੱਲ ਕਰ ਰਹੇ ਨੇ। 70 ਸਾਲਾਂ 'ਚ ਬਿਲਡਿੰਗ ਨੂੰ ਬਿਲਡਿੰਗ ਇਸ ਕਰਕੇ ਨਹੀਂ ਢਾਇਆ ਸੀ ਵੀ ਕਿਸੇ ਹੋਰ ਦੀ ਬਣਾਈ ਹੋਈ ਹੈ, ਇਸ ਕਰਕੇ ਢਾਇਆ ਸੀ ਜੇ ਉਹਨੂੰ ਠੀਕ ਬਣਾਉਣਾ ਸੀ। ਇਹ ਵਾਕਈ ਕਰਨੇ ਵੀ ਠੀਕ ਬਣਾਉਣ ਦੀ ਤਾਂ ਲੋੜ ਹੀ ਨਹੀਂ, ਢਾ ਕੇ ਪਤਾ ਨਵੀਂ ਬਣਾਉਣੀ, ਠੀਕ ਹੈ, ਵਾਕਈ ਨਵੀਂ ਗੱਲ ਕਰ ਰਹੇ ਨੇ। 70 ਸਾਲਾਂ 'ਚ ਇਹ ਕਰ ਰਹੇ ਨੇ ਵੀ ਹਰੇਕ ਦੇ ਘਰੇ ਜਾ ਕੇ ਕੋਈ ਗੁੱਜਾ ਲੈ ਕੇ ਹਰੇਕ ਨੂੰ ਆਇਆ ਬੇਚੈਨ ਕਰ, ਪਹਿਲਾਂ ਨਹੀਂ ਹੁੰਦਾ ਸੀ ਇੰਨਾ ਬੇਚੈਨ। ਸੋ ਜਿਹੜਾ 70 ਸਾਲਾਂ 'ਚ ਨਹੀਂ ਹੋਇਆ ਉਹ ਤਾਂ ਕਰ ਰਹੇ ਨੇ। ਇੱਕ ਵਾਰ ਕਿਸੇ ਨੇ ਮੈਨੂੰ, ਮੈਂ ਕਿਉਂ ਉਦਾਹਰਣ ਦੇ ਰਿਹਾ ਛੋਟੀ ਜੀ, ਕਿਸੇ IAS ਅਫਸਰ ਨੇ, ਮੈਂ ਭਾਰਤ ਸਰਕਾਰ ਦਾ ਸਲਾਹਕਾਰ ਸੀ, ਮੇਰੀ ਤਾਂ ਸੀ DC ਦੇ ਖਿਲਾਫ਼ ਚਿੱਠੀਆਂ ਲਿਖ ਦੇਣੀਆਂ, ਸਭ ਕੁਛ ਕਰ ਦੇਣਾ ਮੈਂ, ਕਿਉਂਕਿ ਜੋ ਗਲਤ ਹੈ ਲਿਖਣਾ ਮੈਂ। ਇੱਕ ADC ਥੋੜ੍ਹਾ ਜਿਹਾ ਬੜਾ ਸਮਝਦਾ ਸੀ ਆਪਦੇ ਆਪ ਨੂੰ, ਮੈਂ ਉਹ ਕਰਪਸ਼ਨ ਵੀ ਉਹਨੇ ਬਹੁਤ ਕਰੀ ਹੋਈ ਸੀ, ਉਹਦੇ 'ਚ ਰੌਲੇ ਸੀਗੇ ਜਿਹੜੇ ਸਾਬਤ ਨਹੀਂ ਕਰੇ। ਅਤੇ ਮੈਂ ਉਹ ਲਿਖਤਾ ਵੀ ਤੁਸੀਂ ਆ ਕੈਲੰਡਰ ਖਰੀਦੇ ਨੇ 9.5 ਲੱਖ ਰੁਪਏ ਦੇ, ਵੀ ਇਹ ਸਰਕਾਰ ਦਾ ਪੈਸਾ ਬਹੁਤ ਖਰਾਬ ਕਰਿਆ, ਇਹਨਾਂ 'ਚ ਇੰਨਾ ਨਹੀਂ ਲਾਉਣਾ ਚਾਹੀਦਾ। ਹੁਣ ਪਹਿਲਾਂ ਤਾਂ ਦੇਖ ਕੇ ਭੇਜਦਾ ਵੀ ਮੈਂ ਤਾਂ ਕੈਲੰਡਰ ਜਿਹਨੇ ਆਪਣਾ ਉਹਦੇ DC ਨੇ, ਮੈਂ DC ਨੂੰ ਲਿਖਿਆ, ਅੱਜ ਕੱਲ੍ਹ ਉਹ ਮਿਨਿਸਟਰ ਹੈਗੀ ਸੀ ਜਿਹੜਾ, ਉਹਨੇ ਲਿਖਿਆ ਨਹੀਂ ਅਸੀਂ ਤਾਂ, ਮੈਂ ਚੈੱਕ ਕਰ ਸੱਚੋ, ਉਹਨੇ ਜਿਹੜੇ ADC ਸੀ ਉਹਨੇ ਤਾਂ ਲਿਖਿਆ ਅਸੀਂ ਤਾਂ 1.5 ਲੱਖ ਦੇ ਕੈਲੰਡਰ ਖਰੀਦੇ ਨੇ, DC ਨੇ ਲਿਖਿਆ ਅਸੀਂ 2,87,000 ਦੇ ਕੈਲੰਡਰ ਖਰੀਦੇ ਨੇ, ਅਤੇ ਮੈਂ ਉਹ ਚੈੱਕ ਕਰ ਲਿਆ। ਮੈਂ ਉਹਨੂੰ DC ਨੂੰ ਲਿਖਦਾ ਵੀ ਤੁਹਾਨੂੰ ਸੂਚਨਾ ਗਲਤ ਦਿੱਤੀ ਹੈ। ਉਦੋਂ ਬਾਅਦ 10 ਦਿਨ ਬਾਅਦ ਉਹਨਾਂ ਨੇ ਆਡਿਟ ਸਟੇਟਮੈਂਟ ਆਈ ਮੇਰੇ ਕੋਲ, ਮੇਰੇ ਕੋਲ ਆਉਣੀ ਸੀ, ਮੈਂ ਭਾਰਤ ਸਰਕਾਰ ਦਾ ਸਲਾਹਕਾਰ ਸੀ, ਦੋਹਾਂ ਦੇ ਸਾਈਨ ਕਰੇ ਹੋਏ। ਜਿਸ ਦਿਨ ਦੀ ਉਹਦੀ ਚਿੱਠੀ, ਇੱਕ ਦੀ ਚਿੱਠੀ ਕਿਸੇ ਉਸੇ ਸਾਲ ਦੇ 30 ਤਰੀਕ ਨੂੰ ਆਈ ਸੀ, ਦੂਜੇ ਦੀ 30 ਦਸੰਬਰ ਨੂੰ, ਪਹਿਲੇ ਦੀ ਆਈ ਸੀ 27 ਦਸੰਬਰ ਨੂੰ, ਅਤੇ ਇਹ 5 ਜਨਵਰੀ ਦੇ ਸਾਈਨ ਹੋਏ ਹੋਏ ਸੀ, 9 ਜਨਵਰੀ ਨੂੰ ਮੇਰੇ ਕੋਲ ਪਹੁੰਚੇ। ਉਹਦੇ 'ਚ 8,75,000 ਕਾਰਡਾਂ ਦੇ ਕੈਲੰਡਰਾਂ ਦਾ ਬੁੱਕ ਕਰਿਆ ਹੋਇਆ ਖਰਚਾ। ਮੈਂ ਉਹ DC ਨੂੰ ਚਿੱਠੀ ਲਿਖਤੀ ਵੀ ਤੁਸੀਂ ਲਿਖਿਆ ਸੀ 2,87,000 ਕਰਿਆ ਹੈ, ਤੁਸੀਂ ਚੈੱਕ ਕਰ ਲਿਆ ਸਾਰਾ ਕੁਛ, ਆਹ ਤੁਹਾਡੇ ADC ਮੈਂ ਲਿਖਿਆ ਸੀ ਕਿ 1,50,000 ਕਰਿਆ, ਤੁਸੀਂ ਐਵੇਂ ਝੂਠ, 8,75,000 ਤੁਹਾਡੇ ਆਡਿਟ ਸਟੇਟਮੈਂਟ, ਤੁਹਾਡੇ ਦੋਹਾਂ ਦੇ ਸਾਈਨ ਨੇ ਉਹਦੇ 'ਚ ਲਿਖਿਆ ਹੋਇਆ, ਇਹਨਾਂ 'ਚੋਂ 3 'ਚੋਂ ਕਿਹੜੀ ਫਿਗਰ ਠੀਕ ਹੈ ਤੁਸੀਂ ਦੱਸੋਗੇ ਨਾ, ਆਪੇ ਖੱਚੇ ਹੋ ਗਿਆ ਅਗਲੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਤੁਸੀਂ ਥੁੱਕੇ ਵਾਲੇ ਪਕਾਉਣ ਦਾ ਕੋਈ ਮਤਲਬ ਨਹੀਂ, ਮੈਂ ਐਂ ਕਰਤਾ ਜੀ, ਮੈਂ ਉਹ ਕਰ, ਤੁਸੀਂ ਕਾਗਜ਼ 'ਤੇ ਸਾਹਮਣੇ ਦਿਖਾ ਦਿਓ ਨਾ ਹਕੀਕਤ, ਹਕੀਕਤ ਦਿਖਾਉਣ 'ਤੇ ਚੱਲਦੇ ਨੇ, ਅੰਕੜੇ ਤੋੜ ਮਰੋੜ ਕੇ ਪੇਸ਼ ਕਰਦੇ ਨੇ। ਮੈਂ ਕਹਿੰਦਾ ਕਿਸੇ ਨੇ ਗਲਤ ਅੰਕੜੇ ਪੇਸ਼ ਕਰਤੇ, ਕਰੀ ਜਾਣ ਉਹ ਸਹੀ ਤਾਂ ਦੱਸਣ ਨਾ, ਇਹ ਵੀ ਅੰਕੜੇ, ਕਿਉਂਕਿ ਅੰਕੜੇ ਕੀ ਕਰਦੀ ਆ, ਬਿਊਰੋਕ੍ਰੇਸੀ ਦਿੰਦੀ ਆ, ਬਿਊਰੋਕ੍ਰੇਸੀ ਅੱਧੀਆਂ ਗੱਲਾਂ ਉਹਨਾਂ ਨੂੰ ਦੇਖਦੀ ਨਹੀਂ, ਥਾਨੂੰ ਬਾਬੂ। ਇੱਕ ਪਾਸੇ ਕਹਿੰਦੇ ਲੋਕ ਨਲਾਇਕ ਨੇ, ਉਹ ਨਲਾਇਕੀ ਉਸ 'ਚ ਵੀ ਚੱਲਦੀ ਹੈ ਵੀ ਊਈ ਝੂਠੇ ਹੀ ਅੰਕੜਾ ਦੇ ਦਿਓ, ਚੈੱਕ ਹੀ ਨਾ ਕਰੋ, ਏਦਾਂ ਹੀ ਦੇ ਦਿਓ, ਆ ਤੁਸੀਂ ਜੇ ਨਾ ਬਿਨਾਂ ਦੇਖੇ ਖਬਰ ਲਾ ਦਿਓ, ਤੁਹਾਨੂੰ ਪਤਾ ਲੱਗੂਗਾ ਵੀ ਕਿੰਨੇ ਨੋਟਿਸ ਆਉਣੇ ਸ਼ੁਰੂ ਹੋ ਜਾਣਗੇ, ਤੁਹਾਨੂੰ ਵੇਰੀਫਾਈ ਕਰਨੀ ਪੈਂਦੀ ਹੈ ਵੀ ਜਿਹੜੀ ਖਬਰ ਸੋਸ਼ਲ ਮੀਡੀਆ 'ਚ ਆਈ ਹੈ ਜੋ ਕੋਈ ਕਹਿੰਦਾ ਤੱਥ ਹੈ ਵੀ ਕਿ ਨਹੀਂ, ਲੋਕਾਂ ਦਾ ਕੀ ਦੁੱਖ ਤਾਂ ਉਦੋਂ ਹੀ ਕਹਿ ਦਿੰਦੇ ਨੇ, ਔਰ ਉਹ ਪੱਕੀ ਬਣਾ ਕੇ ਪਾ ਦਿੰਦੇ ਨੇ, ਆਹ ਹੁਣ ਤਾਂ ਅੱਜ ਕੱਲ੍ਹ ਤਾਂ ਬਹੁਤ ਕੁਛ ਆ ਰਿਹਾ। ਸੋ ਸਰਕਾਰ ਉਹਨਾਂ ਜਿੰਨੀ ਚੈਕਿੰਗ ਕਰਨੀ ਚਾਹੀਦੀ ਉਨੀ ਕਰਨ ਦੀ ਬਜਾਏ ਜਿਹੜਾ ਬੰਦਾ ਉਹਨੂੰ ਕਹਿੰਦਾ ਵੀ ਤੁਹਾਡੇ 'ਚ ਨੁਕਸ ਉਹਨੂੰ ਦਵਾਉਂਦੇ ਨੇ, ਤਾਂ ਮੈਂ ਕਹਿੰਦਾ ਵੀ ਜਿਹੜਾ ਇਹਨਾਂ ਦਾ 27 ਤੱਕ ਦਾ ਟੀਚਰ ਰੱਖਣਾ ਚਾਹੀਦਾ, ਠੀਕ ਹੈ ਜੇ ਕੋਈ ਕਹੇ ਵੀ ਤੁਸੀਂ 3 ਹਰ ਮਹੀਨੇ ਦਾ ਹਿਸਾਬ ਦਿਓ, ਨਹੀਂ ਬਲਕਿ ਮੈਂ ਕਹਾਂਗਾ ਕੁਆਟਰਲੀ ਹਿਸਾਬ, ਉਹ ਕਹਿਣ ਕੋਈ ਨਹੀਂ ਤੁਹਾਨੂੰ ਕੁਆਟਰਲੀ ਹਿਸਾਬ ਦੱਸ ਸਕਦੇ ਜੇ ਬਹੁਤੇ ਔਖੇ ਹੋ, ਪਰ ਉਹ ਜਿਹੜੇ ਵਿਦਿਅਕ ਅਦਾਰੇ ਨੇ ਜਿਹੜੇ ਖੋਜ ਕਰਦੇ ਨੇ ਉਹ ਸਭ ਤੋਂ ਲੈ ਲਿਆ ਕਰਨ, ਤੁਸੀਂ ਆਮ ਲੋਕ ਬਹੁਤਾ ਕੁਆਟਰਲੀ ਦੇ ਚੱਕਰ 'ਚ ਨਾ ਪਾਓ, ਤੁਸੀਂ ਮੋਟੀ ਗੱਲ ਦੇਖੋ ਵੀ ਧਰਾਤਲ 'ਤੇ ਹੋ ਕੀ ਰਿਹਾ। ਜੇ ਤੁਸੀਂ ਹਰ ਵਕਤੀ ਕੋਈ ਬੰਦਾ ਦੁੱਧ ਜਮਾ ਦੇ, ਉਹ ਕਹਿੰਦੇ ਡੂਮਲੀ ਦੇ ਸਰਾਂ ਦੁੱਧ ਨਹੀਂ ਜੰਮਦਾ, ਉਹ ਕਿਉਂ ਨਹੀਂ ਜੰਮਦਾ, ਉਹ ਵਾਰ ਵਾਰ ਦੇਖਦੀ ਰਹਿੰਦੀ, ਜੰਮ ਗਿਆ ਜੰਮ ਗਿਆ ਜੰਮ ਗਿਆ, ਉਹ ਫਿਰ ਹਵਾ ਲੱਗਦੀ ਰਹਿੰਦੀ ਹੈ, ਉਹਦਾ ਟੈਂਪਰੇਚਰ ਉਹਨਾਂ ਨਹੀਂ ਬਣਦਾ, ਫਰਮੈਂਟੇਸ਼ਨ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜਾ ਇਹ ਹੈ ਨਾ ਵੀ ਹਰ ਰੋਜ਼ ਹੀ ਦੇਖੀ ਜਾਓ ਵੀ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ, ਉਹ ਨਹੀਂ ਐਂ ਠੀਕ ਹੁੰਦਾ ਹੁੰਦਾ ਕਦੇ, ਇਹ ਅੰਕੜੇ ਦੇਣਾ ਹੈ ਹੀ ਗਲਤ। ਤੁਸੀਂ ਕਹੋ ਦੇਖੋ ਜੀ ਅਸੀਂ ਆਹ ਕਰਾਂਗੇ, ਲੋਕਾਂ ਨੂੰ ਆਪ ਹੀ ਦੇਖਣ ਲੱਗ ਜੂਗੇ ਤਾਂ ਠੀਕ ਹੋਣ ਲੱਗ ਗਿਆ। ਇੱਕ ਸਰਟਨ ਮਿਨੀਮਮ ਜਿਹੜਾ ਕਿਸਾਨ ਰੋਜ਼ ਹੀ ਹਰ ਵਕਤ ਹੀ ਦੇਖੇ ਵੀ ਬੂਟਾ ਕਿੰਨਾ ਅੱਛਾ ਹੋ ਗਿਆ, ਮੈਨੂੰ ਲੱਗਦੇ ਰੋਜ਼ ਹੈ ਰੋਜ਼ ਲੋਕਾਂ ਨੂੰ ਐਲਾਨ ਕਰੇ ਵੀ ਅੱਜ ਇੰਨੇ ਮਿਲੀਮੀਟਰ ਉੱਚਾ ਹੋ ਗਿਆ, ਕਿੰਨੀ ਦੇਰ ਤੋਂ ਬੂਟੇ ਦਾ ਪਤਾ ਨਹੀਂ ਲੱਗਦਾ ਵੀ ਉੱਚਾ ਵੀ ਹੋਇਆ ਕਿ ਨਹੀਂ। ਸੋ ਐਂ ਨਹੀਂ ਮਈਅਰ ਕਰੀਦਾ, ਇਹ ਜਿਹੜਾ ਮਈਅਰ ਕਰਨ ਦਾ ਤਰੀਕਾ ਹੀ ਗਲਤ ਹੈ, ਜਿਹੜਾ ਤਰੀਕਾ ਨਹੀਂ ਹੈ ਮਤਲਬ ਜਿਹੜਾ ਇਹ ਕਹਿਣਾ ਵੀ ਸਾਨੂੰ ਕੁਆਟਰ, ਹਾਲਾਂਕਿ ਮਈਅਰ ਕਰਦੇ ਨੇ
ਪਰ ਉਹ ਫਿਗਰ ਬਦਲਦੀ ਰਹਿੰਦੀ ਹੈ। ਆਪਾਂ ਦੇਖਦੇ ਹਾਂ ਪਹਿਲੇ ਕੁਆਟਰ 'ਚ ਇੰਨਾ ਸੀ ਜੀ, ਹਰ ਵਾਰੀ ਵਿਕਾਸ ਆਉਂਦਾ ਕਿ ਜੀ ਪਹਿਲੇ ਕੁਆਟਰ ਨਾਲੋਂ ਇੱਥੇ ਇੰਨਾ ਘੱਟ ਗਿਆ, GST ਕਿੰਨਾ ਇਕੱਠਾ ਹੋਇਆ, ਕੰਮ ਕਿੰਨਾ ਹੋਇਆ, ਸਾਡਾ ਟੋਟਲ ਵਿਕਾਸ ਕੀ ਆ, ਜਿਹੜਾ GDP ਤੁਸੀਂ ਕਹਿੰਦੇ ਇੱਕ ਲਾਈਨ, ਮੈਂ ਉਹ ਜ਼ਰੂਰ ਦੱਸ ਦਿੰਦਾ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਹੁੰਦਾ ਕੀ ਆ। ਫਰਕ ਤਾਂ ਫਿਰ ਆਪਦੀ ਮਰਜ਼ੀ ਨਾਲ। GDP ਦਾ ਮਤਲਬ ਹੈ ਪੂਰੇ ਉਸ ਸੂਬੇ ਦੇ ਵਿੱਚ ਜਾਂ ਉਸ ਖੇਤਰ ਦੇ ਵਿੱਚ ਉਨੇ ਸਮੇਂ 'ਚ ਕਿੰਨੀ ਟੋਟਲ ਪੈਦਾਵਾਰ ਹੋਈ ਹਰ ਚੀਜ਼ ਦੀ, ਉਹਦੇ ਪੈਸੇ ਕਿੰਨੇ ਬਣਦੇ, ਚਾਹੇ ਫਸਲ ਪੈਦਾ ਹੋਈ ਚਾਹੇ। ਹੁਣ ਤੁਸੀਂ ਦੱਸੋ ਵੀ ਜਦ ਕਣਕ ਦਾ ਸੀਜ਼ਨ ਆਉਣਾ ਉਦੋਂ ਤਾਂ GDP ਵਧੇਗਾ ਨਾ, ਕੁਆਟਰ 'ਚ ਉਸ 'ਚ, ਜਾਂ ਝੋਨੇ ਦਾ ਸੀਜ਼ਨ ਆਉਣਾ ਉਦੋਂ ਵੀ ਵਧੇਗਾ, ਵਿਆਹਾਂ ਦਾ ਸੀਜ਼ਨ ਆਉਣਾ ਉਦੋਂ ਵੀ ਵਧੇਗਾ, ਲੋਕ ਸਮਾਨ ਖਰੀਦਦੇ ਨੇ। ਪਰ ਕੋਈ ਸੀਜ਼ਨ ਐਸਾ ਵੀ ਆਉਣਾ ਨਾ ਜਦ ਕੰਮ ਘੱਟ ਹੁੰਦਾ, ਉਦੋਂ ਘਟੇਗਾ, ਫਿਰ ਤੁਸੀਂ ਕਹੋਗੇ ਅੱਜ ਘੱਟ ਕੇ ਨਹੀਂ ਗਿਆ। ਇਹ ਤਾਂ ਆਪਣੇ ਘਰਾਂ ਦਾ ਵੀ ਹਾਲ ਆਪਾਂ ਨੂੰ ਪਤਾ ਹੀ ਹੈ, ਜਿੰਨਾ ਕੋਲ ਵੱਧਦੀ ਰੁੱਧੀ ਤਨਖਾਹ ਆਉਂਦੀ ਉਹਨਾਂ ਨੂੰ ਛੱਡ ਕੇ, ਜਿਹੜੇ ਪ੍ਰਾਈਵੇਟ ਨੌਕਰੀ ਵਾਲਿਆਂ ਨੂੰ ਛੱਡ ਕੇ, ਬਾਕੀਆਂ ਦੇ ਤਾਂ ਜਿਹੜੇ ਵਪਾਰ ਵਗੈਰਾ ਕਰਦੇ ਉਹਦੇ ਤਾਂ ਵੱਧਦਾ ਘੱਟਦਾ ਰੋਜ਼ ਹੀ ਰਹਿੰਦਾ। ਹੁਣ ਰੋਜ਼ ਦਾ ਰੋਜ਼ ਹਿਸਾਬ ਹੋਰ ਹੁੰਦਾ, ਪਰ ਜਿਹੜਾ ਇੱਕ ਜਨਰਲ ਪਬਲਿਕ ਵਾਸਤੇ ਹੁੰਦਾ ਉਹ ਤੁਸੀਂ ਸਾਲਾਨਾ ਬਜਟ ਪੇਸ਼ ਹੁੰਦਾ, ਉਹਦੇ 'ਚ ਦੱਸਦੇ ਨੇ ਇਹ ਵੀ ਸਾਡੀ GDP ਦਰ ਇੰਨੀ ਹੈ, ਸਾਡੇ ਜੋ ਕਰਜ਼ਾ ਇੰਨਾ ਹੈ, ਸਾਡੇ ਟੈਕਸ ਇੰਨੇ ਇਕੱਠੇ ਹੋਏ। ਹੁਣ ਰੋਜ਼ ਦਾ ਤੁਸੀਂ GST ਸਮਝ ਜਾਓ, ਅੱਜ ਇੰਨਾ ਇਕੱਠਾ ਹੋ ਗਿਆ ਜੀ, ਹਿਸਾਬ ਤਾਂ ਰੋਜ਼ ਦਾ ਲੱਗਦਾ। ਪਰ ਇੱਕ ਫਾਇਦਾ ਹੁੰਦਾ ਜੇ ਰੋਜ਼ ਪਾਉਣ ਲੱਗ ਜਾਣ, ਹੁਣ ਜਿਵੇਂ ਟੋਲ ਇਕੱਠੀ ਹੁੰਦੀ ਉਹ ਦੱਸਦੀ ਨਹੀਂ, ਝੂਠ ਬੋਲਦੇ ਨੇ, GST 'ਚ ਠੱਗੀ ਹੈ। ਜੇ ਨੈੱਟ 'ਤੇ ਪਾਉਣਾ ਸ਼ੁਰੂ ਕਰਦੇ ਰੋਜ਼ ਦਾ ਰੋਜ਼, ਤਾਂ ਉਹਦੀ ਠੱਗੀ ਬੰਦ ਹੋ ਜੂ, ਹਰ ਵਕਤ ਨੈੱਟ 'ਤੇ ਪਵੇ ਵੀ ਜਿੰਨਾ ਕਿਸੇ ਨੇ ਲਿਆ ਨਾਲ ਦੀ ਨਾਲ ਨੈੱਟ 'ਤੇ ਇਹਨਾਂ ਕੋਲ ਇਕੱਠਾ ਹੋਈ ਜਾਵੇ, ਹੇਰਾ ਫੇਰੀ ਨਾ ਕਰ ਸਕੇ। ਹੁਣ ਤਾਂ ਜਿਹੜਾ ਲੈਂਦੇ ਨਾ ਵੀ GST ਦਿੱਤਾ ਅਤੇ ਫਿਰ ਵਾਪਸ ਉਹਨੂੰ ਲੈਣਾ ਹੁੰਦਾ, ਉਹ ਲੈਣ 'ਚ ਦੂਜਿਆਂ ਵਾਲਿਆਂ 'ਚ, ਹੋਰ 'ਚ, ਪੰਜਾਬ 'ਚ ਬਥੇਰੀਆਂ ਠੱਗੀਆਂ ਚੱਲ ਰਹੀਆਂ ਨੇ, ਉਹ ਸਟੇਟ ਦੇ GST 'ਚ ਵੀ ਹੁੰਦੀ ਹੈ, ਉਹ ਸੈਂਟਰ GST 'ਚ ਵੀ ਹੁੰਦੀ ਹੈ, ਦੋਨੇ ਪਾਸੇ ਹੋ ਰਹੀ ਹੈ, ਔਰ ਇਹਨਾਂ ਨੂੰ ਪਤਾ ਸਾਰਿਆਂ ਨੂੰ। ਸੋ ਇਸ ਕਰਕੇ ਜਿਹੜੀ ਵਿਕਾਸ ਦਰ ਹੈ, ਵਿਕਾਸ ਦਰ ਮੰਨਣ ਦਾ ਮੰਨਣ ਦਾ ਇੱਕ ਤਾਂ ਤਰੀਕਾ ਹੈਗਾ ਹੈ, ਜਿਹੜਾ ਉਹ ਵੈਸੀ ਤਰੀਕਾ ਇਟ ਸੈਲਫ ਗਲਤ ਹੈ, ਕਿਉਂਕਿ ਉਹਦੇ 'ਚ ਜਿਹੜੇ ਲੋਕ ਕਿਸੇ ਦਾ ਮੁਫ਼ਤ ਕੰਮ ਕਰਦੇ ਨੇ ਉਹਨੂੰ ਵਿਕਾਸ ਗਿਣੇ ਨਹੀਂ ਜਾਂਦਾ। ਐਡਾ ਵੱਡਾ ਪਿੰਗਲ ਵਾਲਾ ਚੱਲ ਰਿਹਾ, ਇੰਨੇ ਲੋਕਾਂ ਦਾ ਉੱਥੇ ਕੰਮ ਹੋ ਰਿਹਾ, ਉਹ ਵਿਕਾਸ ਦਾ ਹਿੱਸਾ ਨਹੀਂ ਹੈ ਇਹਨਾਂ ਦਾ। ਜਿੰਨੀਆਂ NGO ਮੁਫ਼ਤ ਕੰਮ ਕਰਦੀਆਂ ਉਹ ਵਿਕਾਸ ਦਾ ਹਿੱਸਾ ਨਹੀਂ ਹੈ। ਜਿੰਨੀਆਂ ਔਰਤਾਂ ਆਪਦੇ ਘਰਾਂ 'ਚ ਕੰਮ ਕਰਦੀਆਂ ਨੇ, ਬੱਚੇ ਪਾਲਦੀਆਂ ਨੇ, ਘਰ ਸਾਫ਼ ਕਰਦੀਆਂ ਨੇ, ਰੋਟੀਆਂ ਲਾਉਂਦੀਆਂ ਨੇ, ਉਹ ਵਿਕਾਸ ਦਰ ਦੇ ਵਿੱਚ ਆਉਂਦਾ ਹੀ ਨਹੀਂ। ਪਰ ਜੇ ਉਹੀ ਔਰਤ ਕਿਸੇ ਗੁਆਂਢੀ ਦੇ ਘਰ ਜਾ ਕੇ ਕੰਮ ਕਰਕੇ ਆਉਂਦੀ ਹੈ, ਰੋਟੀਆਂ ਲਾ ਕੇ ਆਉਂਦੀ ਹੈ, ਉਹਦੇ ਪੈਸੇ ਲੈ ਕੇ ਆਉਂਦੀ, ਉਹ ਵਿਕਾਸ ਦਰ 'ਚ ਆਉਂਦਾ। ਇੱਥੋਂ ਤੁਸੀਂ ਆਪੇ ਹਿਸਾਬ ਲਾ ਲਓ ਇਹ ਵਿਕਾਸ ਦਰ ਕਿੰਨੀ ਕੁ ਸੱਚੀ ਹੈ ਅਤੇ ਕਿੰਨੀ ਕੁ ਝੂਠੀ ਹੈ। ਅੱਛਾ ਡਾਕਟਰ ਸਾਹਿਬ, ਇੱਕ ਜਾਂਦੇ ਜਾਂਦੇ ਇਹ ਵੀ ਦੱਸਿਓ ਕਿ ਕੀ ਕੇਂਦਰ ਦੇ ਸਹਿਯੋਗ ਤੋਂ ਬਿਨਾ, ਜਿਵੇਂ ਕੇਂਦਰ ਲਗਾਤਾਰ ਫੰਡਾਂ ਦੇ ਉੱਤੇ ਕਾਟ ਲਾਉਂਦਾ ਹੈ, ਉਹ ਤੋਂ ਬਿਨਾ ਇਹ ਵਿਕਾਸ ਦਰ ਦਾ ਟੀਚਾ ਕੀਤਾ ਜਾ ਸਕਦਾ ਸਰ? ਦੁਬਾਰਾ ਦੱਸੋ। ਮੈਂ ਕਿਹਾ ਵੀ ਜਿਵੇਂ ਕੇਂਦਰ ਵਾਰ-ਵਾਰ ਲਗਾਤਾਰ ਫੰਡਾਂ ਦੇ ਕੱਟ ਲਾਉਂਦੀ ਹੈ, ਕਿ ਉਹਦੇ ਸਹਿਯੋਗ ਤੋਂ ਬਿਨਾ ਪੰਜਾਬ ਜਾਂ ਸੂਬੇ ਜਿਹੜੇ ਨੂੰ ਆਪਣੀ ਵਿਕਾਸ ਦਰ ਦਾ ਟੀਚਾ ਸਰ ਕਰ ਸਕਦੇ ਨੇ ਇਸ ਤਰ੍ਹਾਂ? ਨਹੀਂ, ਇਹ ਦੋਨੇ ਹੀ ਕੈਲਕੂਲੇ, ਜਦ ਅਸੀਂ ਵਿਕਾਸ ਦਰ ਤੈਅ ਕਰਦੇ ਹਾਂ ਉਦੋਂ ਸਾਨੂੰ ਸੈਟਲਡ ਨਾਰਮ ਦੇ ਉੱਤੇ ਹੁੰਦਾ, ਕੋਈ ਵੱਡੀ ਗੱਲ ਅਜੇ ਤਾਂ ਵੱਖਰੀ ਹੈ। ਸੈਟਲਡ ਨਾਰਮ ਵੀ ਕੇਂਦਰ ਨੇ ਸਾਨੂੰ ਇੰਨੇ ਦੇਣੀ ਦੇਣੇ ਨੇ, ਕੋਈ ਅਸੀਂ ਕੋਈ ਮੰਗਦੇ ਹਾਂ, ਜਦੋਂ ਕੇਂਦਰ ਧੱਕੇ ਨਾਲ ਰੋਕ ਲੈਂਦਾ, ਅਸੀਂ ਕਹਿੰਦੇ ਨਹੀਂ ਵੀ ਫਲਾਣ ਤੋਂ ਕਰਜ਼ਾ ਸਾਡਾ ਵਾਪਸ ਆ ਜੂ, ਇਹਨੂੰ ਅਸੀਂ ਦਿਆਂਗੇ, ਕਈ ਵਾਰ ਵਾਪਸ ਵਾਲਾ ਨਹੀਂ ਦਿੰਦਾ, ਕਈ ਵਾਰ ਮੈਂ ਨਾਲ ਨਹੀਂ ਲਾਉਂਦਾ, ਉਹ ਵੱਖਰੀਆਂ ਗੱਲਾਂ ਨੇ। ਜਦ ਕੇਂਦਰ ਸਾਡਾ ਕੱਟਦਾ ਹੈ ਉਹ ਤਾਂ ਸਾਡੀ ਵਿਕਾਸ ਦਰ 'ਚ ਅਸਰ ਪੈਣਾ ਹੀ ਪੈਣਾ, ਕਿਉਂਕਿ ਅਸੀਂ ਤਾਂ ਉਹਦਾ ਹਿਸਾਬ ਲਾਇਆ ਹੋਇਆ ਨਾ। ਜਦ ਕੇਂਦਰ ਨੇ ਪਹਿਲਾਂ ਕਿਹਾ ਹੋਵੇ, ਕੇਂਦਰ ਤਾਂ ਸਾਡੀ ਵਿਕਾਸ ਦਰ ਦੇ ਵਿੱਚ ਜਾਣ ਕੇ ਰੋੜਾ ਅਟਕਾ ਰਿਹਾ। ਇੱਥੇ ਮੈਂ ਭਗਵੰਤ ਮਾਨ ਸਰਕਾਰ ਨੂੰ ਸਹੀ ਕਹਾਂਗਾ ਵੀ ਜੇ ਕਹਿੰਦੇ ਜੀ ਤੁਹਾਨੂੰ ਆਹ 2600 ਕਰੋੜ ਫਲਾਣਾ ਨਹੀਂ ਦੇਣਾ, ਹੈ ਕਹਿੰਦੇ ਤੁਹਾਨੂੰ ਆਹ 800 ਕਰੋੜ ਅਸੀਂ ਇਸ ਦਾ ਨਹੀਂ ਦੇਣਾ, ਆਪਣਾ ਮਰੇਗਾ ਵਾਲਾ, ਸੋਰੀ ਹੈਲਥ ਵਾਲਾ, ਹੈ ਕਿਉਂ ਨਹੀਂ ਦੇਣਾ ਬਾਈ, ਅਸੀਂ ਹੈਲਪ ਕਰਦੇ ਲੋਕਾਂ ਨੂੰ। ਤੁਸੀਂ ਵੀ ਨਹੀਂ ਜੀ ਤੁਸੀਂ ਫਲਾਣਾ ਨਾਮ ਕਿਉਂ ਨਹੀਂ ਪਹਿਲਾਂ ਵੱਧ ਸਕਦੇ, ਹਾਲਾਂਕਿ ਜਿਹੜੀ ਇਹ ਫੋਟੋ ਫੱਟ ਲਾਉਂਦੇ ਉਹ ਗਲਤ ਹੈ, ਨਾਮ ਰੱਖਣ ਦੇ ਉੱਤੇ ਕਿਉਂ ਇਤਰਾਜ਼ ਕਰਦੇ ਨੇ ਉਹ? ਆਮ ਆਦਮੀ ਕਲੀਨਿਕ ਰੱਖਦਾ ਫਿਰ ਕੀ ਹੋ ਗਿਆ? ਤੁਸੀਂ ਸੂਚਨਾ ਮੰਗੋ ਵੀ ਦੱਸੋ ਜੀ ਇਹ 'ਚ ਕਰਿਆ ਕੀ ਹੈ, ਲੜਾਈ ਕਰਦੇ ਤੇ ਨਾਮ 'ਤੇ ਹੈ, ਲੜਾਈ ਇਹ ਤੇ ਨਹੀਂ ਵੀ ਤੁਹਾਡੇ ਜਿਹੜੇ ਹੈਲਥ ਅਵੇਅਰਨੈਸ ਕਮਿਊਨਿਟੀ ਉਹ 'ਚ ਕੰਮ ਕਿੰਨਾ ਹੋਇਆ, ਇਹ 'ਚ ਕੋਈ ਲੜਾਈ ਨਹੀਂ, ਨਾਮ ਹੈ ਕਿਉਂ ਰੱਖਿਆ? ਐਂਬੂਲੈਂਸ 'ਤੇ ਕੋਈ ਲੜਾਈ ਨਹੀਂ ਸੀ ਵੀ ਇਹ ਜਾਂਦੀ ਵੀ ਹੈ, ਲੋਕਾਂ ਨੂੰ ਲੈ ਕੇ ਵੀ ਜਾਂਦੀ ਹੈ, ਠੱਗੀ ਤਾਂ ਨਹੀਂ ਮਾਰਦੀ, ਬਾਦਲ ਦੀ ਫੋਟੋ ਕਿਉਂ ਲੱਗੀ ਹੈ, ਔਰ ਬਾਦਲ ਦੀ ਲੜਾਈ ਅਸੀਂ ਮੈਂ ਲਾਉਣੀ ਆ ਆਪਦੀ, ਇਹਨਾਂ ਗੱਲਾਂ ਦੀ ਤਾਂ ਲੜਾਈ ਕਰਦੇ ਨੇ, ਇੱਥੇ ਵੀ ਇਹੀ ਲੜਾਈ ਹੈ। ਕੇਂਦਰ ਕਹਿੰਦਾ ਤੁਸੀਂ ਆਮ ਆਦਮੀ ਕਲੀਨਿਕ ਕਿਉਂ ਨਾਮ ਰੱਖਣਾ, ਕਹਿੰਦਾ ਹਾਲਾਂਕਿ ਮੈਂ ਐਗਰੀ ਨਹੀਂ ਕਰਦਾ ਇੰਨਾ, ਮੈਂ ਸਹਿਮਤ ਨਹੀਂ ਆਮ ਆਦਮੀ ਕਲੀਨਿਕ ਰੱਖਣ ਨਾਲ, ਪਰ ਜੇ ਰੱਖਦਾ ਫਿਰ ਕੀ ਭਾਰ ਗਿਰ ਗਿਆ? ਤੁਸੀਂ ਉਹਨਾਂ ਨੂੰ ਪੁੱਛੋ ਵੀ ਕੇਂਦਰ ਨੇ ਤੁਹਾਨੂੰ ਆਹ ਟੀਚੇ ਦਿੱਤੇ ਸੀ, ਉਹਦੇ ਵਾਸਤੇ ਆਹ ਪੈਸਾ ਦਿੱਤਾ ਸੀ, ਐਂ ਦੱਸੋ ਇਹਨਾਂ ਟੀਚਿਆਂ 'ਚ ਕੰਮ ਕੀ ਹੋਇਆ? ਇਹ ਤਾਂ ਗੱਲ ਬਣੀ ਕਿ ਨਾਮ ਰੱਖਣ ਨਾਲ ਫਰਕ ਪੈ ਜਾਏਗਾ। ਮੰਨ ਲਓ ਉਹਨੂੰ ਹੈਲਥ ਵੈਲਨੈਸ ਕਲੀਨਿਕ ਨਾਮ ਰੱਖਤਾ ਕੇਂਦਰ ਦਾ, ਉਹਨੇ ਪੈਸੇ ਵੀ ਦਿੱਤੇ, ਮਰੀਜ਼ ਉੱਥੇ ਦੇਖਿਆ ਨਾ ਜਾਵੇ, ਫਿਰ ਇਹ ਕੇਂਦਰ ਕੀ ਕਹੂਗਾ? ਸੋ ਇਹ ਕੇਂਦਰ ਵੀ ਇਹਨਾਂ ਨਾਲ ਲੜਾਈ ਫਾਲਤੂ ਦੀ ਕਰ ਰਿਹਾ,
धक्के कर है और केंद्र का एम यह है भी पंजाब नूं थले लाउणा, इस सरकार नूं भी थले लाउणा। अच्छा कई तो कहने भी ये आए हैं जी फलाना, बहुत सारे हर एक आपदे आपदे विचार ने, आप की कर सकते हैं पर सरकार नूं हर वक्त घेरी रखना, हर वक्त ये ठीक है जिहड़ी गलत गल्लां करदी उहनूं कहो, कहना चाहीदा ते सरकार नूं सुनने चाहीदे ने, सरकार भी सुन नूं तैयार नहीं, लोग भी नजायज क्रिटिसाइज कर, मैं फिर चली जाता जिम्मे वो कहते हैं पंजाबी भी रोड कचोला पिया होया है, पर उस रोड कचोले दे विच आपां अपना जिम्मे जंगल नूं अग लगी हुई है ते कोई चिड़ी चोंच भर के पानी पाउण दी कोशिश करती रहती है, ते जद उहनूं पुछदे ने भी तूं किवें बुझा लेंगी अग, कहिंदी कोई गल नहीं मैनूं पता मैं अग शायद नहीं बुझा पावांगी, जां हो सकदा मैनूं होर आले दुआले देख के कुछ होर जनौर पानी पाउण कुछ ना कुछ बुझे बुझे, पर एक गल पक्की रहेगी कि इतिहास दे विच ये जरूर होगा कि कोई पानी पाने वाले भी होंगे ने, बीज नाश नहीं होंगे, कोई हरिया बूट रहे हो। अच्छा डॉक्टर साहब एक एक और मेरे ध्यान जो मैं लॉ एंड ऑर्डर की गल की ना कि जो जो हालात ने हूँ व्यापारियों का जो कतल होया एक जगराओं के एक व्यापारी का सुनियारा सगा जो होर जो दिन दिहाड़े लुट्टा खोह सारा कुछ हो रहा उधरों किसान के प्रदर्शन ज जे कच्चे कामे ने वो प्रदर्शन करते हैं, यह सारा कुछ इन हालात के विचाले इन्हों कंट्रोल किए बिना ज इन्हों मतलब कि इन्हों की सहमति तो बिना ज इन्हों के मसलों के हल तो बिना की विकास दर फिर हासिल हो सकती है? नहीं नहीं विकास दर से इन्होंने सारी चीजों का असर पैना ही है, पर इन्हों समझ कदा कदा मसला हल ही नहीं होना, असल च समस्या कितने है फिर मैं कही जाना पैसा दारू लोड़ रहा है जितवंजे रोगों का सारे कासे का कट्ठा हल हों की करते साधे का हाल तो यह जहा है। मैं तुम रोज देखा होगा अज तक हूँ होर माड़े हो गए, मैं 1964 देखा सा रणवीर कॉलेज संगरूर दे विच आके जी सफेदी कर गए दीवारां नूं ते दूजे दिन आके छत्तां तोड़न लग गए, जिदे सफेदी पूरी हो गई दीवारां दी छत्तां चाके कहिंदे पौणियां ने, हुण तुसीं आपे हिसाब लगा लो उही पीडब्ल्यू डी महकमा तो कहिंदे जे मेनटेनेंस वाले ने ये कंस्ट्रक्शन वाले ने लै, वह भाई तुसीं आपस च एक दूजे नाल इत्थे सड़क है वो एक सड़क बनाउण वाले आ जांदे, वह बना के चले जांदे, दूजे फिर पानी का पाइप पाउण आ जांदे ने, कोई तारां पाउण आ साडे इत्थे सोसाइटी च कोई तारा जी पा रहे जी सारे कंक्रीट की बनी हुई पट की, फिर मैं उन्होंने कहा सोसाइटी ने मैं क्या की है इन्हों कहो नाप दिना बंद करे नाले कंक्रीट पावे नाले वह लैवल ठीक करे, ये ठेकेदार की कर रहा है, मैं आपके घरों मुरों पट्टन नहीं दी इतों जिसे मैं रहना मैं ना वो उन्होंने बर्मा जाओ मैं ना बिल्कुल नहीं करना जब जब आप चाहिए ठेकेदार तुम्हें ढोआ पट के चले जाओगे असं इतने दत्त दौड़ाते फिरेंगे तेन की हक दिता है, फिर आया ठेकेदार नहीं जी मैं कर देना वो फिर कर गए, फिर सारी सोसाइटी करी मैं सोसाइटी ने कहा कहीं सब लिख के दस दो भी की करिए, मैं हाँ मैं उन्होंने लिख के दिता भी आह काम कराओ इन्हों तो इन ठेकेदार बिठा लो भी ये काम ना हो तेन बाहर कट देना, ये थोड़े भी टोए पट के तुर जा तू, लोग आपे टंगा तड़वाते रहन उत्थे पानी खड़ा रहे उत्थे मीह का पानी खड़ा रहे कोई जवाक गिर जाए किसी गड्डी में फस जाए किसी साइकिल फस जाए, सो जिहड़ा कहन का मतलब मैं इतने तक भी लिखा भी इन्हों लिखो भी सानू 25,000 रुपये तो इस गल का देना कि जी इतने मिट्टी खिंड जाएगी रोले खिंड जाएंगे बरीक बरीक उसकी सफाई करवानी हो असी ताकि सड़क साफ रहे, जब तक तुम इन गलों के उत्ते जो कहने हो ना ये सारा कुछ कट्ठा इतने तो कट्ठा कर ही नहीं रहा कोई इतने एक कर जा एम है उन्होंने, क्योंकि जे तुम बार बार तोड़ोगे पैसा तो ता बनना है, जे तुम एको बार सारा ठीक करोगे योजनाबंदी ना करोगे फिर तो पैसा नहीं ना बनना, तो इस करके ये आप गल जी है कि केंद्र सरकार ना तो कदे किसानों का मसला हल कर सकती है ना वो कदे लॉ एंड ऑर्डर के साथ माड़ी हालत है कई स्टेटा की, इहदा मतलब यह नहीं है पर जे कोई जिहड़ी सरकार आ तां देखो जी हरियाणे च इन्हां ने अंकड़े कर दूगी वो NCBR दे अंकड़े दिखा देगी, ठीक है इदां ही जिहड़ी कोई केंद्र दी सरकार आपदे दिखा देगी, पर सरकार नूं इह सोचना चाहीदा है वी चाहे साडे अंकड़े उहनां नूं बेहतर भी होण घट कतल होए होण पर जे घट होए ने होर घटा दो उहनां नूं, जिहड़ा तुसीं जैवलर दा कतल होया जौहरी दा मोगे च उदों पहलां कुछ दिन पहलां भी होया उत्थे दो हो चुके दूजा कतल है ते उह लुट्टां खोह हो रहियां ने ये उत्ते दो तीन गल लुधियाने जी हुई सी वो आप ही उन्होंने किमें ध्यान नहीं कर कितना 6-8 करोड़ रुपया जो भी सी बैंक सो उहदे विच सारा कुछ जिन्ना जिहड़ी अणगहली है वह चली जाती है विचों कुछ लोग रले भी होंगे ने ते कुछ दे उहदे फायदे भी होंगे ने, यह कड़ी कड़ी गल कड़ी कड़ी घटना जो असं रोज लैके इत्थे ये गल समझण की लोड़ है भी वह शक्तियां जिहड़ियां पंजाब नूं डिस्टेबलाइज पंजाब नूं अस्थिर करना चाहुंदियां ने वो निक्की 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 गल के नुक्स भी क्ढनगियां वो इतने कोई बही घोड़ा भी खड़ा रखनगियां
ਉਹ ਕਦੇ ਇੱਥੇ ਖਾਲਿਸਤਾਨ ਦੇ, ਕਦੇ ਹਿੰਦੂ ਦੇ, ਕਦੇ ਫਲਾਣੇ ਦੇ ਨਾਰੇ ਵੀ ਦਵਾਉਣਗੀਆਂ, ਕਦੇ ਕੋਈ ਇੱਕ ਬੱਚੇ ਲੜ ਪਏ, ਕੋਈ ਦੋ ਕੁੱਤੇ ਭਿੜ ਗਏ, ਉਹਦੇ ਉੱਤੇ ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕਰਨਗੀਆਂ, ਕਿਤੇ ਕੋਈ ਸਿਗਰਟਾਂ ਸੁੱਟ ਗਏ, ਕਿਤੇ ਕੋਈ ਮੀਟ ਸੁੱਟ ਗਏ, ਕਿਤੇ ਕੋਈ ਪੁੱਛਾਂ ਸੁੱਟ ਗਏ, ਉਹਦੇ ਉੱਤੇ ਬੇਅਦਬੀ ਦਾ ਨਾਮ ਲੈ ਕੇ ਉਹ ਘਟਨਾਵਾਂ ਕਰਾਉਣਗੀਆਂ। ਇਹ ਹੁੰਦਾ ਰਹੇਗਾ। ਇਹ ਉਹ ਸ਼ਕਤੀਆਂ ਨੇ ਜਿਹੜੀਆਂ ਨੂੰ ਅਸਥਿਰ ਕਰਨਾ ਚਾਹੁੰਦੀਆਂ ਨੇ, ਪਰ ਅਸੀਂ ਉਹਨਾਂ ਨੂੰ ਦਾ ਮੂੰਹ ਇਕੱਲੀ ਆਲੋਚਨਾ ਕਰਕੇ ਨਹੀਂ ਮੋੜ ਸਕਦੇ, ਉਹਨਾਂ ਦਾ ਮੂੰਹ ਸਾਨੂੰ ਕਰਮ ਕਰਕੇ ਮੋੜਨਾ ਪਏਗਾ। ਕਰਮਾਂ ਉੱਪਰ ਹੋਗ ਨਵੇੜਾ, ਕਿਆ ਸੂਖੀ ਸੂਫੀ ਕਿਆ ਭੰਗੀ। ਸੋ ਅਸੀਂ ਕਰਮਾਂ ਦੇ ਉੱਤੇ ਜਦ ਨਵੇੜਾ ਕਰਾਂਗੇ ਤਾਂ ਮੈਨੂੰ ਐਂ ਲੱਗਦਾ ਵੀ ਜਦ ਅਸੀਂ ਕਹਾਂਗੇ ਵੀ ਦੇਖੋ ਜੀ ਜੋ ਵੀ ਹੋ ਰਿਹਾ ਉਹ ਤਾਂ ਅਸੀਂ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ। 70,000 ਪੁਲਿਸ ਉਹਨੂੰ 80,000 ਪੁਲਿਸ ਆ ਸਾਰੀ ਟੋਟਲ, ਤੇ 78,000-80,000 ਮੁਲਾਜ਼ਮ ਜਿਸ ਤਰੀਕੇ ਨਾਲ ਲਾਇਆ ਹੋਇਆ ਉਹਦੇ ਨਾਲ ਏਡਾ ਕੰਟਰੋਲ ਹੋਣਾ ਸੌਖਾ ਨਹੀਂ ਹੈ। ਦੂਜੀ ਗੱਲ ਮੈਨੂੰ ਟੈਰੋਰਿਜ਼ਮ ਵੇਲੇ, ਮੈਂ ਲਾਸਟ ਗੱਲ ਕਹਿ ਕੇ ਖਤਮ ਕਰ ਰਿਹਾ ਆਪਦੀ ਗੱਲ, ਟੈਰੋਰਿਜ਼ਮ ਵੇਲੇ ਮੈਨੂੰ ਪੁੱਛਿਆ ਕਿਸੇ ਨੇ ਵੀ ਇਹ ਕੀ ਗੱਲ, ਮੈਂ ਕਿਹਾ ਯਾਰ ਉਹਨਾਂ ਨੇ ਤਾਂ ਟਾਰਗੇਟ ਫਿਕਸ ਕਰਿਆ ਹੋਇਆ, ਹੁਣ ਪੁਲਿਸ ਕਿੰਨਾ ਚਿਰ ਬੰਦਾ ਵੀ ਕਿੰਨਾ ਚਿਰ ਉਹਨੂੰ ਕੀ ਪਤਾ ਵੀ ਇਹਨਾਂ ਨੇ ਮੈਨੂੰ ਮਾਰਨਾ, ਉਹ ਕਿੰਨਾ ਵੀ ਸੋਗ ਨਹੀਂ ਰੱਖ ਲੇ, ਕਿਉਂਕਿ ਜਿਹੜਾ ਮਾਰਨ ਵਾਲਾ ਉਹਦਾ ਟਾਰਗੇਟ ਨਿਸ਼ਚਿਤ ਹੈ। ਜਿਹਦੇ ਉੱਤੇ ਹਮਲਾ ਹੋਣਾ ਨਾ ਉਹਨੂੰ ਪਤਾ, ਨਾ ਉਹਦੇ ਆਲੇ ਦੁਆਲੇ ਨੂੰ ਪਤਾ, ਨਾ ਸਰਕਾਰ ਨੂੰ ਪਤਾ, ਨਾਲੇ ਸਰਕਾਰ ਜਿੰਨੇ ਲਾਉਣੇ ਨੇ ਨਾਲ। ਸੋ ਇਹਦੇ ਵਿੱਚ ਇਹੀ ਹੈ ਵੀ ਸਾਨੂੰ ਜਿਹੜਾ ਇੱਕ ਪਾਸੇ ਸਰਕਾਰ ਨੂੰ ਚਾਹੀਦਾ ਕੰਟਰੋਲ ਕਰਨ ਵੱਲ ਤੁਰਨਾ, ਪਰ ਸਾਨੂੰ ਇਹ ਹਰ ਰੋਜ਼ ਇਹਨਾਂ ਘਟਨਾਵਾਂ ਨੂੰ ਚਰਚਾ ਕਰੀਏ, ਚਰਚਾ ਕਰਕੇ ਚਿੰਤਾ ਕਰਨ ਦੀ ਬਜਾਏ ਅਸੀਂ ਇੱਕ ਪੋਜ਼ਿਟਿਵ ਸੁਝਾਅ ਦੇ ਵੀ ਸਰਕਾਰ ਇਹਦੇ 'ਚ ਆਹ ਕਰ ਸਕਦੀ ਹੈ। ਨਾ ਕਰਨ ਦੀ ਲੋੜ ਹੈ, ਨਾ ਸਰਕਾਰ ਨੂੰ ਗਾਲੀਆਂ ਕੱਢਣ ਦੀ ਲੋੜ ਹੈ, ਨਾ ਸਰਕਾਰ ਨੂੰ ਬਖਸ਼ਣ ਦੀ ਲੋੜ ਹੈ। ਅਸਲੀਅਤ ਨੂੰ ਸਮਝ ਕੇ ਉਹਦੇ ਸਾਡੀ ਕੀ ਭੂਮਿਕਾ ਹੋ ਸਕਦੀ ਹੈ ਉਹ ਅਸੀਂ ਦੱਸੀਏ, ਕੋਈ ਮੰਨੇ ਕੋਈ ਨਾ ਮੰਨੇ, ਤੇ ਸਾਡਾ ਤਾਂ ਇਹੀ ਕੰਮ ਹੁੰਦਾ ਵੀ ਤੁਸੀਂ ਆਪਦੇ ਹੋਕਾ ਦਿੰਦੇ ਰਹੋ, ਜਿਹਨੇ ਸੁਣਨਾ ਸੁਣੇ, ਜਿਹਨੇ ਨਹੀਂ ਸੁਣਨਾ ਨਾ ਸੁਣੇ, ਤੇ ਆਪਣਾ ਕੰਮ ਹੈ ਬੋਲਣਾ, ਆਪਣਾ ਕੰਮ ਹੈ ਕਹਿਣਾ, ਤੇ ਬਾਕੀ ਕੋਈ ਜੋ ਕਰਨਾ ਕਰੇ। ਪੰਜਾਬ ਨੂੰ ਅਸਥਿਰ ਕਰਨ ਦੀਆਂ ਚਾਲਾਂ ਨੂੰ ਰੋਕਣ ਦੇ ਵਿੱਚ ਤੁਹਾਡਾ, ਮੇਰਾ, ਮੀਡੀਆ ਦਾ, ਸਰਕਾਰਾਂ ਦਾ, ਲੋਕਾਂ ਦਾ, ਜਿੰਨੇ ਵੀ ਪੰਜਾਬ ਦੇ ਸਿਰਦ ਲੋਕ ਨੇ, ਪੰਜਾਬ ਸਿਰਦ ਲੋਕਾਂ ਦੀ ਕੋਈ ਘਾਟ ਨਹੀਂ ਹੈ, ਬਹੁਤ ਵੱਡੀ ਗਿਣਤੀ ਹੈ, ਚਾਹੇ ਉਹ ਸਰਕਾਰ ਦੇ ਵਿਰੋਧੀ ਨੇ, ਚਾਹੇ ਸਰਕਾਰ ਦੇ ਹੱਕ 'ਚ ਨੇ, ਚਾਹੇ ਸਰਕਾਰ ਦੇ ਚਮਚੇ ਨੇ, ਚਾਹੇ ਸਰਕਾਰ ਦੇ ਨੂੰ ਆਲੋਚਨਾ ਪਾਸ਼ ਨਹੀਂ ਕਰਦੇ ਨੇ, ਸਾਰੇ ਲੋਕਾਂ 'ਚ ਬਹੁਤ ਸਾਰੇ ਲੋਕ ਹੈਗੇ ਨੇ, ਤਾਂ ਹੀ ਪੰਜਾਬ ਬਚਿਆ। ਉਹਨਾਂ ਨੂੰ ਹੋਰ ਐਕਟਿਵ ਹੋਣ ਦੀ ਲੋੜ ਹੈ ਇੱਕ ਸਾਲ ਘੱਟੋ ਘੱਟ। 2024 ਦੀਆਂ ਚੋਣਾਂ ਤੱਕ ਪੰਜਾਬ 'ਤੇ ਸੰਕਟ ਹੈ। ਕੋਈ ਪੰਡਿਤ ਇਹਨੂੰ ਕਹਿ ਸਕਦਾ ਮੇਰੀ ਭਵਿੱਖਬਾਣੀ ਹੈ, ਕੋਈ ਕਹਿ ਸਕਦਾ ਤੁਹਾਡੇ ਗ੍ਰਹਿ ਖਰਾਬ ਨੇ, ਕੋਈ ਕਹਿ ਸਕਦਾ ਇਹ ਰਾਹੂ ਕੇਤੂ ਦਾ ਸਵਾਲ ਹੈ, ਪਰ ਮੈਨੂੰ ਇਹ ਲੱਗਦਾ ਵੀ ਜੋ ਹਾਲਾਤ ਸਾਹਮਣੇ ਦਿਖਦੇ ਨੇ ਸਿਆਸੀ ਤੇ ਸਮਾਜਿਕ, ਉਹਦੇ ਵਿੱਚੋਂ ਇਹ ਗੱਲ ਪੰਜਾਬ 'ਤੇ ਸਾਰ ਸੱਤੀ ਕੋਈ ਕਹੂਗਾ। ਪੰਜਾਬ ਦੇ ਉੱਤੇ ਇੱਕ ਸਾਲ ਆਹ 11 ਮਹੀਨੇ ਜਿਹੜੇ ਰਹਿ ਗਏ ਚੋਣਾਂ ਤੱਕ, ਕੇਂਦਰ ਦੀਆਂ ਤੱਕ, ਵੱਡਾ ਖਤਰਾ ਹੈ, ਅਸਥਿਰਤਾ ਦਾ ਖਤਰਾ ਹੈ, ਰੌਲੇ ਦਾ ਖਤਰਾ। ਉਸੇ ਚੁਣ ਕਰਿਆ ਵੀ ਗਵਰਨਰ ਸਾਹਿਬ ਮਿਲ ਰਹੇ ਨੇ ਜੀ ਰਾਸ਼ਟਰਪਤੀ ਨੂੰ, ਉਹ ਤਾਂ ਇਹਨਾਂ ਦੀ ਸਰਕਾਰ ਹੀ ਤੋਂ ਉਹਨੂੰ, ਹੁਣ ਗਵਰਨਰ ਸਾਹਿਬ ਦਾ ਆਪਾਂ ਨੂੰ ਪਤਾ ਹੀ ਹੈ ਵੀ ਗਵਰਨਰ ਸਾਹਿਬ ਥੋੜ੍ਹੇ ਨੇ, ਗਵਰਨਰ ਸਾਹਿਬ ਤਾਂ ਹੁਣ ਕੰਮ ਇੱਦਾਂ ਕਰ ਰਹੇ ਨੇ ਜਿਵੇਂ ਖੁਦ ਹੀ ਮੁੱਖ ਮੰਤਰੀ ਹੋਣ। ਸੋ ਉਹ ਗਵਰਨਰ ਸਾਹਿਬ ਨੂੰ ਆਪਦੀ ਸੀਮਾ 'ਚ ਰਹਿਣਾ ਪਏਗਾ, ਤੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਖੁਦ ਇੱਦਾਂ ਗੱਲ ਕਰਦੇ ਜਿਵੇਂ ਗਵਰਨਰ ਸਾਹਿਬ ਨੂੰ ਟਿੱਚੀ ਜਾਣਦੇ ਨੇ ਗਵਰਨਰ ਸਾਹਿਬ। ਗਵਰਨਰ ਸਾਹਿਬ ਨੇ ਆਫਟਰ ਮੁੱਖ ਮੰਤਰੀ ਦੀ ਡਿਊਟੀ ਹੈ ਵੀ ਉਹਨਾਂ ਨਾਲ ਗੱਲ ਉਸੇ ਤਰ੍ਹਾਂ ਕਰੇ। ਸੋ ਥੋੜ੍ਹਾ ਜਿਹਾ ਦੋਹਾਂ ਧਿਰਾਂ ਨੂੰ ਨਾ ਇਹ, ਔਰ ਦੋਹਾਂ ਧਿਰਾਂ ਨੂੰ ਸੁਪਰੀਮ ਕੋਰਟ ਨੇ ਝਾੜ ਵੀ ਪਾਈ ਹੈ, ਦੋਹਾਂ ਧਿਰਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰੀ ਆ ਵੀ ਤੁਸੀਂ ਦੋਨੇ ਗੱਲ ਤੋਂ ਕੋਰਟ 'ਚ ਗਏ ਸੀ ਜਦ। ਸੋ ਫਿਰ ਵੀ ਨਹੀਂ, ਫਿਰ ਹੁਣ ਠੀਕ ਹੈ, ਹੁਣ ਲੋਕ ਸਮਝਾਉਣਗੇ, ਜਦ ਹੁਕਮਰਾਨ ਨਾ ਸਮਝਦਾ ਹੋਵੇ ਫਿਰ ਲੋਕ ਸਮਝਾਉਂਦੇ ਨੇ ਵੀ ਚੰਗਾ ਆ ਜਾ, ਹੁਣ ਤੂੰ ਕਾਨੂੰਨ ਤੋਂ ਤਾਂ ਸਮਝਦਾ ਨਹੀਂ, ਦੋਨੇ ਕਿ ਤੁਸੀਂ ਲੜੀ ਜਾਂਦੇ ਹੋ, ਫਿਰ ਹੁਣ ਅਸੀਂ ਸਮਝਾਵਾਂਗੇ ਵੀ।